ਜੇ ਕੋਈ ਤੁਹਾਡੇ ਕੋਲ ਐਸਾ ਪੱਖ ਭਿੰਡਰਾਂ ਵਾਲੇ ਦਾ ਹੈਗਾ ਆ, ਜੇ ਨਹੀਂ ਵੀ ਹੈਗਾ ਤਾਂ ਵਿਦਵਾਨਾਂ ਨਾਲ ਟੱਕਰਾਂ ਨਾ ਮਾਰਿਆ ਕਰੋ ਆ ਕੇ, ਹੈ ਨਾ। ਕੁਛ ਤੁਸੀਂ ਆਪਣਾ ਆਪਣੇ ਵਜ਼ਨ ਦੀ ਗੱਲ ਕਰੋ, ਜਾਣੀ ਇੰਨੀ ਕੁ ਅਕਲ ਤਾਂ ਤੁਹਾਨੂੰ ਚਾਹੀਦੀ ਆ ਨਾ ਵੀ ਤੁਸੀਂ ਗੱਲ ਕਰੋ, ਪੰਜ ਸੱਤ ਦਸ ਮਿੰਟ ਤੁਸੀਂ ਗੱਲ ਕਰੀ ਜਾਵੋ, ਠੀਕ ਹੈ, ਅਤੇ ਕਿਸੇ ਨੂੰ ਪਤਾ ਨਾ ਲੱਗੇ ਵੀ ਤੁਸੀਂ ਕੌਣ ਆ, ਹੈ ਨਾ। ਆਪਣੇ ਆਪ ਨੂੰ ਪ੍ਰੈਜੈਂਟ ਇੱਦਾਂ ਕਰੋ, ਜਾਣੀ ਹਾਂਜੀ ਤੁਸੀਂ ਆਉਂਦੇ ਹੀ ਜਦੋਂ ਕਹਿਣ ਲੱਗਦੇ ਆ, ਸ਼ੁਰੂ ਚ ਤੁਸੀਂ ਰੌਲਾ ਪਾਉਂਦੇ ਆ, ਕਹਿੰਦੇ ਆ ਵੀ ਅਸੀਂ ਭਿੰਡਰਾਂ ਵਾਲੇ ਦੇ ਸਪੋਟਰ ਨਹੀਂ, ਅਸੀਂ ਟਕਸਾਲੀ ਨਹੀਂ, ਪਰ ਪੰਜ ਮਿੰਟ ਦੇ ਪੰਜ ਵੀ ਨਹੀਂ, ਮੈਂ ਕਹਿੰਦਾ ਥੋੜੇ ਸੈਕਿੰਡਾਂ ਚ ਤੁਸੀਂ ਸਾਬਤ ਕਰ ਜਾਂਦੇ ਆ ਵੀ ਉਹੀ ਆ ਤੁਸੀਂ, ਕਿਉਂਕਿ ਅੰਦਰ ਕੁਛ ਹੋਰ ਆ, ਕਹਿਣਾ ਤੁਸੀਂ ਕੁਛ ਹੋਰ ਚਾਹੁੰਦੇ ਆ, ਸ਼ਬਦ ਤੁਹਾਡਾ ਸਾਥ ਨਹੀਂ ਦਿੰਦੇ, ਨਹੀਂ ਬੰਦੇ ਨੂੰ ਲੋੜ ਹੀ ਨਹੀਂ ਕਹਿਣ ਦੀ ਮੈਂ ਕਿਹਦਾ ਹੈ ਕਿਹਦਾ ਨਹੀਂ ਹੈਗਾ, ਜੇ ਉਹਨੇ ਜੈਨੂਅਲੀ ਸਵਾਲ ਹੀ ਕਰਨਾ ਹੋਵੇ। ਨਹੀਂ ਬਿਲਕੁਲ ਨਹੀਂ, ਜਿਹੜੀ ਦੇਖੋ ਇੱਕ ਜਗ੍ਹਾ ਨਾ ਮੈਂ ਆਪਣੇ ਪੋਸਟ ਵੀ ਪਾਈ ਸੀ ਮੈਂ, ਹਾਂਜੀ, ਕਪੂਰ ਕਹਿੰਦਾ ਆ ਵੀ ਜੇ ਸਬੱਬ ਬਣਦਾ ਹੈ ਨਾ ਕਿਤੇ, ਹਾਂਜੀ, ਦੱਸਣ ਦਾ ਤੇ ਆਪਣੇ ਆਦਰਸ਼ ਦੱਸੋ, ਠੀਕ ਹੈ ਜੀ, ਠੀਕ ਆ, ਹਾਂਜੀ, ਨਾ ਕਿ ਇਹ ਦੱਸੋ ਵੀ ਤੁਸੀਂ ਕੀਤਾ ਕੀ ਆ, ਠੀਕ ਹੈ ਜੀ। ਹੁਣ ਜਦੋਂ ਤੁਹਾਨੂੰ ਕੋ ਆ ਕੇ ਪੁੱਛਦਾ ਵੀ ਤੂੰ ਕੀਤਾ ਕੀ ਆ, ਠੀਕ ਆ, ਜਿਹੜਾ ਧੱਕਾ ਗੁਰੂ ਸਾਹਿਬ ਨਾਲ ਹੋਇਆ ਨਾ, ਹਾਂਜੀ, ਇਸੇ ਗੱਲੋਂ ਹੋਇਆ ਜਦੋਂ ਅਸੀਂ ਇਹ ਦੁਨੀਆਂ ਨੂੰ ਦੱਸਣ ਲੱਗ ਪਿਆ ਵੀ ਉਹਨੇ ਕੀਤਾ ਕੀ ਆ। ਅਸੀਂ ਸੋਚਦੇ ਹਾਂ ਵੀ ਉਹ ਤੋਂ ਪ੍ਰੇਰਨਾ ਮਿਲਣੀ ਆ ਸਾਨੂੰ, ਦੱਸਣੇ ਆਦਰਸ਼ ਚਾਹੀਦੇ ਸੀ, ਦੱਸਣੇ ਆਦਰਸ਼ ਚਾਹੀਦੇ ਸੀ। ਹਰੇਕ ਜਣਾ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਲੈ ਕੇ ਆਪਣੇ ਆਪ ਨੂੰ ਕਸਵੱਟੀ ਤੇ ਲਾ ਕੇ ਦੇਖਦਾ। ਹੁਣ ਜਦੋਂ ਉਹਨੂੰ ਕੀਤਾ ਕੀ ਆ, ਠੀਕ ਹੈ, ਹਰ ਉਹ ਸ਼ੇਰ ਵੀ ਆ ਨਾ ਵੀ ਹਮਜਾਬੀ ਤੁਮਾਰੇ ਦਰ ਪੇ ਗਏ ਹਾਥੋਂ ਮਿਲੇ ਕਰ ਫੂਲ ਗਏ, ਠੀਕ ਹੈ ਜੀ, ਹੈ ਨਾ। ਅਤੇ ਉਹ ਜਿਹੜਾ ਉਹ ਉਹ 'ਚ ਕਹਾਂ ਕਈ ਕੁਛ ਕਰਦੇ ਆ ਲਿਖਿਆ ਆ ਵੀ ਵੀ ਜਿਹੜਾ ਤੇਰਾ ਉਹ ਮੱਕੇ ਦਾ ਫਿਰਨਾ, ਹੈ ਨਾ, ਹਾਂਜੀ, ਪੱਥਰ ਦਾ ਗਿਰਨਾ, ਹਾਂਜੀ, ਹੈ ਨਾ, ਹਰ ਬਾਤ ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਬੋਲ ਬੋਲ ਗਏ, ਠੀਕ ਹੈ, ਹਰ ਕਾਮ ਤੁਮਾਰਾ ਯਾਦ ਰਹਾ, ਜਿਹੜਾ ਜੋ ਕੀਤਾ ਹੈ ਸੀ ਗੁਰੂ ਸਾਹਿਬ ਨੇ, ਜਿੰਨੇ ਧੱਕੇ ਹੋਏ ਆ ਗੁਰਬਾਣੀ ਦੇ ਵਿੱਚ, ਉਹ ਉਹ ਆ ਵੀ ਕੀਤਾ ਕੀ ਆ। ਵੀ ਭਗਤ ਨਾਮਦੇਵ ਜੀ ਨੇ ਉਹ ਮਰੀ ਗੂ ਜਵਾਤੀ, ਹਾਂਜੀ, ਹੈ ਨਾ, ਦੇਰਾ ਫੇਰ ਦਿੱਤਾ, ਗੁਰੂ ਨਾਨਕ ਦੇਵ ਜੀ ਨੇ ਪੱਥਰ ਰੋਕ ਦਿੱਤਾ, ਕਿਤੇ ਉਹ ਗਰਮ ਪਾਣੀ ਕੱਢ ਦਿੱਤਾ, ਰੀਠੇ ਮਿੱਠੇ ਕਰ ਦਿੱਤੇ, ਠੀਕ ਹੈ, ਕਿੱਕਰ ਤੋਂ ਮਠਿਆਈ ਝਾੜ ਦਿੱਤੀ, ਠੀਕ ਹੈ ਜੀ। ਜੋ ਕੀਤਾ ਹੈ ਨਾ ਉਹ ਯਾਦ ਰਹਿੰਦਾ, ਜਦ ਕਿ ਲੋੜ ਆਦਰਸ਼ਾਂ ਦੀ ਆ। ਜੇ ਫਿਰ ਆਪਾਂ ਆਦਰਸ਼ ਰੱਖਦੇ ਉਹ ਤਾਂ ਹਮੇਸ਼ਾ ਹੀ ਸਦੀਵੀ ਆ, ਜਿਹੜਾ ਕੰਮ ਆ ਉਹਦਾ ਟਾਈਮ ਪਾ ਕੇ ਕਿਸੇ ਕੰਟੈਕਸਟ ਹੀ ਕੰਮ ਉਸੇ ਵੇਲੇ ਦਾ ਮਿਲਿਆ ਜਾ ਸਕਦਾ। ਜਿਵੇਂ ਸਾਡੇ ਲੋਕ ਅੱਜ ਵੀ ਜਿੱਦ ਕਰਦੇ ਆ ਵੀ ਜਿਹੜੇ ਉਹ ਖਿੱਤੇ 'ਚ ਕੰਮ ਹੋਇਆ ਉਹਨੂੰ ਅੱਜ ਵੀ ਸਾਬਤ ਕਰੀਏ ਵੀ ਅੱਜ ਵੀ ਉਹ ਵੈਲਿਡ ਆ, ਆਦਰਸ਼ ਹੋਵੇ, ਆਦਰਸ਼ ਤਾਂ ਟਾਈਮ ਚ ਬਾਉਂਡ ਹੀ ਹੈ। ਉਹਦੇ ਨਾਲ ਇਹ ਵੀ ਹੈ ਨਾ, ਜੇ ਜੇ ਆਦਰਸ਼ ਦੀ ਗੱਲ ਕਰੂੰਗੇ ਤੇ ਹੋ ਸਕਦਾ ਕੋਈ ਜਣਾ ਆਦਰਸ਼ ਤੇ ਪੂਰਾ ਉਤਰੇ ਕੋਈ ਨਾ ਉਤਰੇ, ਠੀਕ ਹੈ ਜੀ, ਠੀਕ ਹੈ, ਪਰ ਆਦਰਸ਼ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਉੱਥੇ ਰਹਿਣਾ, ਉਹ ਤਾਂ ਨਿਯਮ ਵਾਂਗੂ ਲਾਗੂ ਹੋ, ਉਹ ਨਿਯਮ, ਉਹ ਤਾਂ ਨਿਯਮ ਆ ਨਾ, ਠੀਕ ਹੈ, ਠੀਕ ਆ, ਠੀਕ ਹੈ ਜੀ। ਹੁਣ ਦਸਾਂ ਪਾਤਸ਼ਾਹੀਆਂ ਤੱਕ ਫਾਇਦਾ ਇਹ ਸੀਗਾ ਵੀ ਪੀੜ੍ਹੀ ਦਰ ਪੀੜ੍ਹੀ ਇੱਕ ਦੂਜੇ ਤੋਂ, ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਉਹ ਆਦਰਸ਼ ਜਿਹੜੇ ਆ ਉਹ ਇੱਦਾਂ ਟ੍ਰਾਂਸਫਰ ਹੁੰਦੇ ਗਏ। ਫਿਰ ਚਾਹੇ ਮਤਲਬ ਭਾਈ ਲਹਿਣਾ ਜੀ ਇੰਨੀ ਉਮਰ ਚ ਆਏ, ਠੀਕ ਹੈ, ਚਾਹੇ ਗੁਰੂ ਗੋਬਿੰਦ ਸਿੰਘ 9 ਸਾਲ ਦੀ ਉਮਰ ਚ ਆ, ਚਾਹੇ ਭਾਈ ਜੇਠਾ ਜੀ ਕਿਤੋਂ ਆਏ, ਮਤਲਬ ਹਰ ਬੰਦੇ ਆਦਰਸ਼ ਦੇ ਦਿੱਤਾਰ ਸੀਗਾ, ਮਤਲਬ ਕੋਈ ਏਜ ਕੋਈ ਕੋਈ ਫੈਕਟਰ ਕਾਊਂਟ ਹੀ ਨਹੀਂ ਕੀਤਾ, ਹੋਇਆ ਨਹੀਂ, ਜਾਂ ਪਹਿਲਾਂ ਤੁਸੀਂ ਕੀ ਕੀਤਾ ਉਹ ਵੀ ਨਹੀਂ ਕੀਤਾ, ਵੀ ਗਾਂਹ ਕੀ ਕੀਤਾ, ਆਦਰਸ਼ ਕੀ ਦਿੱਤੇ, ਜਦਕਿ ਸਾਨੂੰ ਜੋ ਪਹੁੰਚਾਇਆ ਸਾਡੇ ਤਾਈ, ਹਾਂਜੀ, ਉਹ ਇਹ ਹਰ ਕਸਵੱਟੀ ਜਿਹੜੀ ਹਰ ਗੁਰੂ ਸਾਹਿਬ ਦੇ ਉੱਤੇ ਲੱਗੀ ਆ ਉਹ ਕੰਮ ਦੇ ਉੱਤੇ ਲੱਗੀ ਆ, ਠੀਕ ਹੈ, ਫਿਰ ਕੰਮ ਕਰਵਾ ਕੇ ਦੇਖਿਆ ਉਹਨਾਂ। ਹੁਣ ਦੂਜੇ ਪਾਤਸ਼ਾਹ ਦੀਆਂ ਜਿੰਨੀਆਂ ਕਸਵੱਟੀਆਂ ਲੱਗੀਆਂ ਆ, ਠੀਕ, ਕੋਈ ਮੁਰਦਾ ਖਾਣ ਦੀ ਗੱਲ ਆ, ਕਿਤੇ ਕਿਤੇ ਜਿਹੜੀ ਮਾਂ ਨੂੰ ਭੋਗਣ ਦੀ ਗੱਲ ਹੋਈ ਆ, ਕਿਤੇ ਤੁੱਕੇ ਕਿੱਕਰ ਨੂੰ ਹਲੂਣਾ ਦੇਣ ਦੀ ਗੱਲ ਹੋਈ ਆ, ਹਾਂਜੀ, ਠੀਕ ਹੈ, ਠੀਕ ਹੈ, ਉਹ ਹਰੇਕ ਗੱਲ ਜਿਹੜੀ ਆ ਉੱਥੇ ਲੈ ਕੇ ਗਏ ਆ, ਠੀਕ ਹੈ ਜੀ, ਠੀਕ ਹੈ। ਹੁਣ ਤੀਜੇ ਪਾਤਸ਼ਾਹ ਨੂੰ ਦੇਖ ਲਓ, ਯਾਨੀ ਹਰੇਕ ਥਾਂ ਤੇ ਜੋ ਉਹ ਆਪਣੇ ਜਿਹੜੇ ਕੰਮਾਂ ਦੀ ਗੱਲ ਆ ਨਾ, ਹਾਂਜੀ, ਉੱਥੇ ਉੱਥੇ ਲਿਜਾ ਕੇ ਗੱਲ ਖੜੀ ਕੀਤੀ ਆ, ਠੀਕ ਹੈ, ਪਤਾ ਸੀ ਅਗਲੇ ਨੂੰ, ਹਾਂਜੀ, ਕਿ ਸਾਡੇ ਨਾਲ ਸਰੋਤੇ ਆ ਜੀ ਇੱਕ, ਹਾਂ, ਤੁਹਾਡਾ ਸਵਾਗਤ ਹੈ ਜੀ। ਹੈਲੋ, ਹਾਂਜੀ ਹਾਂਜੀ, ਤੁਸੀਂ ਆਉਂਦੇ ਰਹੋ ਜੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਰਾਜਵਿੰਦਰ ਸਿੰਘ ਪੰਜਾਬ ਤੋਂ ਬੋਲ ਰਿਹਾ ਜੀ। ਹਾਂਜੀ, ਸੁਣਾਓ ਜੀ, ਕਿੱਦਾਂ? ਹਾਂਜੀ ਹਾਂਜੀ, ਬਾਈ ਜੀ, ਮੈਂ ਇੱਕ ਇਹ ਗੱਲ ਕਰਨੀ ਚਾਹੁੰਦਾ ਸੀ ਜੀ। ਹਾਂਜੀ, ਜਿਹੜਾ ਇਹ 84 ਦਾ ਚੱਲ ਰਿਹਾ ਆਪਣਾ ਜੂਨ ਦਾ, ਇਹ ਵੀ ਅਪਡੇਟ ਹੋਏ ਹੋਏ ਆ, ਇਹ ਤਾਂ ਆਪਾਂ ਨੂੰ ਕਹਿ ਦਿੰਦੇ ਨਾ ਕਿ ਅਪਡੇਟ ਆ ਗਏ ਆ ਗਏ, ਇਹ ਅਪਡੇਟ ਸਾਰੇ ਇੱਦਾਂ ਹੋਏ ਹੋਏ ਆ ਜੀ। ਇਹ ਆਏ ਆ ਗਏ ਜੀ, ਮਤਲਬ 70 ਤੋਂ ਬਾਅਦ ਵਾਲੇ, 74, 75, 78 ਵਾਲੇ। ਤੁਹਾਡੇ ਯਾਦ ਹੋਵੇ ਜੀ, ਇਦੋਂ ਪਹਿਲਾਂ ਹੁੰਦੇ ਸੀ ਲਾਡਲੀਆਂ ਫੌਜਾਂ,
ਨਿਹੰਗ ਸਿੰਘ ਨੀਲੇ ਬਾਣੇ ਵਾਲੇ ਤੁਸੀਂ ਜੀ 47 ਤੋਂ ਪਹਿਲਾਂ ਵੀ 47 ਤੋਂ ਬਾਅਦ ਵੀ ਇਹ ਸੀ ਮਾਲਵਾ ਬਿਲਟ ਦੇ ਬੰਦੇ ਸਾਰੇ ਦਮਦਮਾ ਸਾਹਿਬ ਪਟਿਆਲਾ ਛਾਉਣੀ ਇਹਨਾਂ ਦੀ ਬਣੀ ਸੀ ਤੇ ਇਹ ਬਦਲ ਕੇ ਫਿਰ ਚੌਂਕ ਮਹਿਤਾ ਆ ਗਈ ਤੁਸੀਂ ਜਦੋਂ ਜੀ ਜਾੜਾ ਪੜ੍ਹਦੇ ਹੋ ਨਾ 47 ਦਾ ਇੱਕ ਜੀ ਉਹ ਪੰਜਾਬੀ ਲਹਿਰ ਚੈਨਲ ਆਉਂਦਾ ਜੀ ਨਾਸਰ ਢਿੱਲੋਂ ਦਾ ਅੰਮ੍ਰਿਤਸਰ ਦਾ ਹਾਂਜੀ ਉਹਦੇ ਵਿੱਚ ਜਦੋਂ ਗੱਲ ਪੁੱਛਦੇ ਆ ਜੀ ਜਿਹੜੇ ਉੱਜੜ ਕੇ ਗਏ ਸੀ ਮੁਸਲਮਾਨ ਹਾਂਜੀ ਕਿੰਨੀਆਂ ਹੀ ਇੰਟਰਵਿਊ ਉਹਨਾਂ ਦੀਆਂ ਜੀ ਮੈਂ ਸੁਣੀਆਂ ਉਹ ਇੱਕ ਗੱਲ ਕਹਿੰਦੇ ਆ ਜੀ ਕਿ ਮਤਲਬ ਪੰਜਾਬੀ ਬੜੇ ਚੰਗੇ ਸੀ ਜੀ ਮਿਲ ਵਰਤ ਕੇ ਰਹਿੰਦੇ ਸੀਗੇ ਅਸੀਂ ਪਰ ਜਦੋਂ ਜਾੜਾ ਪਿਆ ਉਦੋਂ ਸਰ ਕਹਿੰਦੇ ਮਤਲਬ ਉਹ ਕਹਿੰਦੇ ਸੀ ਕਾਲੀ ਇਹਨਾਂ ਨੂੰ ਕਹਿੰਦਾ ਜੀ ਉਹ ਕਾਲੀ ਹੁੰਦੇ ਸੀ ਚਿੱਟੇ ਉਹਨਾਂ ਦੇ ਨੀਲੇ ਬਾਣੇ ਸੀ ਸਿਰਾਂ ਦੇ ਉੱਤੇ ਉਹਨਾਂ ਦੇ ਕੜੇ ਹੁੰਦੇ ਸੀ ਹੱਥਾਂ 'ਚ ਵਰਛੇ ਹੁੰਦੇ ਸੀਗੇ ਤੇ ਜਾਂ ਇੱਕ ਗੋਰਖਾ ਰੈਜੀਮੈਂਟ ਦਾ ਨਾਂ ਲੈਂਦੇ ਹੁੰਦੇ ਸੀ ਉਹ ਤਕਰੀਬਨ ਹੀ ਸਾਰੇ ਇਹ ਚੀਜ਼ ਦੇ ਉੱਤੇ ਮਤਲਬ ਉਹਨਾਂ ਦੇ ਬਿਆਨ ਸੀ ਕਿ ਉਹ ਆਉਂਦੇ ਹੁੰਦੇ ਸੀ ਜੀ ਹੱਥਾਂ 'ਚ ਉਹਨਾਂ ਦੇ ਵਰਛੇ ਸੀ ਉਹ ਮਾਰਦੇ ਸੀ ਧੀਆਂ ਭੈਣ ਚੱਕ ਕੇ ਲੈ ਜਾਂਦੇ ਸੀ ਵਗੈਰਾ ਵਗੈਰਾ ਠੀਕ ਹੈ ਜੀ ਉਹ ਚੱਲਿਆ ਜੀ 70 ਤੱਕ ਤੁਸੀਂ ਉਹਨਾਂ ਨੂੰ ਡੀਪਲੀ ਦੇਖੋਗੇ ਨਾ ਉਹਨਾਂ ਬੰਦਿਆਂ ਨੂੰ ਲਾਡਲੀਆਂ ਫੌਜਾਂ ਨੂੰ ਉਹ ਦੇਖੋ ਕਦੇ ਸੁਣਿਆ ਜੀ ਫੌਜ ਦੇ ਵਿੱਚ ਕੋਈ ਲਾਡਲੀ ਆਪਸ਼ਨ ਹੋਵੇ ਰੈਂਕ ਹੋਵੇ ਕੋਈ ਪਹਿਲੀ ਵਾਰੀ ਸੁਣਿਆ ਜੀ ਨਾ ਸਹੀ ਆ ਵੈਲਿਡ ਪੁਆਇੰਟ ਆ ਹਾਂ ਦੇਖੋ ਇਹ ਵੀ ਆਪਦੇ ਆਪ ਹੀ ਬਣੇ ਹੋਏ ਆ ਇਹ ਮੈਨੂੰ ਏਦਾਂ ਲੱਗਦਾ ਕਿ ਜਦੋਂ ਰਣਜੀਤ ਸਿੰਘ ਮਹਾਰਾਜ ਵੇਲੇ ਫੌਜ ਬਣੀ ਹੈ ਜੀ ਚਲੋ ਉਹਨਾਂ ਨੇ ਵਰਦੀਆਂ ਵੁਰਦੀਆਂ ਪਵਾ ਕੇ ਆਪਦੇ ਬਣਾਏ ਹੋਣਗੇ ਜਿਹੜਾ ਇੱਕ ਜਿਵੇਂ ਕੈਟ ਟਾਈਪ ਚੱਲਦਾ ਕਿ ਕੈਟ ਹੁੰਦੇ ਆ ਜੀ ਇਹ ਟਾਈਪ ਦੇ ਬੰਦੇ ਜੀ ਇਹ ਲਾਡਲੇ ਬਣ ਗਏ ਨਾ ਇਹ ਅਨੁਸ਼ਾਸਨ ਚ ਸੀਗੇ ਜੀ ਨਾ ਕੋਈ ਡਰ ਸੀਗਾ ਬਸ ਬਾਣਾ ਪਾਇਆ ਸੀਗਾ ਤੇ ਜਦੋਂ ਇਹ ਘੋੜੇ ਲੈ ਲੂ ਕੇ ਵੜ ਜਾਂਦੇ ਤੇ ਜਿਹੜੇ ਆਮ ਜ਼ਿਮੀਂਦਾਰ ਵਿਚਾਰੇ ਕਰਦੇ ਉਹ ਵੀ ਚੁੱਪ ਕਰ ਜਾਂਦੇ ਕਿ ਲਾਡਲੀਆਂ ਫੌਜਾਂ ਆ ਗਈਆਂ ਚਰ ਲੈਣ ਦਿਓ ਦੇਖੋ ਏਦੂ ਵਧੀਆ ਕੰਮ ਕਿੱਥੇ ਆਊਗਾ ਜੀ ਮੌਜਾਂ ਸੀ ਮੌਜਾਂ ਇਹਨਾਂ ਦੀਆਂ ਤਾਂ ਬੀਜਣਾ ਕਿਸੇ ਨੇ ਜੀ ਤੇ ਚਾਰਨਾ ਕਿਸੇ ਨੇ ਅੱਛਾ ਇਹਨਾਂ ਦੇ ਵਿੱਚ ਤੁਸੀਂ ਨੋਟ ਕਰੋ ਪਿੰਡਾਂ ਦੇ ਵਿੱਚ ਵਿਚਾਰਾ ਜਿਹੜਾ ਐਸੀ ਭਾਈਚਾਰਾ 70% ਆ ਤੇ ਜਿਹੜਾ ਜ਼ਿਮੀਂਦਾਰ ਸੀ 5 ਕਿੱਲੇ ਵਾਲਾ ਜਾਂ ਅਨਪੜ੍ਹ ਬੰਦਾ ਜਾਂ ਥੋੜਾ ਜਿਹਾ ਲੜਾਕੂ ਟਾਈਪ ਜਿਹੜਾ ਜਵਾਨੀ ਵੇਲੇ ਮਾੜਾ ਮੋਟਾ ਮੈਂ ਪਿੰਡ 'ਚ ਲੜਦਾ ਸੀਗਾ ਤੇ ਜਦੋਂ ਉਹ ਟੱਪ ਜਾਂਦਾ ਸੀਗਾ ਕਿ ਮਤਲਬ ਜੀ ਵਿਆਹ ਵਾਲੇ ਟਾਈਮ ਜਦੋਂ ਲਾ ਲਓ ਉਦੋਂ ਫਿਰ ਉਹ ਦਮਦਮਾ ਇੱਥੇ ਅੰਮ੍ਰਿਤਸਰ ਸੋਰੀ ਤਲਵੰਡੀ ਜਾਂ ਪਟਿਆਲਾ ਛਾਉਣ 'ਚ ਉੱਥੇ ਆ ਜਾਂਦਾ ਸੀਗਾ ਜੀ ਇਹ ਸੀ ਇਹਨਾਂ ਦੀ ਡੈਫੀਨੈਂਸ ਪੜ੍ਹੇ ਜੀ ਥੋੜਾ ਥੋੜਾ ਪੜ੍ਹਦੇ ਪੜ੍ਹਦੇ ਅਪਡੇਟ ਹੋਏ ਪਿੰਡਾਂ ਵਾਲੇ ਜੀ ਕਾਲਜਾਂ 'ਚ ਗਏ ਯੂਨੀਵਰਸਿਟੀਆਂ 'ਚ ਗਏ ਪਰ ਜਦੋਂ ਲੜਾਕੇ ਸੁਭਾਅ ਦੇ ਜਿਹੜੇ ਬੰਦੇ ਸੀਗੇ ਬਾਈ ਜੀ ਉਹ ਫਿਰ ਜਾ ਕੇ ਇਹ ਟਕਸਾਲ ਸੋਚ 'ਚ ਆਈ ਮਾਝਾ ਦੇ ਵਿੱਚ ਇਹਨਾਂ ਦਾ ਫਰਕ ਸੀ ਉਹ ਜਮਾਂ ਅੰਗੂਠਾ ਛਾਪ ਸੀਗੇ ਮਾੜੇ ਮੋਟੇ 10ਵੀਂ ਪਲੱਸ 2 ਵਾਲੇ ਸੀਗੇ ਸੋਚ ਇੱਕੋ ਹੀ ਸੀਗੀ ਉਹ ਛੋਟੇ ਲੈਵਲ ਤੇ ਠੱਗੀ ਮਾਰਦੇ ਸੀ ਇਹਨਾਂ ਨੇ ਆਖਿਆ ਥੋੜਾ ਪੜ੍ਹੇ ਲਿਖੇ ਮਾੜਾ ਜਿਹਾ ਵੱਡਾ ਰੱਖੋ ਅਪਡੇਟ ਹੋਵੇ ਨਾ ਜੀ ਠੀਕ ਹੈ ਜੀ ਇਹ ਚੀਜ਼ ਬਾਈ ਜੀ ਡੈਫੀਡੈਂਸ ਬਣੀ ਜੀ 78 ਤੋਂ ਪਹਿਲਾਂ ਮੈਂ ਨੀ ਕਦੇ ਸੁਣਿਆ ਬਾਈ ਯਕੀਨ ਮੰਨਿਓ ਕਦੇ ਮੈਂ ਪੜ੍ਹਦਾ ਰਹਿੰਦਾ ਚੀਜ਼ਾਂ ਨੂੰ ਮੈਨੂੰ ਕਦੇ ਕੋਈ ਤੁਸੀਂ ਕਰਤਾਰ ਸਿੰਘ ਵੀ ਮਤਲਬ ਠੀਕ ਹੈ ਆਉਂਦਾ ਸੀ ਨਾਮ ਪਰ ਇੰਨਾ ਨੀ ਆਉਂਦਾ ਸੀਗਾ ਜਿਹੜਾ 78 ਤੋਂ ਬਾਅਦ ਅਪ ਹੋ ਕੇ ਅੱਛਾ ਹੋਰ ਦੇਖੋ ਵੱਡੀ ਗੱਲ ਇਹ ਤਾਂ ਕੁਛ ਵੀ ਨੀ ਉਹਨਾਂ ਮੁਕਾਬਲੇ ਜਿਹੜਾ ਸੀ ਜੀ ਮਤਲਬ ਇਹ ਨੀਲੇ ਬਾਣੇ ਵਾਲੇ ਲਾਡਲੀਆਂ ਫੌਜਾਂ ਦਾ ਸੰਤ ਸੰਤਾ ਸਿਓ ਢਿੱਡ ਸੀ ਜੀ ਉਹ ਟਰੱਕ ਜਿਹੜਾ ਮੈਂ ਦਰਸ਼ਨ ਕੀਤੇ ਆ ਜੀ ਮਹਾਂਪੁਰਸ਼ ਦੇ ਉਹਦੇ ਆਹੋ ਅਕਾਲ ਤਖ਼ਤ ਦੀ ਪਹਿਲੀ ਕਾਰ ਸੇਵਾ ਸਰਕਾਰ ਨੇ ਉਹ ਤੋਂ ਕਰਵਾਈ ਸੀ ਉਹ 80 ਤੋਂ ਲੈ ਕੇ ਉਹ ਬੰਦਾ ਇੰਦਰਾ ਗਾਂਧੀ ਜਾਂ ਕਾਂਗਰਸ ਤੋਂ 3 ਟਿਕਟਾਂ ਲੈਂਦਾ ਰਿਹਾ ਜਨਾਬ ਬੰਦੇ ਨੂੰ ਪਤਾ ਹੋਊਗਾ ਮਾਲਵੇ ਦੇ 3 ਟਿਕਟਾਂ ਕਾਂਗਰਸ ਦਿੰਦੀ ਸੀ ਉਸ ਬੰਦੇ ਨੂੰ ਉਹਦਾ ਰੁਤਬਾ ਤੇ ਮੈਂ ਇਹ ਵੀ ਸੁਣਿਆ ਕਿਤੇ ਪੰਜਾਬ ਦੇ ਵਿੱਚ ਇੰਦਰਾ ਗਾਂਧੀ ਆਈ ਸੀ ਉਹ ਕ੍ਰੋਸ ਕਰ ਰਿਹਾ ਸੀ ਪਟਿਆਲੇ ਲਾਗੇ ਰਾਜਪੁਰੇ ਲਾਗੇ ਤਾਂ ਉਹ ਮਿਲ ਕੇ ਗਈ ਸੀ ਰੋਡ ਦੇ ਉੱਤੇ ਰੋਕ ਕੇ ਉਸ ਬੰਦੇ ਨੂੰ ਉਹ ਬੰਦਾ ਹਸਤੀ ਇਹਨਾਂ ਮੁਕਾ ਮਤਲਬ ਫਿਰ ਆ ਗਏ ਜੀ ਇਹ ਸੂਰਮੇ ਠੀਕ ਹੈ ਜੀ ਇਹਨਾਂ ਨੇ ਵੀ ਕੰਮ ਉਹੀ ਕੀਤਾ ਠੀਕ ਹੈ ਜੀ ਉਹਦਾ ਕਰਦੇ ਸੀ ਬਾਈ ਜੀ ਸੰਗਲ ਉਹਨਾਂ ਕੋਲ ਸੰਗਲ ਸੀ ਦੋ ਦੋ ਮਨ ਦੇ ਤਲਵੰਡੀ ਮੈਂ ਦੇਖੀ ਹੈ ਜੀ ਮਤਲਬ ਇੱਥੇ ਉਹ ਕੀ ਕਰਦੇ ਕੋਈ ਬੀੜੀ ਪੀਂਦਾ ਜੀ ਇਹਨਾਂ ਦਾ ਨਿਗਨੋ ਉਹਦੇ ਲਾ ਦਿੰਦੇ ਜੀ ਦੋ ਦੋ ਦਿਨ ਪੈ ਰਹਿੰਦਾ ਵਿਚਾਰਾ ਉਹ ਨਾ ਚੱਕਿਆ ਜਾਂਦਾ ਨਾ ਹਿੱਲਿਆ ਜਾਂਦਾ ਕਾਫੀ ਸਜ਼ਾ ਇਹਨਾਂ ਨੇ ਚੱਕ ਲਈ ਮੌਜਰ ਟਾਈਪ ਯਾਰ ਸਜ਼ਾ ਥੋੜੀ ਚੰਗੀ ਕਰੀਏ ਇਹਨਾਂ ਨੇ ਉਹ ਬਣਾ ਕੇ ਜੀ ਇਹ ਕੰਮ ਚਲਾਇਆ ਨਾ ਤਾਂ ਬਾਈ ਜੀ ਉਹਦੇ ਵਿੱਚੋਂ ਕੁਛ ਮਿਲਿਆ ਕੌਮ ਨੂੰ
ਅੱਜ ਵੀ ਜੇ ਕੋਈ ਤੀਜਾ ਬੰਦਾ ਸ਼ਾਨ ਨਾਲ ਲਾਉਂਦਾ ਜੀ, ਠੀਕ ਆ ਸਰਕਾਰਾਂ ਬਦਲਦੀਆਂ ਦੇਸ਼ ਬਣਦੇ ਆ ਤਾਂ ਸਰਕਾਰ ਦਾ ਹੁੰਦਾ ਜੀ ਝਾੜ ਦੇਵੇ ਨੇ ਇੱਕ ਬੰਦੇ, ਪਰ ਸਰਕਾਰਾਂ ਉਹ ਆਪ ਨੀ ਕਰਦੀਆਂ ਜਨਾਬ, ਉਹ ਵਿੱਚੋਂ ਹੀ ਪੈਦਾ ਕਰਦੀਆਂ ਇਹ ਚ ਬੰਦੇ। ਜਿਵੇਂ ਲਾਡਲੀਆਂ ਫੌਜਾਂ 47 ਵੇਲੇ ਉਹਨਾਂ ਨੇ ਉਸ ਮੁਸਲਮਾਨ ਮਾਰੇ, ਦੇਖੋ ਇਹ ਬੰਦੇ ਅੱਜ ਵੀ ਕਹਿ ਰਹੇ ਅਸੀਂ ਬੜੇ ਭਰਾਮ ਨਾਲ ਰਹਿ ਰਹੇ ਸੀ, ਆਮ ਬੰਦਿਆਂ ਦੀ ਸਿਫਤ ਅੱਜ ਵੀ ਕਰਦੇ ਉਹ ਬੰਦੇ, ਪਰ ਜਦੋਂ ਆਉਂਦੇ ਆ ਕਿ ਸਾਡੇ 7 ਮਾਰ ਤੇ ਸਾਡੇ 15 ਤਾਂ ਇੱਕੋ ਹੀ ਚੀਜ਼ ਆਉਂਦੀ ਆ ਜੀ, ਜਾਂ ਗੋਰਖਾ ਤੇ ਜਾਂ ਜਿਹੜੇ ਕਾਲੀ ਵੱਜਦੇ ਆ ਜੀ ਕੜੇ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਤੇ ਉਹਨਾਂ ਨੇ ਕੀਤਾ ਜੀ। ਤੇ ਸੀਏ ਭੁੱਖ ਨੰਗ ਜੀ ਬਸ ਇਹ ਮੰਗ ਖਾਣੇ ਸੀ ਤੇ ਉਹ ਮਤਲਬ ਕੁੱਟ ਕੇ ਤੇ ਮਾਰ ਕੇ ਖਾਂਦੇ ਸੀ ਜੀ, ਠੀਕ ਹੈ ਜੀ। ਹੁਣ ਆ ਜਾਓ ਸੰਤ ਸਿਪਾਹੀ ਦੇ ਉੱਤੇ ਜੀ, ਠੀਕ ਹੈ ਜੀ। ਇਹ ਪੁੱਛਦਾ ਸੀ ਭਾਈ ਸਾਹਿਬ ਕਿ ਕਹਿੰਦਾ ਤੁਹਾਡਾ ਉਹ ਦੱਸੋ ਜੀ ਕੀ ਆ, ਕੀ ਕਹਿੰਦੇ ਹੁੰਦੇ ਆ ਜੀ ਗਰਾਊਂਡ ਲੈਵਲ ਤੇ, ਗਰਾਊਂਡ ਲੈਵਲ ਤੇ ਟੀਚਾ ਦੱਸੋ ਕੀ ਆ ਗਰਾਊਂਡ ਲੈਵਲ। ਹਾਂ ਹਾਂ ਗਰਾਊਂਡ ਲੈਵਲ ਸੁਣੋ ਵੀਰ ਜੀ, ਮੈਂ ਦੇਖੋ ਮੈਂ ਅੱਜ ਗੱਲ ਕਰ ਰਿਹਾ ਤੂੰ ਯਕੀਨ, ਮੈਂ ਭਾਈ ਸਾਹਿਬ ਨੂੰ ਦੱਸਣਾ ਚਾਹੁੰਦਾ ਜਾਂ ਦੂਜੇ ਜਿਹੜੇ ਬੰਦੇ ਸਾਡੇ ਯੂਟਿਊਬ ਤੇ ਬਾਈ ਜੀ, ਮੈਂ ਕਲਿੱਪ ਪੜੀ ਸੀ ਡਾਇਲੋਗ ਮਾਰਦੇ ਆ ਜੀ, ਉਹਦੇ ਵਿੱਚ ਕੀ ਆ ਬਾਈ ਜੀ, ਤੁਸੀਂ 10 ਮਿੰਟ ਦਾ 30 ਮਿੰਟ ਦਾ ਛੋਟੇ ਛੋਟੇ ਕਲਿੱਪ ਪਏ ਆ ਯੂਟਿਊਬ ਤੇ, ਵੇਖ ਕੇ ਦੂਜਾ ਇੰਟਰਸਟ ਬਣਦਾ, ਉਹ ਆਮ ਥਿਆਉਂਦੇ ਨੀ ਜੀ, ਉਹ ਡੇਟਾਂ ਦਾ ਫਰਕ ਪੈ ਜਾਂਦਾ। ਇਹਦੇ ਵਾਸਤੇ ਟੈਲੀਗ੍ਰਾਮ ਦੇ ਉੱਤੇ ਜੀ ਰੇਡੀਓ ਵਿਰਸਾ ਪਿਆ ਜੀ, ਮੈਂ ਨਾ ਬਾਈ ਨੂੰ ਗਰੰਟੀ ਕਰਦਾ ਜੀ ਤੁਸੀਂ ਡਾਊਨਲੋਡ ਕਰੋ ਸੁਣੋ, ਮੈਂ ਗਰੰਟੀ ਕਰਦਾ ਜੇ ਰਾਤ ਨੂੰ ਸੌਂਗੇ ਤਾਂ ਮੈਨੂੰ ਨੀਵੇਂ ਸਾਂਭਾ ਦਿਓ। ਤੁਹਾਨੂੰ ਤੁਹਾਡੇ ਮੈਡਮ ਆਖਿਆ ਕਰੂ 3 ਵੱਜ ਕੇ ਸੌਂ ਜਾ, ਤੜਕੇ ਉੱਠਣਾ ਤੇ ਤੇਰੇ ਕੰਨਾਂ ਕੰਨਾਂ 'ਚ ਹੈਡਫੋਨ ਲੱਗੇ ਹੋਣਗੇ, ਬਾਈ ਜੀ ਇਹ ਗਰੰਟੀ ਹੈ ਮੇਰੀ, ਇਹ ਪੜ੍ਹਨ ਸੁਣਨ ਫਿਰ ਜੇ ਜਵਾਬ ਕਰਦੇ ਆ ਮੈਂ ਫਿਰ ਮੰਨੂ ਕਿ ਬਾਈ ਵਾਕਈ ਯਾਰ ਹਾਂ ਗਰਾਊਂਡ ਲੈਣ ਦੀ ਦੱਸੀ ਨੀ ਜਾਂਦੀ ਬਾਈ ਜੀ, ਇਹ ਵੇਖਣੀ ਪੈਂਦੀ ਆ ਸੁਣ, ਅਸੀਂ ਸੁਣਦੇ ਹਾਂ ਬਾਈ ਜੀ, ਦੇਖੋ ਅਸੀਂ ਕਦੇ ਫੋਨ ਨੀ ਕੀਤਾ, ਸਾਨੂੰ ਲੋੜ ਹੀ, ਸਾਨੂੰ ਪਤਾ ਕਿ ਹਜ਼ਾਰ ਲਾ ਕੇ ਆਵਾਂਗੇ ਫੋਨ ਕਰਾਂਗੇ ਤਾਂ, ਕਿਉਂਕਿ ਸਾਡੀ ਸੋਚ ਹੀ ਨਹੀਂ ਉਨੀ, ਸਾਨੂੰ ਸਾਰਾ ਜਵਾਬ ਮਿਲ ਹੀ ਜਾਂਦਾ ਫੋਨ ਦੇ ਉੱਤੇ ਜੀ, ਕਮੀਣੇ ਆ ਜੀ ਕਮੀਣੇ ਆ ਵੀਰਾ, ਠੀਕ ਹੈ ਨਾ ਜੀ। ਅੱਛਾ ਹੁਣ ਸੁਣੋ ਜੀ, ਹੁਣ ਬਾਈ ਜੀ ਕਹਿੰਦੇ ਸੀ ਅਸੀਂ ਬਾਹਰ ਬਹਿ ਕੇ ਮਤਲਬ ਜੀ ਬੜਾ ਭਿੰਡਰਾਣਾ ਦਾ ਉਹ ਆ ਲਾ ਦੇਣ ਦੇ ਉੱਤੋਂ ਦਾ ਕੋਈ ਵੱਡਾ ਡਾਊਨ ਨਹੀਂ ਨਾ ਹੋਇਆ ਦੁਨੀਆਂ ਤੇ, ਨਹੀਂ ਨਾ ਹੋਇਆ, ਇਹ ਤਾਂ ਵਿਚਾਰੇ 10% ਚ ਵੀ ਨੀ ਆਉਂਦੇ ਹੋਣੇ, ਪੱਛਮੀ ਦੇਸ਼ਾਂ ਨੇ ਬਾਈ ਜੀ ਉਹਨਾਂ ਜਲੂਸ ਕੱਢਤਾ, ਉਹਦੇ ਦਾੜੀਆਂ ਤੇ ਉਹਨਾਂ ਦੀਆਂ ਪੱਗਾਂ ਤੇ ਸਾਡੇ ਪੰਜਾਬੀ ਕੁੱਟਤੇ ਭੁਲੇਖੇ ਚ, ਇਨਸਾਨ ਕਿਹੜੇ ਬੇਸ ਨਾਲ ਜੀ ਉੱਥੇ ਲੰਡਨ ਦੇ ਵਿੱਚ ਲਾ ਕੇ ਸਕਰੀਨਾਂ। ਅੱਛਾ ਹੋਰ ਚੀਜ਼ ਦੇਖੋ, ਇੱਕ ਜਗਜੀਤ ਸਿੰਘ ਜੀਤਾ ਭਾਈ ਸਾਹਿਬ ਜੋ ਦਾ ਪਰਿਆ ਬਾਈ ਜਿਹੜਾ ਵਿਆਹਿਆ ਬੂਆ ਕਿ ਯਾਰ ਰਿਸ਼ਤੇ ਰੁਸ਼ਤੇਦਾਰ ਹੈ ਨੀ ਇਹਦੇ, ਤੇ ਸੰਗ ਯਾਰ ਆਉਂਦੀ ਹੈ ਬੰਦੇ ਨੂੰ ਦੇਖ ਕੇ ਯਾਰ ਕਿ ਰਿਸ਼ਤੇਦਾਰ ਵੀ ਬਹਿੰਦੇ ਗੱਲਾਂ ਯਾਰ, ਬਾਈ ਉਹ ਤਾਂ ਆਪ ਰਿਸ਼ਤੇ ਕਰਾਉਂਦਾ ਤੈਨੂੰ ਦੱਸਿਆ ਰਹਿ ਗਾ ਲੱਗ ਗਈ ਆ, ਮਤਲਬ ਲੈਵਲ ਵਧਿਆ ਪਿਆ ਆਮ ਬੰਦਿਆਂ ਨਾਲੋਂ ਜੀ, ਮੈਂ ਨੀ ਸੰਗ ਜੀ ਬਾਈ ਬੰਦੇ ਨੂੰ ਆਉਂਦੀ ਹੈ ਜਦੋਂ ਬਾਬਾ ਹਜ਼ਾਰ ਚੱਲਿਆ ਜੇ ਮੰਨਦਾ ਹੀ ਕੁਛ ਨੀ ਘੱਟਾ। ਉਹ ਇੱਕ ਬੋਬੀ ਸਿੰਘ ਆ ਜੀ, ਉਹਦੇ ਕੋਲੇ ਕਾਰ ਆ ਜੀ ਇੱਕ, ਕੀ ਕਹਿੰਦੇ ਹੁੰਦੇ ਹੈਗੇ ਪੱਟੀ ਵਾਲੀ, ਉਹ ਜੀ ਮੈਨੂੰ ਲੱਗਦਾ ਜੰਮਿਆ ਜੁੰਮਿਆ ਵੀ ਉਧਰ ਆ, ਕਿਉਂਕਿ ਉਹਦੀ ਅੰਗਰੇਜ਼ੀ ਦੱਸਦੀ ਆ ਜੀ ਫਲੋ, ਉਹਦੀ ਦੂਜਾ ਗੋਰਿਆਂ ਵਾਲਾ ਹੀ ਆ, ਪੰਜਾਬੀ ਉਹ ਕਹਿੰਦਾ ਮੈਨੂੰ 5-7% ਹੀ ਆਉਂਦੀ ਆ, ਤੇ ਆਇਆ ਉਹ ਇੱਧਰ ਜੰਮ ਕੇ ਵੀ ਨੀ, ਹੁਣ ਗਰੰਟੀ ਹੈ ਮੇਰੀ, ਜਿਵੇਂ ਉਹ ਕਾਰਾਂ ਦੇ ਉੱਤੇ ਐਨਕਾਂ ਉਣਕਾਂ ਲਾ ਕੇ ਤੇ ਬੂਫਰ ਵਾਫਰ ਵਾਲਾ ਜਗਾੜ ਉਹਦਾ ਲੱਗਦਾ ਮੈਨੂੰ, ਉਹ ਜੱਟਣ ਵਾਲਾ ਕੰਮ ਮੈਨੂੰ ਲੱਗਿਆ ਨੀ ਉਹਦਾ, ਪ੍ਰਮੋਟ ਕਰ ਰਹੇ ਉਹ ਪਿੰਡਰ ਵਾਲੇ ਨੂੰ, ਦੇਖੋ ਸੋਚਣ ਵਾਲੀ ਗੱਲ ਆ ਬਾਈ ਜੀ, ਸਹੀ ਗੱਲ। ਇੱਕ ਸਕਰੀਨ ਵਾਲੇ ਅਸੀਂ ਇੱਥੇ ਅਸੀਂ ਮਤਲਬ ਪੀਟੀਕਲ ਬੰਦੇ ਆ ਬਾਈ ਜੀ, ਅਸੀਂ ਵੀ ਆਪਦੇ ਨੰਬਰ ਬਣਾਉਣ ਦੀ ਖਾਤਰ ਫਲੈਕਸਾਂ ਲਵਾ ਦਿੰਦੇ ਹਾਂ ਬਾਈ ਜੀ, ਕਿਸੇ ਲੀਡਰ ਨੇ ਹੁੰਦਾ ਕਿ ਲਾ ਦਿਓ ਫੋਟੋਆਂ ਯਾਰ, ਨਿਗਾਹ ਪਊਗੀ ਆਖਣਗੇ ਬੱਲੇ ਸ਼ੇਰਾ ਬੜਾ ਸੋਹਣਾ, ਹਰ ਇੱਕ ਬੰਦੇ ਦੀ ਪੋਲਿਸੀ ਯਾਰ ਜੀ। ਅੱਛਾ ਇਹੀ ਚੀਜ਼ ਬਾਈ, ਸਕਰੀਨ ਲਾ ਕੇ ਹਾਈਵੇ ਤੇ ਕਿੱਡੀ ਕੁ ਵੱਡੀ ਪ੍ਰਾਪਤੀ ਆ, ਮੈਨੂੰ ਨੀ ਲੱਗਦਾ ਪੰਜਾਬੀ ਤੋਂ ਬਿਨਾਂ ਕੋਈ ਬੰਦਾ ਨਿਗਾਹ ਮਾਰਦਾ ਉਹਦੇ ਉੱਤੇ, ਯਾਰ ਕੌਣ ਮਹਾਂਪੁਰਸ਼ ਖੜੇ ਆ ਨਾਲੇ, ਉਹਦੇ ਨਾਲ ਕੀ ਹੋ ਜਾਣਾ ਜਿੰਨਾ ਇੱਦਾਂ ਕਿਤੇ ਇੱਦਾਂ ਮਸ਼ਹੂਰੀ ਹੁੰਦੀ ਹੁੰਦੀ ਆ ਯਾਰ, ਇਹਨਾਂ ਦੀ ਸੋਚ ਮੁਤਾਬਕ ਗੱਲ ਕਰ ਰਹੇ ਹਾਂ ਜੀ। ਪਿਛਲੀ ਵਾਰੀ ਮੋਰਾਂ ਵਾਲਾ ਬੈਠ ਕੇ ਇੱਕ ਗਾਣਾ ਜੀ ਘਸਾ ਰੱਖਿਆ, ਸਾਨੂੰ ਵੀ ਯਾਦ ਕਰਾਤਾ ਕੰਜਰ ਦਿਆਂ ਨੇ, ਹੋਰ ਦੇਖੋ ਕਿਹੜਾ ਗਾਣਾ ਜੀ, ਉਹ ਤਸਵੀਰ ਡਰਾਵੇ ਬੈਰੀ ਨੂੰ, ਹਾਂ ਉਹੀ ਉਹੀ ਜਿਹੜਾ ਲਾਉਂਦੇ ਹੁੰਦੇ ਆ ਜੀ, ਉਹ ਪਿਛਲੀ ਵਾਰ ਉਹ ਗੱਡੀ ਚ ਬੈਠਾ ਸੀ, ਐਤਕੀ ਜੀਤਾ ਬਿਠਾਇਆ ਹੋਇਆ ਸੀ, ਹਾਂ ਐਤਕੀ ਮਹਾਂਪੁਰ ਜੀਤਾ ਜੀ ਬਹਿ ਗਏ ਜੀ ਨਾਲ, ਜੀਤੇ ਨੂੰ ਬਿਠਾ ਵੀ ਮੂਹਰਲੀ ਸੀਟ ਤੇ ਲਿਆ, ਉਹ ਤਾਂ ਕਮਲਾ ਹੋਇਆ ਮੇਰੇ, ਹਾਂਜੀ ਹਾਂਜੀ ਤੇ ਚੱਕਤੀ ਬਾਈ ਜੀ ਉਸੇ ਸੜਕ ਤੇ ਫਿਰ, ਜਦੋਂ ਫੋਟੋ ਆ ਜੇ
ਫੇਰਾ ਸੂਰਮੇ ਉਹ ਫਲਾਨੇ ਉਹ ਤਿਵੜੇ ਤੇ ਜੀਤਾ ਉਹਨੂੰ ਕਹਿੰਦਾ ਠੀਕ ਆ ਥੋੜੀ ਕਹਿੰਦਾ ਪੰਜਾਬੀ ਸੁਧਰ ਗਈ ਕਹਿੰਦਾ ਅੱਗੇ ਨਾਲ ਬਹੁਤ ਪਿਛਲੀ ਵਾਰ ਨਾਲੋਂ ਕਹਿੰਦਾ ਨਾ ਨਾ ਕੁਛ ਨੀ ਸਾਰੇ ਉੱਥੇ ਏਜੰਸੀਆਂ ਦੇ ਬਿਠਾਲੇ ਹੋਇਆ ਵੀਰਾ ਇਹਨਾਂ ਨੂੰ ਇਹ ਤਾਂ ਜਿੱਦਣ ਨਾ ਥੱਲਿਓ ਪਰਤਾਂ ਖੁੱਲੀਆਂ ਦੇਖੀ ਕੀ ਨਿਕਲਣਾ ਇਹਨਾਂ ਦੇ ਥੱਲਿਓ ਯਾਰ ਅੱਛਾ ਹੁਣ ਮੈਂ ਬਾਈ ਜੀ ਤੁਹਾਨੂੰ ਤਾਂ ਪਤਾ ਹੀ ਆ ਸੋਚਦੇ ਨੂੰ ਹੀ ਪਤਾ ਜਿਹੜੇ ਵਿਚਾਰੇ ਨਵੇਂ ਨਵੇਂ ਦੋ ਦੋ ਮਹੀਨੇ ਵਾਲੇ ਆ ਇਹਨਾਂ ਨੂੰ ਇੱਕ ਮੈਂ ਚੀਜ਼ ਦੱਸਣੀ ਚਾਹੁੰਦਾ ਜੀ ਜਿੰਨਾ ਕੁ ਮੈਨੂੰ ਪਤਾ ਮੈਂ ਕਿਹੜਾ ਤੁਹਾਨੂੰ ਪੁੱਛਿਆ ਜੀ ਕਿ ਤੁਹਾਡੀ ਕੀ ਪੋਲਿਸੀ ਹੈ ਕੀ ਬਾਤ ਆ ਜਿੰਨਾ ਕੁ ਮੈਨੂੰ ਸੁਣਦੇ ਨੂੰ ਹੋਇਆ ਮੈਂ ਤੁਹਾਡਾ ਸਾਰਾ ਘਸਾਤਾ ਜੀ ਘਰੋਂ ਗਾਲਾ ਵੀ ਬਹੁਤ ਲਈਆਂ ਬਾਈ ਜੀ ਕਿ ਪੈਦਾ ਪੈਦਾ ਬਹੁਤ ਟਾਈਮ ਹੋ ਗਿਆ ਬਹੁਤ ਸੁਣੀਦਾ ਜੀ ਅੱਛਾ ਜੀ ਪੋਲਿਸੀ ਕੀ ਆ ਇਹ ਬੈਠੇ ਆ ਜੀ ਆਪਦੇ ਕਸਟਮਰ ਦੇ ਉੱਤੇ ਕੋਈ ਧਰਮ ਧੁਰਮ ਦਾ ਨੀ ਡੱਕਾ ਨੀ ਇਹਨਾਂ ਨੂੰ ਆਈ ਆਉਂਦੇ ਰਹਿਣ ਮੱਥੇ ਟਿਕਦੇ ਰਹਿਣ ਇਹ ਖੁਸ਼ ਆ ਇੱਥੇ ਸਿੱਖ ਪੰਥ ਤੁਹਾਡੀ ਸੋਚ ਕੀ ਆ ਤੁਹਾਡੀ ਸੋਚ ਇਹ ਆ ਜਿਹੜੀ ਇੰਟਰਨੈਸ਼ਨਲ ਉਹ ਆ ਗਿਆ ਜੀ ਸਮਾਜ ਆ ਗਿਆ ਸਾਰਾ ਦੁਨੀਆਂ ਉੱਥੇ ਸਿੱਖ ਧਰਮ ਜੇ ਕੋਈ ਬੰਦਾ ਗੱਲ ਕਰੇ ਤਾਂ ਅਸੀਂ ਕਿਵੇਂ ਪੇਸ਼ ਕਰੀਏ ਧਰਮ ਨੂੰ ਉੱਥੇ ਜੇ ਮੈਂ ਸ਼ਰਤ ਨਾਲ ਕਹਿੰਦਾ ਕਦੇ ਸੋਚਿਆ ਵੀ ਹੋਵੇ ਨਾ ਬੰਦਿਆਂ ਨੇ ਕਿ ਯਾਰ ਜੇ ਕਿਤੇ UNO ਦੇ ਵਿੱਚ ਜਾ ਕੇ ਗੱਲ ਕਰਨੀ ਪਵੇ ਅਸੀਂ ਕੀ ਜਵਾਬ ਦੇਵਾਂਗੇ ਕਿਉਂਕਿ ਇਹ ਪੰਜਾਬ ਚੋਂ ਬਾਹਰ ਨਿਕਲੇ ਹੀ ਨੀ ਕਦੇ ਬਾਈ ਜੀ ਨਹੀਂ ਫਿਰ ਤੁਹਾਨੂੰ ਬੈਲੈਂਸ ਸੋਚ ਰੱਖਣੀ ਪੈਣੀ ਆ ਨਾ ਤੁਹਾਨੂੰ ਜਿੰਨੇ ਠੀਕ ਆ ਠੀਕ ਦੱਸਣਾ ਪੈਣਾ ਜਿਹੜੀ ਗਲਤੀ ਆ ਉਹ ਕਬੂਲਣੀ ਪੈਣੀ ਆ ਫੇਰ ਇਦਾਂ ਥੋੜੀ ਕਰ ਹੋਣੀ ਬਿਲਕੁਲ 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 ਕਿਉਂਕਿ ਦੇਖੋ ਇਹ ਤਾਂ ਕਹਿੰਦੇ ਨਾ ਕਿ ਆ ਵਜਾ ਕੇ ਬਾਜੇ ਬੂਜੇ ਤੇ ਜੀ ਲੜਕਦੇ ਜੇ ਮਾਰ ਕੇ ਇਹ ਸੁਣਦੇ ਰਹੇ ਆ ਸਾਡੇ ਵਿਚਾਰੇ ਜਿਹੜੇ ਪੰਜ ਪੰਜ ਸੱਤ ਸੱਤ ਪੜ੍ਹੇ ਬਾਪੂ ਸੀਗੇ ਜੀ ਸੁਣਦੇ ਰਹੇ ਆ ਬਾਈ ਜੀ ਮੰਨਦੇ ਆ ਨਹੀਂ ਪਤਾ ਜਿਹੜੀ ਹੁਣ ਜਨਰੇਸ਼ਨ ਆ ਬਾਈ ਜੀ ਮਿੱਤਰਾ ਸਮਝਾਉਣਾ ਪਊ ਦਿਮਾਗ ਚ ਪਾਉਣਾ ਪਊ ਤਾਂ ਮੈਨੂੰ ਨਹੀਂ ਨੰਗਾ ਹੋ ਜਾਈ ਤਾਂ ਨੀ ਮੰਨਦੇ ਲੋਕ ਨਾ 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 ਕਾਲਖ ਲਾ ਕੇ ਜਮਾ ਹੋ ਜਾਏਗੀ ਮੈਂ ਜਮਾ ਸਿਰੇ ਵਾਲਾ ਬੈਠਾ ਤਾਂ ਨੀ ਲੋਕ ਮੰਨਦੇ ਬਾਈ ਜੀ ਇਹ ਦੁਕਾਨਦਾਰੀਆਂ ਬਾਈ ਜੀ ਠੀਕ ਹੈ ਇਹ ਚਲਾਈ ਜਾਂਦੇ ਅੱਛਾ ਹੋਰ ਸੁਣੋ ਇਹ ਕਹਿੰਦੇ ਨਾ ਕਿ ਲੋਕ ਇਕੱਠੇ ਕਿਵੇਂ ਕਰੀਏ ਫਲਾਨਾ ਕਰੀਏ ਇਹਨਾਂ ਨੂੰ ਲੱਗਦਾ ਬਾਈ ਜੀ ਜਦੋਂ ਗੁਰੂ ਸਾਹਿਬ ਨੇ ਸਿੱਖ ਪੰਥ ਬਣਾਇਆ ਸੀ ਕਿੰਨੇ ਕੁ ਹੋਣਗੇ ਬੰਦੇ ਜੱਟ ਜਾਂ ਆਪਣੇ ਸਿੱਖ ਜੀ ਮੈਨੂੰ ਲੱਗਦਾ ਨੀ ਬਾਈ 10 ਲੱਖ ਸਾਰੇ ਇੱਥੇ ਹੋਣਗੇ ਜਾਂ 20 ਲਾ ਲਓ ਜੀ ਅਖੀਰ ਪਤ ਨਾ ਨਾ ਉਹ ਨਾ 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 ਇੰਨੀ ਪਾਪੂਲੇਸ਼ਨ ਜੱਟ ਜੁੱਟ ਲਾ ਕੇ ਸਾਰੇ ਜੀ ਮਤਲਬ ਸਿੰਘ ਸੂਰਮੇ ਸਾਰੇ ਮਿਲਾ ਕੇ ਕਿੰਨੇ ਹੋਣਗੇ 10 ਲਾ ਲਓ ਚਲੋ ਮੰਨ ਲੈਂਦੇ ਹਾਂ 43 ਸਾਹਿਬ ਗੁਰੂ ਸਾਹਿਬ ਦਾ ਜੀਵਨ ਰਿਹਾ ਉਦੋਂ ਦੂਜੇ ਗੁਰੂਆਂ ਦਾ ਵੀ ਬੜਾ ਜੀਵਨ ਰਿਹਾ ਜੀ ਮੈਂ ਗਰੰਟੀ ਨਾਲ ਮੈਨੂੰ ਮਹਿਸੂਸ ਹੁੰਦਾ ਬਾਈ ਜੀ ਉਹਨਾਂ ਦੇ ਜਿਉਂਦੇ ਜੀ ਅੱਖਾਂ ਸਾਹਮਣੇ ਪ੍ਰਚਾਰ ਹੁੰਦਾ ਵੇਖ ਕੇ ਵੀ 10% ਉਹਨਾਂ ਟਾਈਮਾਂ ਚ ਵੀ ਸਿੱਖ ਗੁਰੂ ਸਾਹਿਬ ਦੀ ਸੋਚ ਦਾ ਪਾਸਾ ਬਣੇ ਹੋਣਗੇ ਨਾ 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 100% ਕਿਵੇਂ ਬਣਾ ਦੇਣਗੇ ਨਹੀਂ ਨਹੀਂ ਗੁਰਬਾਣੀ ਚਾਹੁੰਦਾ ਜੀ ਕੀ ਆ ਜੀ ਹਾਂਜੀ ਹਾਂਜੀ ਗੁਰਬਾਣੀ ਚਾਹੁੰਦਾ ਲੀਡ ਕਰਨ ਵਾਲਾ ਕੋਟਨ ਮੈਂ ਕੋਈ ਬਿਰਲਾ ਸੇਵਕ ਬਿਲਕੁਲ ਬਿਲਕੁਲ ਕਰੋੜਾਂ ਵਿੱਚੋਂ ਕੋਈ ਬਿਰਲਾ ਸੇਵਕ ਸਗਲੇ ਆਨ ਬਿਵਹਾਰੀ ਹਾਂਜੀ 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 ਇਹ ਗੁਰੂ ਸਾਹਿਬ ਖੁਦ ਕਹਿ ਰਹੇ ਆ ਸਹੀ ਆ ਗੱਲ ਜੀ ਸਹੀ ਆ ਉਹੀ ਤਾਂ ਗੱਲ ਇਹ ਹੈ ਨਾ ਬਾਈ ਜੀ ਇਹ ਕਹਿੰਦੇ ਆ ਕਿ ਐ ਬੋਲ ਕੇ ਕੀ ਹੋ ਜਾਂਦਾ ਇਹਨਾਂ ਨੂੰ ਸ਼ਾਇਦ ਪਤਾ ਨੀ ਬਾਈ ਜੀ 90% ਤੱਕ ਤਾਂ ਨਾ ਮਤਲਬ ਹਰਨੇਕ ਸਿੰਘ ਵਰਗੇ ਬਣੇ ਬੈਠੇ ਆ ਬਥੇਰੇ ਬਣੇ ਬੈਠੇ ਆ ਜਿਹੜੇ ਕਦੇ ਫੋਨ ਹੀ ਨੀ ਕਰਦੇ ਉਹਨਾਂ ਨੂੰ ਫਿਕਰ ਵੀ ਤਾਂ ਹੀ ਪਈ ਜਾਂਦਾ ਨਾ ਵੀ ਸਾਡੀ ਸਾਡੀ ਸਾਡਾ ਧੱਕਾ ਕਿਉਂ ਨੀ ਚੱਲਦਾ ਯਾਰ ਉਹ ਚਾਹੁੰਦੇ ਆ ਉਹ ਚਾਹੁੰਦੇ ਵੀ ਅਸੀਂ ਦਬਕਾ ਮਾਰੀਏ ਜਾ ਕੇ ਪੁੱਛੀਏ ਝੁੱਕ ਕੇ ਸਲਾਮ ਕਰਨ ਸਾਡੇ ਮੂਲ ਨਹੀਂ ਉਹ ਜਿਵੇਂ ਬਾਈ ਕਹਿੰਦਾ ਵੀ ਲਾਡਲੀਆਂ ਫੌਜਾਂ ਵੀ ਹੁਣ ਜੋ ਅਸੀਂ ਬਰਸੀਨ ਵੱਢਣ ਨਾ ਜਾਂਦੇ ਹਾਂ ਖੇਤਾਂ 'ਚ ਮਾਰਦੇ ਹਾਂ ਘੋੜੇ ਫਿਰ ਜ਼ਿਮੀਦਾਰ ਡੰਡਾ ਲੈ ਕੇ ਕਿਉਂ ਪਿੱਛੇ ਪੈਂਦਾ ਵੀ ਨਿਕਲ ਮੇਰੇ ਖੇਤ ਚੋਂ ਹੋਏਗਾ ਲਾਡਲੀ ਫੌਜ ਆਪਦੇ ਘਰੇ ਹੋਏਗਾ ਉਹ ਟਾਈਮ ਲੰਘ ਗਿਆ ਨਾ ਬਾਈ ਟੱਪ ਅੱਗੇ ਕੀ ਸੀ ਬਾਈ ਅੱਗੇ ਕੁਛ ਤਾਂ ਕਹਿੰਦੇ ਚੱਲ ਯਾਰ ਗੁਰੂ ਦੇ ਲਾਡਲੇ ਹੈਗੇ ਆ ਚੱਲ ਅੱਧੇ ਕਹਿੰਦੇ ਸੀ ਭੈਣ ਦੇ ਕੁੱਟਣਗੇ ਯਾਰ ਛੱਡ ਪਰੇ ਯਾਰ ਕੀ ਜਾਂ ਕਿੱਲਾ ਖਾ ਜਾਣਗੇ ਖਾ ਜਾਣਗੇ ਉਹ ਟਾਈਮ ਪਾਸ ਹੋ ਜਾਂਦਾ ਐ ਇਹਨਾਂ ਨੂੰ ਲੱਗਦਾ ਕਿ ਫੌਜਾਂ ਨੂੰ ਫੁੱਲੀ ਛੁੱਟੀ ਹੈ ਪਰਮਿਟ ਹੀ ਦਿੱਤਾ ਜੀ ਲੋਕਾਂ ਨੇ ਤੂੰ ਪਹਿਲਾਂ ਬਾਈ ਜੀ ਜਿੰਨੇ ਕਬਜ਼ੇ ਸਾਡੇ ਮਾਲਵੇ ਚ ਹੁੰਦੇ ਸੀ ਨਾ ਬੁੱਢਾ ਦਲ ਵਾਲੇ ਹੀ ਕਰਦੇ ਹੁੰਦੇ ਸੀ ਘੋੜੇ ਬਣ ਦਿੰਦੇ ਆ ਕੇ ਖਿਲਾਰ ਦਿੰਦੇ ਨੀਰੇ ਨੂਰੇ ਦੇ ਜੀ ਕਬਜ਼ਾ ਹੋ ਗਿਆ ਹੁਣ ਉਹ ਥੋੜਾ ਜਿਹਾ ਪਿੱਛੇ ਹੋ ਗਏ ਹੁਣ ਇਹਨਾਂ ਦੀ ਚੱਕ ਕੇ ਯੂਨੀਵਰਸਿਟੀ ਚੌਕ ਮਹਿਤਾ ਆ ਗਈ ਅਪਡੇਟ ਹੋ ਗਏ ਜੀ ਕਾਲਜਾਂ ਵਾਲੇ ਮੁੰਡੇ ਸੋਹਣੇ ਕੱਪੜੇ ਪਾ ਕੇ ਦਾੜੀਆਂ ਲਾ ਕੇ ਤੁਹਾਡੀਆਂ ਕੀ ਕਹਿੰਦੇ ਘਿਓ ਘੂ ਲਾ ਕੇ ਉਹ ਟਾਈਪ ਉਹ ਦੋਵਾਂ ਨਹਾਉਂਦੇ ਵੀ ਝੱਠੇ ਜੀ ਕਿਉਂਕਿ ਪਿੰਡਾਂ ਵਾਲੇ ਆਮ ਅਨਪੜ੍ਹ ਸੀਗੇ ਬਾਈ ਜੀ ਮੁਸਕ ਮਾਰਦਾ ਸੀ ਉਹ ਲੜਦੀਆਂ ਫੌਜਾਂ ਆਏ ਸੀ ਪੰਜਾਬ ਵਿੱਚ ਤਾਂ ਜੀ ਸਾਡਾ ਤਜਰਬਾ ਆਇਆ ਮੈਂ ਕਹਿੰਦਾ ਕੋਈ ਸਮਗਲਰ ਹੋਵੇ ਨਾ ਸਮਗਲਰ
ਜਿਹੜੇ ਇਲਾਕੇ ਦੇ ਅਸੀਂ 80ਵਿਆਂ ਚ 84 ਤੋਂ ਬਾਅਦ ਵੀ ਅਸੀਂ ਦੇਖਿਆ ਜਿਹੜੇ ਇਲਾਕੇ ਦੇ ਸਮਗਲਰ ਸੀ ਨਾ ਡੋਡਿਆਂ ਦਾ ਫੀਮ ਦਾ ਧੰਦਾ ਸ਼ਰੇਆਮ ਕਰਦੇ ਸੀ ਉਹਨਾਂ ਦੇ ਨਾਲ ਰਹਿਣਾ ਉਹਨਾਂ ਦਾ ਨਾਮ ਵਰਤਣਾ ਕਿਉਂਕਿ ਪੁਲਿਸ ਕੋਲ ਚੱਲਦੀ ਆ ਆਲੇ ਦੁਆਲੇ ਪਤਾ ਲੱਗਦਾ ਉਹ ਉਹ ਮਾਣ ਸਮਝਦੀ ਸੀ ਨੌਜਵਾਨੀ ਜਿਹੜੀ ਆ ਠੀਕ ਹੈ ਸਹੀ ਆ ਗੱਲ ਬਸ ਭਿੰਡਰਾਂ ਵਾਲੇ ਦੇ ਨਾਲ ਉਹਦੇ ਉਹਨੂੰ ਆਪਣੇ ਨਾਂ ਨਾਲ ਜੋੜ ਕੇ ਉਹਦਾ ਸਪੋਰਟਰ ਬਣ ਕੇ ਤੁਹਾਡੀ ਗੁੰਡਾਗਰਦੀ ਚੱਲ ਰਹੀ ਆ ਨਹੀਂ ਦੇਖੋ ਅਕਸਰ ਸੀ ਉਹ ਵੀ ਵਿਚਾਰਾ ਪੰਜਾਬ ਦੇ ਵਿੱਚੋਂ ਜੰਮਿਆ ਉਹਨੇ ਵੀ ਅਕਸਰ ਪੰਗਾ ਲਿਆ ਜੀ ਆਪਾਂ ਉਹਨੂੰ ਜਮਾ ਜੀਰੋ ਨੀ ਕਰਦੇ ਸਿਆਣੇ ਹੋਣ ਨਾ ਜੀ ਉਹਦੀਆਂ ਚੰਗੀਆਂ ਗੱਲਾਂ ਪੇਸ਼ ਤਾਂ ਕਰਨ ਯਾਰ ਬਸ ਅਸੀਂ ਤਾਂ ਮੈਂ ਤਾਂ ਯਾਰ ਸ਼ੁਰੂ ਚ ਪ੍ਰੋਗਰਾਮ ਦੇ ਕਿਹਾ ਭਈ ਲਿਆਓ ਤੁਸੀਂ ਇਹ ਤਾਂ ਝੜੀ ਲਾ ਦਿੰਦੇ ਅੱਜ ਹੋਰ ਕਿਸੇ ਨੂੰ ਫੋਨ ਨਾ ਕਰਨ ਦਿੰਦੇ ਸਾਡਾ ਸੀ ਯਾਰ ਮਰਿਆ ਵਿਚਾਰਾ ਮੰਨਦੇ ਆ ਸਹਿਮ ਤਾਂ ਖੜਾ ਸੀਗਾ ਪਰ ਸੋਚ ਕੀ ਲੈ ਕੇ ਚੱਲਿਆ ਸੀ ਕੋਈ ਚੰਗੀਆਂ ਚੀਜ਼ਾਂ ਪੇਸ਼ ਤਾਂ ਕਰੋ ਯਾਰ ਆਪਾਂ ਵੀ ਕਹਿੰਦੇ ਹਾਂ ਗੱਲ ਇਹ ਥੋੜੀ ਬਾਈ ਜੀ ਉਹ ਤੇ ਬੋਲੋ ਨਾ ਛਿੱਤਰ ਚੱਕ ਲਓ ਜਾਂ ਪੈ ਜਾਓ ਲਾਲ ਲਾਲਾ ਕਰਕੇ ਗਾਲਾਂ ਦੇ ਦੇ ਕੇ ਉਹ ਤਾਂ ਗਾਲ ਵੀ ਕੱਢਦੇ ਆਵਾਜ਼ ਬਦਲ ਕੇ ਕੁੜੀਆਂ ਬਣ ਕੇ ਗਾਲ ਕੱਢਦੇ ਇਹ ਬਾਈ ਜੀ ਇਹਨਾਂ ਦੀ ਉਹ ਹੈਗੀ ਬਸ ਠੀਕ ਆ ਬਾਈ ਜੀ ਥੈਂਕ ਯੂ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਵੀਰ ਦਾ ਮੈਸੇਜ ਆਇਆ ਜੀ ਕਹਿੰਦੇ ਉਹਨੇ ਵੀਰ ਨੇ ਆਪਣੀ ਭਾਸ਼ਾ ਗੱਲ ਕਰਦਿਆਂ ਕਰਦਿਆਂ ਇੰਨੀ ਕੁ ਤਾਂ ਨਾ ਪੰਜਾਬੀਆਂ ਦੇ ਵੈਸੇ ਹੀ ਸਾਡੇ ਸੁਭਾਅ ਦੇ ਵਿੱਚ ਆ ਇੱਦਾਂ ਗੱਲ ਠੀਕ ਹੈ ਉਹ ਤਾਂ ਜਿੱਦਾਂ ਇੱਥੇ ਇਹਦੀ ਵੀ ਨਹੀਂ ਕਹਿੰਦੇ ਹਾਂਜੀ ਹੈ ਨਾ ਠੀਕ ਆ ਅਤੇ ਉਹ ਤਾਂ ਤੱਕੀਆ ਕਲਾਮ ਆ ਜਿਹੜਾ ਜਿਹੜਾ ਸਾਡਾ ਬਣ ਗਿਆ ਅਤੇ ਉਹਦੇ ਲਈ ਸਾਨੂੰ ਚਲੋ ਅਸੀਂ ਖਿਮਾ ਮੰਗਦੇ ਹਾਂ ਜੀ ਸਰੋਤਿਆਂ ਤੋਂ ਅਤੇ ਜੇ ਕੋਈ ਐਸੀ ਗੱਲ ਸਾਡੇ ਤੋਂ ਵੀ ਕਈ ਵਾਰ ਸ਼ਬਦ ਜਿਹੜਾ ਐਸਾ ਜਿਹੜਾ ਬੋਲਿਆ ਜਾਂਦਾ ਪਰ ਉਹ ਕੋਈ ਇਰਾਦਾ ਹੀ ਨਹੀਂ ਹੁੰਦਾ ਜਾਣੀ ਫਲੋ 'ਚ ਹੀ ਹੋ ਜਾਂਦਾ ਠੀਕ ਹੈ ਉਹ ਤਾਂ ਉਹ ਜਿਹਨਾਂ ਦੀ ਆਦਤ ਬਣੀ ਉਹਨਾਂ ਤਾਂ ਆਪਣੇ ਆਪ ਨੂੰ ਵੀ ਜਦੋਂ ਗੱਲ ਕਰਦੇ ਨਾ ਵੀ ਮੈਂ ਉੱਥੇ ਗਿਆ ਮੈਂ ਸ਼ੋਪ ਅੱਜ ਮੈਂ ਉੱਥੇ ਫਸ ਗਿਆ ਹਨਾ ਅੱਜ ਮੇਰੀ ਕਾਰ ਖਰਾਬ ਮੇਰੀ ਅੱਜ ਤਾਂ ਭੈਣ ਕਾਰ ਖਰਾਬ ਹੋ ਗਈ ਹਨਾ ਮੈਂ ਅੱਜ ਭੈਣ ਉੱਥੇ ਹਨਾ ਮਤਲਬ ਬਣੀ ਹੋ ਹੋਈ ਹੋ ਆਦਤ ਇੱਦਾਂ ਦੀ ਹੋਈ ਆ ਹਨਾ ਅਤੇ ਉਹਦੇ ਨਾਲ ਅਸੀਂ ਇੱਕ ਵੀਰ ਦਾ ਫੋਨ ਆਇਆ ਸੀ ਜੀ ਦੋ ਤਿੰਨ ਵਾਰ ਅਤੇ ਆਪਾਂ ਉਹਨਾਂ ਦੀ ਵੇਟ ਕਰ ਲੈਂਦੇ ਹਾਂ ਠੀਕ ਹੈ ਜੀ ਉਹਨੂੰ ਕੋਈ ਗੱਲ ਕਰਨੀ ਹੋਈ ਗੱਲ ਜੀ ਬੜੀ ਜਦੋਂ ਨਾ ਰਜਨੀਸ਼ ਵਾਲੀ ਗੱਲ ਹੋਈ ਆ ਹਾਂਜੀ ਉਹਦੇ ਵਿੱਚ ਵੀ ਇਹੀ ਪਿੱਟ ਸਿਆਪਾ ਪਿਆ ਨਸਲਾਂ ਇੱਕੋ ਜਿਹੀਆਂ ਹੀ ਆ ਇਹ ਠੀਕ ਹੈ ਮੈਨੂੰ ਚੇਤਾ ਨਾ ਭੁੱਲ ਜਾਵੇ ਸਾ ਸੋਰੀ ਰਜਨੀਸ਼ ਦੀ ਗੱਲ ਚੱਲ ਪਈ ਤਾਂ ਫਿਰ ਲੰਬਾ ਟਾਈਮ ਲੱਗ ਜਾਣਾ ਸਾਨੂੰ ਘੰਟਾ ਉੱਦਾਂ ਅੱਧਾ ਹੈਗਾ ਇੱਕ ਨਾ ਬਲਜਿੰਦਰ ਹੁਣੀ ਕੱਲ੍ਹ ਭਿੰਦੇ ਨੇ ਤਾਂ ਬਲਜਿੰਦਰ ਨੇ ਗੱਲ ਕੀਤੀ ਸੀ ਇੱਥੇ ਹਾਂਜੀ ਪ੍ਰੋਗਰਾਮ 'ਚ ਵੀ ਇੱਕ ਵਟਸਐਪ ਦਾ ਨੰਬਰ ਅਸੀਂ ਦਿਆਂਗੇ ਸਿਰਫ ਮੈਸੇਜ ਕਰਨ ਲਈ ਹੋਊਗਾ ਹਾਂਜੀ ਉਹਦੇ ਉੱਤੇ ਕਾਲ ਨਾ ਕਰਿਓ ਕੋਈ ਕਿਉਂਕਿ ਕਾਲ ਚੱਕਣੀ ਨਹੀਂ ਕਿਸੇ ਨੇ ਹਾਂਜੀ ਅਤੇ ਜੇ ਕਾਲ ਆਈ ਤਾਂ ਨੰਬਰ ਤੁਹਾਡਾ ਬਲੌਕ ਹੋ ਜਾਣਾ ਅਤੇ ਨਾ ਉਹਦੇ 'ਤੇ ਕੋਈ ਹੋਰ ਮੈਸੇਜ ਭੇਜਿਓ ਅਤੇ ਕੋਈ ਵੀਡੀਓ ਭੇਜ ਦਿੱਤੀ ਕਿਸੇ ਨੇ ਠੀਕ ਹੈ ਹਾਂਜੀ ਜਿਹਦੇ ਨਾਲ ਟਾਈਟਲ ਨਾ ਹੋਵੇ ਕੋਈ ਸਿੰਪਲ ਆਪਣੇ ਸ਼ਬਦਾਂ 'ਚ ਤੁਹਾਡੇ ਵੱਲੋਂ ਸਵਾਲ ਲਿਖਿਆ ਹੋਵੇ ਜਾਣੀ ਹਾਂਜੀ ਠੀਕ ਹੈ ਮੈਨੂੰ ਪਤਾ ਨਹੀਂ ਉਹ ਕੱਲ੍ਹ ਨੂੰ ਦੱਸਣਗੇ ਬਲਜਿੰਦਰ ਹੁਣੀ ਹਾਂਜੀ ਭਈ ਉਹ ਨੰਬਰ ਜੇ ਚਲੋ ਆਪਾਂ ਦੇਖ ਲੈਂਦੇ ਅਖੀਰ 'ਚ ਦੱਸਣਾ ਕਿ ਨਹੀਂ ਦੱਸਣਾ ਹੋਰ ਨਾ ਪਹਿਲਾਂ ਝੜੀ ਲੱਗ ਜਾਵੇ ਨਹੀਂ ਠੀਕ ਹੈ ਜੀ ਉਹ ਬਲਜਿੰਦਰ ਅਤੇ ਪਰਮਵੀਰ ਉਹਨਾਂ ਦਾ ਪ੍ਰੋਗਰਾਮ ਹੈ ਕੱਲ੍ਹ ਨੂੰ ਚਿੱਟੀ ਸਿਉਂਕ ਠੀਕ ਹੈ ਜੀ ਉਹ ਦੱਸ ਦੋਗੇ ਨੰਬਰ ਦੱਸ ਦੇਣਗੇ ਟਰਮਸ ਐਂਡ ਕੰਡੀਸ਼ਨ ਦੱਸ ਦੇਣਗੇ ਉਹ ਕੰਡੀਸ਼ਨ ਦੱਸ ਦੇਣਗੇ ਵੀ ਜੇ ਬੋਲ ਕੇ ਵੀ ਕਿਸੇ ਨੇ ਸਵਾਲ ਕਰਨਾ ਆ ਪਿਓਰ ਪਹਿਲਾਂ ਜਿਹਨੇ ਸਵਾਲ ਕਰਨਾ ਕੋਸ਼ਿਸ਼ ਕਰਿਓ ਤੁਹਾਡਾ ਸਵਾਲ ਇੱਦਾਂ ਦਾ ਹੋਵੇ ਜਿਹਨੂੰ ਪੜ੍ਹ ਲਿਆ ਜਾਵੇ ਜਿਹੜਾ ਸਮਝ ਆ ਜਾਵੇ ਸਾਨੂੰ ਹਾਂਜੀ ਠੀਕ ਹੈ ਇੱਦਾਂ ਨਾ ਹੋਵੇ ਵੀ ਤੁਸੀਂ ਵੱਡੀ ਸਾਰੀ ਕਹਾਣੀ ਕਿਸੇ ਦਾ ਆਰਟੀਕਲ ਉਧਰੋਂ ਕਾਪੀ ਕੀਤਾ ਚੱਕ ਕੇ ਚਪਕਾ ਦਵੋ ਠੀਕ ਹੈ ਜੀ ਠੀਕ ਹੈ ਕੋਈ ਜ਼ਰੂਰੀ ਨਹੀਂ ਤੁਸੀਂ ਆਪਣਾ ਨਾਂ ਦੱਸੋ ਕੋਈ ਲੋੜ ਨਹੀਂ ਹੈਗੀ ਨਾ ਤੁਹਾਨੂੰ ਇਹ ਕਹਿਣ ਦੀ ਲੋੜ ਆ ਵੀ ਮੇਰਾ ਨਹੀਂ ਸਵਾਲ ਕਿਸੇ ਹੋਰ ਦਾ ਆ ਕਿ ਤੁਹਾਨੂੰ ਜਾਣੀ ਸੋਰੀ ਬਈ ਨਾ ਉਹ ਕਹਿੰਦੇ ਸੀ ਵੀ ਆਪਣਾ ਨਾਂ ਦੱਸ ਦਿਓ ਤੁਸੀਂ ਠੀਕ ਹੈ ਹਾਂ ਇਹ ਵੀ ਹੁਣ ਮੈਨੂੰ ਪਤਾ ਨਹੀਂ ਜੀ ਸੋਰੀ ਮੈਂ ਆਪਣੇ ਸ਼ਬਦ ਵਾਪਸ ਲੈਣਾ ਉਹ ਟਰਮ ਕੰਡੀਸ਼ਨ ਜਿਹੜੀਆਂ ਕੱਲ੍ਹ ਨੂੰ ਉਹੀ ਦੱਸੂ ਬਲਜਿੰਦਰ ਦਾ ਸੁਭਾਅ ਬਹੁਤ ਕੱਬਾ ਆ ਬਿਲਕੁਲ ਜੀ ਹਨਾ ਹਾਂ ਉਹ ਤੁਹਾਡਾ ਬਾਹ ਨਹੀਂ ਪਿਆ ਜੇ ਤੇ ਇਸ ਕਰਕੇ ਅਸੀਂ ਕੋਈ ਵੀ ਇੱਦਾਂ ਦੀ ਗੱਲ ਜਿਹੜੀ ਆ ਉਹ ਰੂਲ ਇੱਦਾਂ ਤੋੜਨੇ ਵਾਲੀ ਉਹ ਨਹੀਂ ਕਰਨੀ ਚਾਹੁੰਦੇ ਤਾਂ ਉਹ ਕੱਲ ਨੂੰ ਦੱਸ ਦੇਣਗੇ ਉਹ ਬਲਜਿੰਦਰ ਹੁਣੀ ਕਿੱਦਾਂ ਠੀਕ ਹੈ ਹਾਂ ਮੈਨੂੰ ਲੱਗਦਾ ਉਹਨੇ ਕੱਲ ਕਿੱਦਾਂ ਕਿਹਾ ਸੀ ਹਾਂਜੀ ਫਿਰ ਤੁਸੀਂ ਆਪਣਾ ਨਾਂ ਜਾਂ ਸ਼ਹਿਰ ਦਾ ਨਾਂ ਕੋਈ ਦੱਸ ਦਿਓ ਤਾਂ ਕਿ ਅਸੀਂ ਜਦੋਂ ਗੱਲ ਕਰਨੀ ਆ ਤੇ ਸੰਬੋਧਿਤ ਹੋ ਕੇ ਕਰ ਸਕਾਂ ਜੀ ਵੀ ਕਿਹਦਾ ਸਵਾਲ ਆ ਤੇ ਉਹਨਾਂ ਟਾਈਮ ਵੀ ਦੋ ਮਿੰਟ ਦੀ ਕਲਿੱਪ ਆ ਵੀ ਜਿਹੜਾ ਤੁਸੀਂ ਸਵਾਲ ਪੁੱਛਣਾ ਸਵਾਲ ਰਹਿ ਜਾਵੇ ਨਾ ਹੋਵੇ ਤੁਸੀਂ ਲੈਕਚਰ ਲਾ ਦਿਓ ਜਿਹੜੀਆਂ ਵੀ ਹੈਗੀਆਂ ਟਰਮਸ ਐਂਡ ਕੰਡੀਸ਼ਨਸ ਉਹ ਦੱਸ ਦਿਓ 107 ਦੇ ਉੱਤੇ ਤੁਸੀਂ ਆਉਣੇ ਰਹੋ ਜੀ ਨਹੀਂ ਚੱਲ ਗਏ ਆ ਜੀ ਤੇ 108 ਦੇ ਉੱਤੇ ਆਉਣੇ ਰਹੋ ਜੀ ਤੁਸੀਂ ਵੀ ਚੱਲ ਗਏ ਆ ਬਹੁਤ ਜਲਦੀ ਅਸੀਂ ਮੈਨੂੰ ਲੱਗਦਾ 10-12 ਸੈਕਿੰਡ ਦੇ ਵਿੱਚ ਦੋਹਾਂ ਨੂੰ ਆਨ ਏਅਰ ਲੈ ਲਿਆ ਸੀ ਅਸੀਂ ਹਾਂਜੀ ਤੇ ਦੋਏ ਕਿਸੇ ਭੁਲੇਖੇ ਨਾਲ ਉਹਨਾਂ ਤੋਂ ਫੋਨ ਹੋਇਆ ਵਟਸਐਪ ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਹਰਦੀਪ ਸਿੰਘ ਬੋਲ ਰਿਹਾ ਜੀ ਤਰਨ ਤਾਰਨ ਤੋਂ ਜੀ ਹਾਂਜੀ ਕਿਆ ਹਾਲ ਮਾਝੇ ਵਾਲੇ ਹੋ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਠਾਕ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ ਜੀ ਰੋਜ਼ ਥੈਂਕ ਯੂ ਜੀ ਤੇ ਮੈਂ
ਇਹੀ ਗੱਲ ਕਹਿਣਾ ਸੀ, ਮਤਲਬ ਜਿਹੜਾ ਥੋੜੇ ਦਿਨ ਆਪਣਾ ਥੋੜੀ ਦੇਰ ਪਹਿਲਾਂ ਆਇਆ ਸੀ ਇੱਕ, ਜਿਹੜਾ ਕਹਿੰਦਾ ਤੁਸੀਂ ਆਪਣਾ ਨਿਸ਼ਾਨਾ ਦੱਸੋ, ਤੁਹਾਡਾ ਟੀਚਾ ਕੀ ਆ, ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ? ਮੈਂ ਢੱਡਰੀ ਵਾਲੇ ਸੁਣਦਾ ਪਿਆ ਸੀਗਾ ਕਿ ਅੱਖ ਖੋਲ ਨਜ਼ਾਰਾ ਵੇਖੀ ਤੋਂ ਅਸੀਂ ਨਵੀਆਂ ਪਿਰਤਾਂ ਪਾਵਾਂਗੇ। ਠੀਕ ਹੈ ਨਾ ਜੀ, ਇਹ ਇਹ ਉਹਨਾਂ ਤੇ ਗੱਲ ਲੱਗਦੀ ਆ ਜੀ, ਅਸੀਂ ਨਵੀਆਂ ਪਿਰਤਾਂ, ਬਸ ਤੁਸੀਂ ਵੇਖੀ ਜਾਓ ਹੁੰਦਾ ਕੀ ਹੈ ਜੀ, ਬੜੇ ਬੜੇ ਲੋਕ ਇੱਥੇ ਜਾਗਰੂਕ ਹੋ ਰਹੇ ਆ। ਤਾਂ ਹੀ ਤਾਂ ਦੱਸ ਨਹੀਂ ਹੁੰਦਾ ਸਾਤੋਂ, ਕੀ ਦੱਸੀਏ ਹੁਣ ਤੁਹਾਨੂੰ, ਸਾਨੂੰ ਪਤਾ ਨਹੀਂ ਨਾ, ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕੀ ਹੋਣਾ ਹੈ। ਸਾਨੂੰ ਪਤਾ ਆ, ਮੈਨੂੰ ਸਾਨੂੰ ਝੋਲਾ ਝੋਲਾ ਦੀਦਾ ਆ। ਹਾਂਜੀ ਹਾਂਜੀ, ਹੈ ਨਾ, ਉਹਦੇ ਚ ਅਸੀਂ ਅਸੀਂ ਸਾਡੀ ਵਧੀਆ ਤੋਂ ਵਧੀਆ ਹੋਣ ਦੀ ਆਸ ਵੀ ਆ ਤੇ ਬੁਰੇ ਤੋਂ ਬੁਰਾ ਹੋਣ ਦੀ ਤਿਆਰੀ ਵੀ ਆ ਸਾਡੀ। ਹੁਣ ਅਸੀਂ ਕੀ ਦੱਸੀਏ ਵੀ ਏਦਾਂ ਬੁਰੇ ਤੋਂ, ਜਿਹੜਾ ਬੁਰੇ ਤੋਂ ਬੁਰਾ ਉਹ ਦੱਸ ਦਈਏ ਅਸੀਂ ਵੀ ਏਦਾਂ ਉੱਜੜ ਜਾਣਾ ਅਸੀਂ, ਤਬਾਹ ਹੋ ਜਾਣਾ, ਏਦਾਂ ਲੱਤਾਂ ਬਾਹਾਂ ਵੱਡੀਆਂ ਪਈਆਂ ਹੋਣੀਆਂ, ਏਦਾਂ ਇਹ ਮਕਸਦ ਆ ਸਾਡਾ, ਜਾਂ ਅਸੀਂ ਇਹ ਦੱਸੀਏ ਵੀ ਅਸੀਂ ਬਾਦਸ਼ਾਹੀ ਤੇ ਹੋਣਾ। ਜਦੋਂ ਆਪਾਂ ਘਰੋਂ ਤੁਰਦੇ ਨਾ, ਤੁਹਾਨੂੰ ਇਹ ਥੋੜੀ ਪਤਾ ਕੀ ਰਸਤੇ ਠੇਡਾ ਖਾ ਕੇ ਡਿੱਗਣਾ ਜਾਂ ਮੌਕੇ ਤੇ ਆਪਾਂ ਪਹੁੰਚਣਾ ਕਿਸੇ ਜਗ੍ਹਾ ਤੇ, ਇਹ ਗੱਲ ਤਾਂ ਹੈਗੀ ਆ ਨਾ ਜੀ। ਨਹੀਂ ਜੇ ਤੁਸੀਂ ਗੁਰੂ ਸਾਹਿਬ ਗੁਰੂ ਸਾਹਿਬ ਬਾਰੇ ਪੁੱਛੋ ਨਾ, ਤੁਸੀਂ ਇਮੇਜਿਨ ਕਰੋ, ਇਮੇਜਿਨ ਕਰੋ ਵੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਪੁੱਛ ਰਿਹਾ ਆ ਵੀ ਜੀ ਮਕਸਦ ਦੱਸੋ ਕੀ ਆ, ਉਹ ਕੀ ਦੱਸਿਆ ਹੋਊਗਾ ਉਹਨੇ ਵੀ ਮੈਂ ਏਦਾਂ ਏਦਾਂ ਕਰਨੀ ਆ, ਏਦਾਂ ਸਾਰੀ ਜਗ੍ਹਾ ਘੁੰਮਣਾ ਆ, ਜਦੋਂ ਨਿਚੋੜ ਮੈਂ ਕਰਤਾਰਪੁਰ ਵਸਾਉਣਾ ਆ, ਅਖੀਰ ਤੇ ਆ ਕੇ ਜਦੋਂ ਮੈਂ ਚੁਣ ਲੈਣਾ ਲੈਣੇ ਨੂੰ ਤੇ ਸਾਰੇ ਲੋਕਾਂ ਨੇ ਸ੍ਰੀ ਚੰਦਨਾ ਹੋ ਜਾਣਾ, ਮੇਰੇ ਪੁੱਤਰ ਨੇ ਸਿਰ ਚ ਸਵਾਹ ਮਿਲ ਲੈਣੀ ਆ, ਨੰਗਾ ਏਦਾਂ ਹੋ ਜਾਣਾ, ਹੁਣ ਮੇਰੀ ਗੱਲ ਨੀ ਸੁਣਨੀ, ਹਨਾ, ਲਕਸ਼ਮੀ ਦਾਸ ਨੇ ਏਦਾਂ ਕਰਨ ਲੱਗ ਪੈਣੀ ਆ, ਲੈਣੇ ਨੂੰ ਮੈਂ ਕਹਿਣਾ ਵੀ ਮੈਂ ਤਾਂ ਸਾਰਾ ਕੁਛ ਉਹਨੂੰ ਦੇਣਾ ਆ ਤੇ ਲੈਣੇ ਨੇ ਫਿਰ ਇਕੱਲੇ ਨੇ ਛੱਡ ਕੇ ਇੱਥੇ ਖਡੂਰ ਸਾਹਿਬ ਚਲ ਜਾਣਾ, ਇਹ ਮਕਸਦ ਆ ਮੇਰੀ ਜੀ। ਨਹੀਂ ਦਸਵੇਂ ਪਾਤਸ਼ਾਹ ਨੂੰ ਪੁੱਛਿਆ ਹੋਊਗਾ, ਉਹਨੂੰ ਪੱਕਾ ਪੁੱਛਿਆ ਹੋਣਾ ਜਦੋਂ ਅਨੰਦਪੁਰ ਛੱਡ ਲੱਗੇ ਕਿਲਾ, ਅਖੀਰ ਤੁਹਾਡਾ ਮਕਸਦ ਕੀ ਕਰਨਾ ਕੀ ਆ ਵੀ ਤੁਸੀਂ ਔਰੰਗਜ਼ੇਬ ਨਾਲ ਵੀ ਪੰਗਾ ਲੈ ਲਿਆ, ਬਾਈ ਧਾਰ ਦੇ ਰਾਜੇ ਨਾਲ ਪੰਗਾ ਲਈ ਜਾਂਦੇ ਆ, ਮਕਸਦ ਕੀ ਆ, ਕੀ ਕਹਿ ਇਹਦਾ ਕੀ ਕਿਹਾ ਹੋਊਗਾ ਵੀ ਏਦਾਂ ਇੱਕ ਟਾਈਮ ਆਊਗਾ ਦੇਖੀ ਵੀ ਜਦੋਂ ਅਸੀਂ ਬਸਿਆ ਵਸਾਇਆ ਸ਼ਹਿਰ ਛੱਡ ਜਾਣਾ, ਬਾਹਰ ਘੇਰਾ ਪਿਆ ਹੋਣਾ, ਫਿਰ ਆਪਾਂ ਜਾਵਾਂਗੇ ਉਧਰ ਦਰਿਆਲ ਨੂੰ ਜਿੱਥੇ ਐਨ ਹੜ ਆਇਆ ਹੋਊਗਾ, ਪੋਹ ਦੀ ਰਾਤ ਹੋਣੀ ਆ, ਠੰਡ ਹੋਣੀ ਆ, ਕੋਹਰਾ ਪਿਆ ਹੋਣਾ, ਹਨਾ, ਆਪਾਂ ਠੰਡੇ ਪਾਣੀ ਚ ਹੀ ਫਿਰ ਅਸੀਂ ਏਦਾਂ ਲੰਘਾਂਗੇ, ਅੱਧੇ ਖੜ ਜਾਊਗੇ, ਹਨਾ, ਫਿਰ ਗੰਗੂ ਮਿਲੂਗਾ ਉੱਥੋਂ, ਉਹ ਲੈ ਜਾਊਗਾ ਸਾਹਿਬਜ਼ਾਦੇ ਨੂੰ ਨੀਵੀਆਂ ਚਿਣ ਦੇਣਾ ਆ, ਵੱਡਿਆਂ ਨੂੰ ਫਿਰ ਉੱਥੇ ਕਤਲ ਕਰਾਵਾਂਗੇ ਅਸੀਂ, ਹਨਾ, ਮੁੜ ਕੇ ਮੈਂ ਦੇਖੂਗਾ ਫਿਰ ਏਦਾਂ ਤਾੜੀ ਮਾਰ ਕੇ ਨਿਕਲ ਜਾਊਗਾ, ਜਿੰਨੇ ਕਾਜ ਦੋ ਤਿੰਨ ਚਲ ਜਾਇਓ ਮੇਰੇ ਨਾਲ, ਹਨਾ, ਅਖੀਰ ਚ ਏਦਾਂ ਆਊਗੇ ਉੱਥੇ ਬੰਦੇ ਸ਼ੁਰਾ ਮਾਰੂਗੇ, ਮਤਲਬ ਇੱਕ ਸੈਂਸ ਬਣਦੀ ਆ ਗੱਲ ਦੀ। ਬਿਲਕੁਲ ਜੀ ਬਿਲਕੁਲ ਜੀ, ਮੈਂ ਬਸ ਅੱਜ ਦੇ ਟੋਪਿਕ ਤੇ ਬਸ ਇਹੀ ਗੱਲ ਕਰਦੇ ਹਾਂ, ਕੋਈ ਨੀ, ਮਸਲੇ ਤੇ ਆਪਣੇ ਕੋਲ ਹੋਰ ਵੀ ਬਹੁਤ ਹੈਗੇ ਆ ਕਿ ਜਿਹੜੇ ਸਿੱਖੀ ਦੇ ਨਾਮ ਦੇ ਉੱਤੇ ਕਈ ਜਿਹੜੇ ਪਖੰਡਵਾਦ ਕਰਦੇ ਨਾ, ਉਹਨਾਂ ਬਾਰੇ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ, ਤੁਸੀਂ ਮੈਂ ਸੁਣਦਾ, ਤੁਸੀਂ ਕਰੋ ਜੀ ਆਨਲਾਈਨ। ਥੈਂਕ ਯੂ ਜੀ, ਧੰਨਵਾਦ ਤੁਹਾਡਾ। 100 ਨਹੀਂ ਜੀ, ਮੈਂ ਜੀ 8 ਤਾਂ ਕਿਹਾ ਹੀ ਨਹੀਂ ਸੀ, ਮੈਂ ਤਾਂ ਜੀ 100 ਹੀ ਕਿਹਾ ਸੀ। ਕਾਲ ਆਈ ਦੋ ਵਾਰੀ ਡ੍ਰੌਪ। ਹਾਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਤੇ ਬਹੁਤ ਜ਼ਰੂਰੀ ਆ ਜੀ। ਦੇਖੋ ਕਪੂਰ ਕਹਿੰਦਾ ਕਿ ਸੰਕਟ ਦੌਰਾਨ, ਓਕੇ, ਜਦੋਂ ਕੋਈ ਮੁਸੀਬਤ ਆਉਂਦੀ ਹੈ ਨਾ, ਹਾਂਜੀ, ਉਸ ਵੇਲੇ ਦੋ ਤਰ੍ਹਾਂ ਦੇ ਆਗੂ ਹੁੰਦੇ ਆ ਜਿਹੜੇ ਸਾਹਮਣੇ ਆਉਂਦੇ ਆ। ਠੀਕ ਹੈ ਜੀ, ਠੀਕ ਹੈ। ਇੱਕ ਉਹ ਹੁੰਦੇ ਆ ਜਿਹੜੇ ਸੰਕਟ ਚੋਂ ਬਾਹਰ ਕੱਢ ਦਿੰਦੇ ਆ, ਇੱਕ ਉਹ ਹੁੰਦੇ ਆ ਜਿਹੜੇ ਸੰਕਟ ਦਾ ਫਾਇਦਾ ਲੈ ਜਾਂਦੇ ਆ। ਠੀਕ ਹੈ ਜੀ, ਹੁਣ ਆਲੇ ਦੁਆਲੇ ਦੇਖੋ ਤੁਸੀਂ, ਤੁਹਾਨੂੰ ਕਿਹੜੇ ਮਿਲਦੇ ਆ? ਠੀਕ ਆ, ਹਾਂਜੀ, ਸੰਕਟ ਚੋਂ ਕੱਢਣੇ ਵਾਲੇ ਮਿਲਦੇ ਆ ਤੁਹਾਨੂੰ ਜਾਂ ਸੰਕਟ ਦਾ ਫਾਇਦਾ ਉਠਾਉਣ ਵਾਲੇ ਮਿਲਦੇ? ਸੰਕਟ ਨੂੰ ਦੇਖ ਕੇ ਉਹਦੇ ਸਿਰ ਤੇ ਮਸ਼ਹੂਰ ਹੋਣੇ ਵਾਲੇ ਮਿਲਦੇ ਆ, ਠੀਕ ਆ, ਜਾਂ ਉਹਦਾ ਹੱਲ ਦੱਸਣੇ ਵਾਲੇ ਮਿਲਦੇ? 84 ਨੇ, ਬਸ ਤੁਸੀਂ 84 ਚੋਂ ਤਾਂ ਤੁਹਾਨੂੰ ਸਾਰੇ ਉਹ ਦਿਸਦੇ ਆ ਜਿਹੜੇ ਅਜਨਾਲੇ। ਹੁਣ ਦਾ ਕੀ ਗਿਆ, ਅਜਨਾਲੇ ਨੂੰ ਪੁੱਛੇ ਕੋੜੀਆ, ਇੰਨਾ ਤਾਂ ਦੱਸਦੇ ਭਿੰਡਰਾਲਾ ਕਿੱਥੇ ਆ, ਇੰਨਾ ਤਾਂ ਦੱਸਦੇ ਧੁੰਮੇ ਨਾਲ ਸਹਿਮਤ ਆ ਜਾਂ ਨਹੀਂ, ਜੇ ਨਹੀਂ ਸਹਿਮ ਤੋਂ ਦਬਕਾ ਕਿਉਂ ਨੀ ਮਾਰ ਰਿਹਾ ਵੀ ਮੇਰੀ ਟਕਸਾਲ ਨੂੰ ਬਦਨਾਮ ਕਰੀ ਜਾਂਦਾ ਉਹ ਤੋਂ? ਠਾਕੁਰ ਸਿੰਘ, ਉਹਨੂੰ ਠਾਕੁਰ ਸਿੰਘ ਦੇ ਗੋਡਾ ਕਿਉਂ ਨੀ ਧਰਿਆ ਧੌਣ ਦੇ ਉੱਤੇ? 21 ਸਾਲ ਝੂਠ ਬੋਲੀ ਗਿਆ ਤੂੰ, ਹੁਣ ਬਾਅਦ ਚ ਮੰਨ ਕਿਉਂ ਗਿਆ? ਮੈਂ ਤਾਂ ਜੀਂਦਾ, ਤੂੰ ਮੈਨੂੰ ਸ਼ਹੀਦ ਕਿਉਂ ਕਰਾਰ ਦੇ ਦਿੱਤਾ? ਵੇ ਹੈ ਹੀ ਨੀ ਜਵਾਬ ਕੋਈ, ਹੈ ਹੀ ਨੀ ਜਵਾਬ ਕੋਈ, ਗੈਰਦਨਾ ਦੀ ਚੀਜ਼ ਹੀ ਨਹੀਂ, ਹੈ ਨਾ। ਤੁਸੀਂ ਉਹ ਤੋਂ, ਚਲੋ ਉਹ ਨਹੀਂ, ਆਪ ਨਹੀਂ ਆਉਣਾ ਚਾਹੁੰਦਾ ਸਾਹਮਣੇ, ਤੁਸੀਂ ਅੱਜ ਕੱਲ੍ਹ ਤਾਂ ਵਟਸਐਪ ਥਾਂ ਥਾਂ ਦੇ ਉੱਤੇ ਜਨਾਲੇ ਨੂੰ ਪੁੱਛੇ ਪੇ ਖੋਤਿਆ, ਮਾੜੀ ਜਿਹੀ ਗੱਲ ਹੁੰਦੀ ਲਾਈਵ ਹੋ ਕੇ ਬਹਿ ਜਾਂਦਾ ਤੂੰ, ਹੈਨਾ, ਕਿਤੇ 5 ਮਿੰਟ ਉਹਨੂੰ ਫੋਨ ਲਾ ਕੇ ਰਿਕਾਰਡਿੰਗ ਕਰਕੇ ਉਹਦੀ ਦੱਸ ਦੇ, ਸੁਣਾ ਦੇ ਲੋਕਾਂ ਨੂੰ ਭਈ ਜਦੋਂ ਬਾਦਲ ਦੇ ਕੋਲ ਬੈਠਾ ਧੁੰਮਾ, ਹਾਂਜੀ, ਇਹ ਸਹਿਮਤ ਆ ਪਿੰਡਰਾਲ ਦੇ ਨਾਲ ਕਿ ਨਹੀਂ? ਜੇ ਸਹਿਮਤ ਆ ਫਿਰ ਉਹਨੂੰ ਇੱਕ ਗੱਲ ਪੁੱਛ ਲੈ ਵੀ ਤੂੰ ਕਦੇ ਲੜੀ ਗਿਆ ਉਹਨਾਂ ਦੇ ਨਾਲ ਇੰਨੇ ਸਾਲ,
ਜੇ ਨਹੀਂ ਸਹਿਮਤ ਇਹਦਾ ਮਤਲਬ ਪਿੰਡ ਉਹਦੀ ਸੁਣਵਾਈ ਨੀ ਆਪਣੀ ਉਹਦੀ ਮਰਜ਼ੀ ਤੋਂ ਬਿਨਾਂ ਬਹਿ ਗਿਆ ਧੁੰਮਾ ਇਹਦਾ ਮਤਲਬ ਗਿੱਲ ਦਾ ਛੇਤਰ ਤਾਂ ਫਿਰ ਪਿੰਡ ਵਾਲੇ ਤੋਂ ਉੱਤੇ ਹੋ ਗਿਆ ਬਿਲਕੁਲ ਹੋ ਗਿਆ ਫਿਰ ਗਿੱਲ ਨੇ ਧੁੰਮਾ ਬਿਠਾ ਦਿੱਤਾ ਟਕਸਾਲ ਦਾ ਮੁਖੀ ਬਣਾ ਕੇ ਤੇ ਪਿੰਡ ਵਾਲਿਆਂ ਦੀ ਕੀ ਔਕਾਤ ਹੋਈ ਅੱਜ ਜਿੰਦਾ ਦੱਸ ਕੇ ਤਾਂ ਤੁਸੀਂ ਉਹਨੂੰ ਰੋਲੀ ਜਾਂਦੇ ਆ ਜਦੋਂ ਕਹਿੰਦੇ ਜਿੰਦਾ ਆ ਫਿਰ ਤਾਂ ਤੁਸੀਂ ਮਿੱਟੀ ਚ ਰੋਲ ਦਿੱਤਾ ਉਹਨੂੰ ਤੇ ਕੱਖ ਨੀ ਔਕਾਤ ਉਹਦੀ ਕੱਖ ਨੀ ਗਿੱਲ ਦੇ ਮੋਹਰੇ ਉਹਦੀ ਹਾਲਤ ਤਾਂ ਜਿਹੜੇ ਜਿਹੜੇ ਨਾ ਉਹਨੇ ਮੁਕਾਬਲੇ ਬਣਾ ਕੇ ਮਾਰ ਦਿੱਤੇ ਆ ਜਿਹੜੇ ਸਰੈਂਡਰ ਕਰ ਗਏ ਆ ਉਹਦੇ ਨਾਲੋਂ ਵੀ ਭੈੜੀ ਹਾਲਤ ਆ ਭਿੰਡਰ ਵਾਲੇ ਦੀ ਜੇ ਜਿੰਦਾ ਆ ਉਹ ਠੀਕ ਹੈ ਜੀ ਨਹੀਂ ਤਾਂ ਠੋਕ ਕੇ ਕਹਿਣਾ ਚਾਹੀਦਾ ਸੀ ਤੂੰ ਮੈਨੂੰ ਟਕਸਾਲ ਦਾ ਮੁਖੀ ਨਾ ਬਣ ਦਿਓ ਭਾਈ ਹਾਂਜੀ ਯਾ ਠੀਕ ਆ ਤੇ ਹੁਣ ਅਜਨਾਲੇ ਦੇ ਨਾਲ ਹੋਵੇ ਭਿੰਡਰ ਵਾਲਾ ਇਹ ਦਰ ਦਰ ਭਟਕਦਾ ਫਿਰੇ ਤੇ ਟਕਸਾਲ ਦੇ ਕਬਜ਼ਾ ਹੋਵੇ ਗਿੱਲ ਦਾ ਯਾਨੀ ਵੱਡਾ ਕੌਣ ਹੋਇਆ ਫਿਰ ਗਿੱਲ ਸਾਹਿਬ ਤਾਂ ਫਿਰ ਗਿੱਲ ਸਾਹਿਬ ਇਹ ਕਬੀਰ ਮੈਨੂੰ ਕਹਿੰਦਾ ਤੁਹਾਡੀ ਵਾਈਫ ਨੇ ਆਪਣੇ ਨਾਂ ਨਾਲ ਗਿੱਲ ਲਾਇਆ ਹਾਂਜੀ ਹਨਾ ਤੇ ਸਿੱਖਾਂ ਦਾ ਤਾਂ ਗੋਤ ਨੀ ਹੁੰਦਾ ਤੇ ਉਹਨੂੰ ਆਪਣੇ ਪਰਿਵਾਰ ਦਾ ਗੋਤ ਮੈਂ ਕਿਹਾ ਭਰਾਵਾ ਉਹਦੇ ਪਰਿਵਾਰ ਦਾ ਗੋਤ ਨੀ ਹੈਗਾ ਉਹ ਉਹਨਾਂ ਦਾ ਧਾਰੀਵਾਲ ਆ ਹਾਂਜੀ ਮੇਰਾ ਗੋਤ ਆ ਠੀਕ ਆ ਹਾਂਜੀ ਕਹਿੰਦਾ ਤੁਸੀਂ ਲਾਇਆ ਮੈਂ ਕਿਹਾ ਮੈਂ ਵੀ ਲਾ ਦੇਣਾ ਫੇਸਬੁੱਕ ਤੇ ਲਿਖਣਾ ਮੈਂ ਵੀ ਲਿਖ ਦੇਣਾ ਤਾਂ ਕੀ ਮੈਂ ਮੁੰਡੇ ਦਾ ਪਾਸਪੋਰਟ ਦੇ ਉੱਤੇ ਲਿਖਾਇਆ ਹੁਣ ਤੁਸੀਂ ਮੇਰੇ ਪਾਸਪੋਰਟ ਤੇ ਲਿਖਾਉਣ ਮੈਂ ਕਹਿੰਦਾ ਸੀ ਕਾਹਨੂੰ ਕੋਈ ਨੀ ਇੱਕ ਦੋ ਹੋਰ ਮਿਹਣੇ ਮਾਰੇ ਤਾਂ ਲਿਖਾਉਣਾ ਵੀ ਏਦਾਂ ਨੀ ਤੁਸੀਂ ਸੂਤਾ ਹੀ ਇੱਦਾਂ ਆਉਣੇ ਆ ਨਹੀਂ 108 ਦੇ ਉੱਤੇ ਤੁਸੀਂ ਆਉਣੇ ਰਹੋ ਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਅਲਵਿੰਦਰ ਬੋਲਦਾ ਇੰਗਲੈਂਡ ਤੋਂ ਜੀ ਹਾਂਜੀ ਭਾਜੀ ਇੱਕ ਤਾਂ ਭਾਜੀ ਹੁਣੀ ਸਾਰੀ ਗੱਲ ਕਰ ਹੀ ਗਏ ਵੈਸੇ ਇੰਗਲੈਂਡ ਦੇ ਕੇਟੀਵੀ ਵਾਲਿਆਂ ਦੀ ਇੱਥੇ ਕੇਟੀਵੀ ਤੇ ਅੱਜ ਕੱਲ ਜੋ ਦੋ ਤਿੰਨ ਦਿਨਾਂ ਤੋਂ ਚੱਲ ਰਿਹਾ ਨਾ ਜਿੱਥੇ ਨੂੰ ਤਾਂ ਵਿਆਹ ਭੁਗਤਿਆ ਹੋਇਆ ਇਸ ਵੇਲੇ ਹਨਾ ਉਹ ਤਾਂ ਵਿਆਹ ਵਾਲਾ ਮਾਹੌਲ ਉਹਦੇ ਤਾਂ ਦੂਜੀ ਗੱਲ ਇਹ ਕਿ ਫੁਕਰੇ ਤੋਂ ਫੁਕਰੀ ਪੰਥੀ ਤੋਂ ਬਿਨਾਂ ਹੋਰ ਕੋਈ ਗੱਲ ਨੀ ਹੋ ਰਹੀ ਕਿਤੇ ਵੀ ਤੁਸੀਂ ਜਿਹੜੀ ਮਰਜ਼ੀ ਸਟੇਜ ਤੇ ਦੇਖ ਲਓ ਸਵਾਏ ਫੁਕਰਾ ਪੰਥੀ ਤੋਂ ਹੋਰ ਕੱਖ ਦੀ ਗੱਲ ਕਰ ਰਿਹਾ ਔਰ ਜੋ ਕਰ ਰਿਹਾ ਉਹਦੇ ਨਾਲ ਅਚੀਵ ਕੀ ਹੋਣਾ ਇਹ ਕਿਸੇ ਨੂੰ ਦੱਸ ਹੀ ਨੀ ਰਿਹਾ ਤੇ ਜੋ ਕਰ ਰਹੀਆਂ ਬੀਬੀਆਂ ਆ ਉਹ ਪੈਸੇ ਧੇਲਾ ਜਿਹੜਾ ਘਰੋਂ ਹੁੰਦਾ ਆ ਦੋ ਚਾਰ ਪੈਸੇ ਜਿਹੜੇ ਰੱਖੇ ਹੁੰਦੇ ਪੌਂਡ ਤੇ ਉਹ ਵਿਚਾਰੀਆਂ ਜਿਹੜੀਆਂ ਉੱਥੇ ਗੁਰਦੁਆਰੇ ਜਾ ਕੇ ਉਹਨਾਂ ਨੇ ਪ੍ਰਧਾਨ ਜੀ ਕੇ ਜਿਹੜੀ ਬਾਲਟੀ ਰੱਖੀ ਹੁੰਦੀ ਉਹ ਚ ਪਾਉਂਦੀਆਂ ਤੇ ਬਸ ਹੋਰ ਕੋਈ ਉਹਨਾਂ ਦਾ ਕੋਈ ਕੋਈ ਹੋਰ ਮਕਸਦ ਦੀਦਾ ਨੀ ਉਹਨਾਂ ਦਾ ਜੀ ਤੇ ਇੱਕ ਗੱਲ ਹੋਰ ਕਰਨੀ ਸੀ ਉਹ ਇਹ ਕਿ ਸਾਡੀ ਸਿੱਖਾਂ ਦੀ ਵੱਡੀ ਪ੍ਰੋਬਲਮ ਜਿਹੜੀ ਇਹ ਟਕਸਾਲੀਆਂ ਦੀ ਖਾਸ ਕਰਕੇ ਸਾਡੀ ਤਾਂ ਮੈਂ ਨਹੀਂ ਕਹੂੰਗਾ ਤੇ ਇਹ ਇੱਕ ਹਿਸਟੋਰੀਅਨ ਆ ਈਐਚ ਕਾਰ ਅਮਰੀਕਨ ਹਿਸਟੋਰੀਅਨ ਹੈ ਉਹਨੇ ਉਹਨੂੰ ਪੁੱਛਿਆ ਕਿਸੇ ਨੇ ਹਿਸਟਰੀ ਕੀ ਹੁੰਦੀ ਆ ਤੇ ਉਹ ਕਹਿੰਦਾ ਹਿਸਟਰੀ ਜਿੱਦਾਂ ਆਪਾਂ ਗੱਡੀ ਚਲਾਉਂਦੇ ਜਿਹੜਾ ਰੇਅਰ ਮਿਰਰ ਵੀ ਹੁੰਦਾ ਨਾ ਉਹਦੇ ਵਰਗੀ ਆ ਜੇ ਤੁਸੀਂ ਸਾਹਮਣੇ ਵਿੰਡੋ ਚ ਸਾਹਮਣੇ ਮਿਰਰ ਚ ਦੇਖ ਕੇ ਚਲਾਉਣੀ ਆ ਸਾਹਮਣੇ ਆਪਣੀ ਸਕਰੀਨ ਤੇ ਦੇਖ ਕੇ ਚਲਾਉਣੀ ਆ ਤੇ ਜਿਹੜਾ ਰੇਅਰ ਮਿਰਰ ਵੀ ਉਹਨਾਂ ਚ ਕਦੇ ਕਦੇ ਨਿਗਾਹ ਮਾਰ ਲੈਣੀ ਹੁੰਦੀ ਆ ਉਹ ਚ ਦੇਖ ਕੇ ਗੱਡੀ ਨੀ ਚਲਾਉਣੀ ਇਹ ਲੋਕ ਇਹ ਕਰਦੇ ਗੱਡੀ ਰੇਅਰ ਮਿਰਰ ਵੀ ਉਹ ਦੇਖ ਕੇ ਚਲਾਉਂਦੇ ਆ ਹੋਰ ਹੈ ਹੀ ਨਹੀਂ ਮਰਜ਼ੀ ਠੋਕਦੇ ਵੇ ਵੀਰਾ ਇਹਨਾਂ ਕੋ ਹੈ ਹੀ ਨਹੀਂ ਹੋਰ ਇਹਨਾਂ ਕੋਲ ਰੰਡੀ ਰੋਣੇ ਰੋਣ ਤੋਂ ਬਿਨਾਂ ਕੱਖ ਨੀ ਹੈਗਾ ਪੁੱਛੇ ਅੱਜ ਕੀ ਆ ਤੁਹਾਡੇ ਕੋਲ ਅੱਜ ਕੀ ਆ ਜਿਹੜਾ ਰੇਅਰ ਮਿਰਰ ਵਿਊ ਹੈ ਨਾ ਉਹ ਵੀ ਸਹੀ ਨੀ ਸਹੀ ਪਿਕਚਰ ਨੀ ਦਿਖਾ ਰਿਹਾ ਨਹੀਂ ਉਹ ਕੈਨੇਡਾ ਵਾਲਾ ਮੈਨੂੰ ਕਹਿੰਦਾ ਵੀਰਾ ਕੈਨੇਡਾ ਵਾਲਾ ਮੈਨੂੰ ਕਹਿੰਦਾ ਤੂੰ 12x12 ਦੇ ਕਮਰੇ ਚ ਬੈਠਾ ਹਨਾ ਗਰਾਊਂਡ ਰਿਐਲਿਟੀ ਦੱਸ ਤੇਰੀ ਕੀ ਹੈ ਉਹਨੂੰ ਪੁੱਛੇ ਵੀ ਸਾਰਿਆਂ ਤੋਂ ਇਕੱਠੇ ਹੋ ਕੇ ਤੁਹਾਤੋਂ 1,00,000 ਸਾਈਨ ਨੀ ਕਰਵਾ ਹੋਇਆ ਮੈਨੂੰ ਸਾਨੂੰ ਸੁਨੇਹਾ ਆਇਆ ਵੀ ਭਾਈ ਜਿਹੜੀਆਂ ਤੁਸੀਂ ਉਹ ਕਹਿੰਦਾ ਵੀਰਾ ਉਹ ਕਹਿੰਦਾ ਵੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਅਸੀਂ ਪਟੀਸ਼ਨ ਦੇਣੀ ਆ ਤਾਂ ਰੇਡੀਓ ਬੰਦ ਹੋ ਜਾਣਾ ਤੇ ਮੈਨੂੰ ਸੁਨੇਹਾ ਆਇਆ ਤੁਸੀਂ ਜਿਹੜੀਆਂ ਗੱਲਾਂ ਕਰਨੀਆਂ ਨਾ ਰੇਡੀਓ ਦੀਆਂ ਹਾਂਜੀ ਛੇਤੀ ਛੇਤੀ ਕਰ ਲਓ ਅੱਛਾ ਜੀ ਤੇ ਪਟੀਸ਼ਨ ਆਉਣੇ ਵਾਲੀ ਆ ਤਾਂ ਅਸੀਂ ਬੰਦ ਕਰ ਦੇਣਾ ਰੇਡੀਓ ਜਸਿੰਦਰ ਦਾ ਹਾਂ ਅਸੀਂ ਇਹਨਾਂ ਨੂੰ ਬੇਨਤੀ ਆ ਭਾਈ ਉਹ ਬਟਨ ਲਾ ਕੇ ਬੈਠੇ ਆ ਉਹ ਤੁਸੀਂ ਲੱਖ ਕਰ ਦਿਓ ਛੇਤੀ ਛੇਤੀ ਬਟਨ ਨੱਪ ਦੇਣਾ ਉਹਨੇ ਬਟਨ ਨੱਪ ਦੇਣਾ ਆ ਇਦਾਂ ਨਾ ਹੋਵੇ ਤੁਹਾਡੇ ਲੱਖ ਤੋਂ ਪਹਿਲਾਂ ਨੱਪ ਦੇ ਕ੍ਰੈਡਿਟ ਹੋਰ ਕੋਈ ਲੈ ਜਾਵੇ ਪ੍ਰਧਾਨ ਮੰਤਰੀ ਨੇ ਬਦਲ ਜਾਣਾ 3 ਸਾਲ ਲਈ ਚੋਣ ਹੁੰਦੀ ਆ ਸਾਰੀ ਉਹ ਸਾਡੀ ਹੁਣ ਉਹਨਾਂ ਸਿੱਧੀ ਗੱਲਬਾਤ ਇਹਨਾਂ ਨੂੰ ਕਾਹਲੀ ਇੱਕੋ ਗੱਲ ਦੀ ਰਹਿੰਦੀ ਆ ਇਹਨਾਂ ਨੂੰ ਕਾਹਲੀ ਹੋਰ ਕੋਈ ਨੀ ਇਹਨਾਂ ਨੂੰ ਕਾਹਲੀ ਇੱਕੋ ਗੱਲ ਦੀ ਆ ਵੀ ਅਸੀਂ ਮੂਹਰੇ ਕਿੱਦਾਂ ਆਈਏ ਸਾਡੀ ਸ਼ੁਕਰਾਬੰਦੀ ਕਿੱਦਾਂ ਜ਼ਾਹਰ ਕਰਨੀ ਅਸੀਂ ਉਹ ਕਾਹਲੀ ਰਹਿੰਦੀ ਆ ਜਿੱਦਾਂ ਕਿੱਦਾਂ ਭਰ ਬਸ ਹੋਰ ਕੋਈ ਕਾਹਲੀ ਨੀ ਇਹਨਾਂ ਕੌਮ ਜਾਵੇ ਇਕੱਠੇ ਸੂਚ ਸਾਨੂੰ ਤਾਂ ਬਹੁਤ ਮਾਣ ਹੁੰਦਾ ਜੀ ਅੱਜ ਤੱਕ
ਇੰਨੀ ਤਾਂ ਸਮਝ ਨੀ ਆਉਂਦੀ ਕਿ ਗੁਰੂਆਂ ਤੋਂ ਬਾਅਦ ਅਸੀਂ ਕੋਈ ਚੰਗਾ ਢੰਗ ਦਾ ਲੀਡਰ ਤਾਂ ਸਾਡੀ ਕੌਮ ਪੈਦਾ ਨੀ ਕਰ ਸਕੀ ਯਾਰ, ਇੱਥੇ ਤਾਂ ਕੰਮ ਕਰ ਲਓ ਮਾੜਾ ਮੋਟਾ। 84 ਤੋਂ ਹੁਣ ਤਾਈਂ ਕਿਹੜਾ ਕਰ ਲਿਆ ਕੋਈ ਲੀਡਰ, ਕੋਈ ਏਦਾਂ ਦਾ ਇੱਕ ਜ਼ਿਆਦਾ ਬੰਦਾ ਬਹਾਦਰ ਤੋਂ ਦੇਖ ਲਓ ਜਾਂ ਰਣਜੀਤ ਸਿੰਘ ਵੀ ਲਾ ਲਓ, ਉਹ ਵੀ ਜਦੋਂ ਤੁਸੀਂ ਗਿਣ ਲਓ ਉਹਨੂੰ ਵੀ ਇਸ ਹਿਸਾਬ ਨਾਲ, ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਲੀਡਰ ਹੀ ਨੀ ਪੈਦਾ ਹੋਇਆ, ਤੁਹਾਨੂੰ ਕੋਈ ਅਗਲਾ ਬੰਦਾ ਹੀ ਨੀ ਪੈਦਾ ਕਰ ਸਕੇ ਜਿਹੜਾ ਤੁਹਾਡੀਆਂ ਜਿਹੜਾ ਹਿੰਦੂਆਂ ਲਈ ਲੜ ਲੜ ਕੇ ਮਰ ਗਿਆ ਤੁਹਾਡੇ ਲੀਡਰ, ਤੁਸੀਂ ਕੁੱਖ ਵੀ ਨੀ ਕਰ ਸਕੇ, ਤੁਸੀਂ ਇਹ ਨੀ ਸੋਚ ਸਕੇ ਵੀ ਸਾਡਾ ਤਾਂ ਆਪਣਾ ਰਾਜ ਸੀਗਾ, ਅਸੀਂ ਹਿੰਦੀਆਂ ਲਈ ਕਾਹਤੋਂ ਲੜਾਈਆਂ ਲੜਦੇ ਰਹੀਏ, ਅਸੀਂ ਤਾਂ ਆਪਣੇ ਨੀ ਲੜੀਏ ਨਾ, ਜੇ ਲੜਨੀ ਸੀ ਤਾਂ ਘਰ ਤੇ ਤੁਹਾਡਾ ਖੋਇਆ ਸੀ, ਇੰਨੇ ਵਾਲੇ ਕਿੱਥੇ ਸੀ ਉਹ ਤਾਂ ਵੀਰਾ ਸੋਚ ਹੀ ਨੀ ਸਕਦੇ, ਪਤਾ ਨੀ ਸੋਚ ਹੀ ਨੀ ਸਕੇ ਕਦੇ ਵੀ, ਸੋਚ ਹੀ ਨੀ ਸਕੇ ਇਹਨਾਂ ਗੱਲਾਂ ਨੂੰ ਹੋਰ ਪਾਸੇ ਭੜਕਾਈ ਰੱਖਿਆ। ਅੱਜ ਦੇ ਤਰੀਕੇ ਵੱਲੋਂ ਮੈਂ ਕਹਿੰਦਾ ਪੰਜਾਬ ਦਾ ਸਾਰਿਆਂ ਤੋਂ ਜ਼ਿਆਦਾ ਨੁਕਸਾਨ ਦੋ ਚੀਜ਼ਾਂ ਨੇ ਕੀਤਾ, ਇੱਕ ਪੰਜਾਬ ਦੇ ਹਿੰਦੂ ਨੇ, ਇੱਕ ਸਿੱਖਾਂ ਦੇ ਲੀਡਰਾਂ ਨੇ, ਸਿਰਫ ਮਫਾਦ ਦੇਖਿਆ ਆਪਣੇ ਜੋ ਕੁਛ ਕੀਤਾ ਕੀਤਾ। ਸਾਰਿਆਂ ਤੋਂ ਵੱਡੇ ਦੇਣਦਾਰੇ ਦੋ ਬੰਦੇ, ਦੋ ਕੌਮਾਂ, ਇੱਕ ਦੋ ਦੋ ਜਿੱਦਾਂ ਕਹਿ ਲਓ ਕਿ ਦੋ ਚੀਜ਼ਾਂ ਸਾਡੀ ਕੌਮ ਜ਼ਿੰਮੇਵਾਰ ਹੈ ਸਾਡੇ ਪੰਜਾਬ ਲਈ, ਇੱਕ ਤਾਂ ਪੰਜਾਬ ਦਾ ਹਿੰਦੂ, ਦੂਜਾ ਲੀਡਰ ਚਾਹੇ ਉਹ ਸਿੱਖ ਲੀਡਰ ਹੋਣ ਚਾਹੇ ਹਿੰਦੂ ਲੀਡਰ ਹੋਣ। ਬਿਮਾਰੀ ਨੂੰ ਆਰਾਮ ਹੀ ਨੀ ਕਰਨ ਦਿੰਦੇ, ਮੌਕਾ ਨੀ ਆਉਣ ਦਿੰਦੇ ਵੀ ਬਿਮਾਰੀ ਚਲੇ ਜਾਏ। ਟਕਸਾਲੀਆਂ ਨੂੰ ਦੇਖ ਕੇ ਚੇਤਾ ਆਉਂਦਾ, ਇੰਨਾ ਰੋਣਾ ਰੋਂਦੇ ਆ, ਇੰਨਾ ਉਹਨਾਂ ਤਾਂ ਕਰਦੇ ਨੀ ਜਿੰਨਾ ਰੋਂਦੇ ਆ ਇਹ ਜਾਣੇ। ਫਿਰ ਕਹਿੰਦੇ ਅਸੀਂ ਤਾਂ ਪੈਦਾ ਹੀ ਮਰਨੇ, ਠੀਕ ਹੈ ਪੈਦਾ ਹੋਏ ਮਰਨ ਲਈ, ਲੰਘਿਆ ਟਾਈਮ ਬਸ, ਠੀਕ ਹੈ ਠੀਕ ਹੈ, ਅਵਾਸੀ ਲਈ ਆ, ਛਿੱਕ ਮਾਰੀ ਆ, ਭੁੱਲ ਜਾਂਦੀ ਦੁਨੀਆ ਨਾ, ਭੁੱਲ ਜਾਓ ਤੁਸੀਂ ਤਾਂ ਕੀ ਹੋ ਗਿਆ, ਤੁਸੀਂ ਮੌਤ ਦਾ ਨਾਸ ਮੁਸੀਬਤਾਂ ਦਾ ਕਹਿੰਦੇ ਨਾਸ਼ਤਾ ਕਰਦੇ ਹਾਂ ਅਸੀਂ, ਤਾਂ ਦਿਖਾ ਲਓ ਦੁਨੀਆ ਨੂੰ ਫਿਰ, ਮਤਲਬ ਚੀਜ਼ ਚੜਾ ਕਿਉਂ ਹੋਣਾ ਪੁੱਠਾ ਚਾਹੀਦਾ। ਹਾਂ ਬਈ ਜੇ ਸਰਕਾਰ 6 ਜੂਨ ਨੂੰ ਲਾਵੇ, ਮਤਲਬ ਮਾਰਚ ਕੱਢੇ, ਆਹੋ ਅਗਲੀ ਵਾਢੀ ਲਈ ਤਿਆਰ ਹੋ ਤੂੰ, ਅਸੀਂ ਤਾਂ ਫੇਰ ਤਿਆਰ ਬੈਠੇ ਹਾਂ। ਵਟਸਐਪ ਤੇ ਸਾਡੇ ਨਾਲ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮੈਂ ਮਾਨਸਾ ਤੋਂ ਬੋਲ ਰਿਹਾ ਜੀ, ਰਾਪਰ ਮਾਨਸਾ ਜ਼ਿਲ੍ਹਾ ਜੀ। ਕੀ ਹਾਲ ਜੀ, ਕੀ ਹਾਲ, ਆਵਾਜ਼ ਆ ਰਹੀ ਹੈ ਜੀ? ਬਹੁਤ ਵਧੀਆ ਜੀ, ਚਲੋ ਠੀਕ ਆ ਜੀ। ਸਰ ਮੈਂ 84 ਤੇ ਗੱਲ ਕਰਨੀ ਆ ਵੀ 84 ਦੀ ਲੋੜ ਕੀ ਪਈ ਸੀ ਸਰਕਾਰ ਨੂੰ ਜਾਂ ਸਾਨੂੰ? ਜੇ ਨਹੀਂ ਵੀ ਮਤਲਬ ਸਿੱਖਾਂ ਨੂੰ ਕੀ ਲੋੜ ਸੀ ਵੀ, ਇਹ ਕੀ ਮਤਲਬ ਸੀ ਵੀ ਇਹ 84 ਚ ਆਪਾਂ ਸਟੇਟ ਲੈਣੀ ਸੀ, ਹਥਿਆਰ ਹੀ ਚੁੱਕਣਾ, ਇਹ ਕਿੱਥੋਂ ਤੱਕ ਜਾਏ ਸੀਗਾ? ਨਹੀਂ ਉਹ ਉਸ ਵੇਲੇ ਇਹ ਵੀ ਨਹੀਂ ਹੋਇਆ ਨਾ ਵੀ ਸਟੇਟ ਲੈਣ ਲਈ ਕੀਤਾ, ਗੱਲ ਤਾਂ ਇਹ ਹੋਈ ਆ। ਅਸਲੀ ਕਹਾਣੀ ਤਾਂ ਵੀਰਾ ਇਹ ਆ ਵੀ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਟਾਈਮ ਇੰਦਰਾ ਗਾਂਧੀ ਨੇ ਪੰਜਾਬ ਦੇ ਅਕਾਲੀ ਦਲ ਦੇ ਵਿਰੁੱਧ ਜਿਹੜੀ ਜਮਾਤ ਖੜੀ ਕੀਤੀ ਆ ਨਾ, ਉਹ ਟਕਸਾਲ ਸੀ। ਉਸੇ ਕੜੀ ਦੇ ਵਿੱਚ, ਕਿਉਂਕਿ ਕਰਤਾਰ ਸਿੰਘ ਦੇ ਉੱਤੇ ਕਬਜ਼ਾ ਸੀ ਪੂਰਾ, ਹਾਂਜੀ, ਜਦੋਂ ਕਰਤਾਰ ਸਿੰਘ ਤੋਂ ਬਾਅਦ ਗੱਦੀ ਦਿੱਤੀ ਜਾਣ ਲੱਗੀ ਆ, ਤਾਂ ਇੰਦਰਾ ਗਾਂਧੀ ਦੇ ਭੇਜੇ ਉਹ ਸੁਨੇਹੇ ਦੇ ਉੱਤੇ ਇਹਨੂੰ ਮਿਲੀ ਆ ਜਨਰਲ ਲਾਸਟ ਮੰਨਣ ਤੇ ਨਾਲੇ, ਠੀਕ ਆ। ਉਸੇ ਕੜੀ ਦੇ ਵਿੱਚੋਂ ਨਿਰੰਕਾਰੀਆਂ ਦਾ ਜਿਹੜਾ ਜੋ ਕੁਛ ਹੋਇਆ ਆ ਉਹ ਜੋ ਕੁਛ ਵੀ ਲੱਗਾ, ਨਹੀਂ ਤਾਂ ਕੋਈ ਬੰਦਾ ਹੁਣ ਪੰਜਾਬ ਦੇ ਵਿੱਚ ਥਾਂ ਥਾਂ ਤੇ, ਹਾਂਜੀ, ਅੱਜ ਜਿਹੜੇ ਵਿਧੀ ਚੰਦੀਆਂ ਦੇ ਡੇਰੇ ਆ ਉਹਨਾਂ ਦੇ ਮੁੱਢ ਨਿਰੰਕਾਰੀਆਂ ਦਾ ਡੇਰਾ ਆ ਉੱਥਾਂ, ਹੈਗਾ ਜੀ। ਕੋਈ ਬੰਦਾ ਜਿਹੜਾ ਮਾਝੇ ਚ ਰਹਿਣੇ ਵਾਲਾ, ਉਹ ਦੱਸੋ ਵੀ ਬਿਆਸਾ ਦਮਦਮੀ ਟਕਸਾਲ ਤੋਂ ਕਿੰਨੀ ਦੂਰ ਆ? ਜੇ ਉਹਨਾਂ ਦਾ ਇੱਕ ਦਿਨ ਦਾ ਲਾਇਆ ਸਮਾਗਮ ਬੰਦ ਕਰਨਾ ਸੀ, ਨੀ ਬਿਆਸਾ ਦੇ ਲਈ ਕਿਉਂ ਨੀ ਕੁਛ ਕੀਤਾ ਇਹਨਾਂ ਨੇ? ਬਿਲਕੁਲ ਜੀ, ਠੀਕ ਹੈ ਨਾ। ਹੁਣ ਉੱਥੇ ਕੁਛ ਨੀ, ਇਹ ਵੀਰਾ ਕੱਖ ਨੀ ਸੀਗਾ, ਸਾਰੀ ਖੇਡ ਖੇਡੀ ਗਈ ਆ, ਬੇਵਕੂਫਾਂ ਵਾਂਗ ਟੱਕਰ ਮਾਰੀ ਗਈ ਆ, ਠੀਕ ਆ। ਉੱਥੇ ਉਸ ਵੇਲੇ ਖਾਲਿਸਤਾਨ ਦੀ ਕੋਈ ਗੱਲ ਨੀ, ਬੱਖੀ ਸਟੇਟ ਦੀ ਕੋਈ ਗੱਲ ਨੀ ਸੀ ਉਸ ਵੇਲੇ, ਨਹੀਂ। ਹਾਂਜੀ, ਵੈਸੇ ਮੈਂ ਹੁਣ ਦੱਸਦਾ, ਮੇਰੀ ਉਮਰ 28 ਸਾਲ ਹੈਗੀ ਤੇ ਹੁਣ ਘਰੇ ਗੱਲ ਕਰਦੇ ਹੁੰਦੇ ਖਾੜਕੂਵਾਦ ਦੀ,
ਮੈਂ ਸਲਾਈ ਦਾ ਕੰਮ ਕਰਦੇ ਸੀ ਅਸੀਂ ਤੇ ਖਾਕੂ ਆ ਜਾਂਦੇ ਸੀ ਉਹ ਵੀ ਸਾਨੂੰ ਧੱਕਾ ਕਰਦੇ ਪੁਲਿਸ ਆ ਜਾਂਦੀ ਸੀ ਉਹ ਵੀ ਧੱਕਾ ਕਰਦੀ ਅਸੀਂ ਦੋਨੇ ਪਾਸੇ ਫਸੇ ਹੋਏ ਸੀਗੇ ਜੇ ਖਾੜਕੂ ਦਾ ਕੁਛ ਪੁਲਿਸਾਂ ਨੂੰ ਆ ਕੇ ਧਮਕੀਆਂ ਦਿੰਦੇ ਵੀ ਖਾੜਕੂ ਆਉਂਦੇ ਤੁਹਾਡੇ ਕੋਲ ਖਾੜਕੂ ਚਲੇ ਜਾਂਦੇ ਖਾੜਕੂ ਆ ਜਾਂਦੇ ਫਿਰ ਉਹ ਤੁਹਾਨੂੰ ਤੁਸੀਂ ਸਾਨੂੰ ਪੁਲਿਸ ਦੀ ਖਬਰ ਦੱਸੋ ਕੋਈ ਏਦਾਂ ਏਦਾਂ ਕਰਦੇ ਸੀ ਬਹੁਤ ਕੁਛ ਹੋਇਆ ਸਾਡੇ ਨਾਲ ਪਰ ਬੋਲਦਾ ਨੀ ਕੋਈ ਸਾਡੇ ਖਾੜਕੂ ਦੀ ਗੱਲ ਵੀ ਨੀ ਕਰਦੇ ਸਾਡੇ ਪਿੰਡ ਦੇ ਖੁਦ ਦੇ ਖਾੜਕੂ ਹੋਏ ਹੈਗੇ ਉਹਨਾਂ ਨੂੰ ਗੁਰਦੁਆਰੇ ਸੰਭਾਏ ਹੋਏ ਆ ਸਾਡੇ ਇਲਾਕੇ ਦੇ ਵੀ ਉੱਥੇ ਜਿੰਨਾ ਕੁ ਵੀ ਇਹਨਾਂ ਹੁੰਦੀਆਂ ਗੋਲਕਾਂ ਇਕੱਠੀਆਂ ਕਰਕੇ ਚੱਕ ਲਿਆਉਂਦੇ ਨੇ ਗੁੰਡੇ 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 ਸੀਗੇ ਜੀ ਗੁੰਡੇ ਸੀ ਗੁੰਡੇ ਠੀਕ ਆ ਦੁਕਾਨਾਂ ਚਲਾਈਆਂ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਵੀਰੇ ਥੈਂਕ ਯੂ ਜੀ 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਧੰਨਵਾਦ ਜੀ 108 ਤੇ ਤੁਸੀਂ ਆਉਂਦੇ ਰਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਗੁਰੂ ਫਤਿਹ ਜੀ ਹਾਂਜੀ ਸੁਖਜਿੰਦਰ ਸਿੰਘ ਫਿਰੋਜ਼ਪੁਰ ਬੋਲ ਰਿਹਾ ਜੀ ਯੂਕੇ ਤੋਂ ਹਾਂਜੀ ਹਾਂਜੀ ਕਿੱਦਾਂ ਜੀ ਹਾਂਜੀ ਵਧੀਆ ਜੀ ਵਧੀਆ ਅੱਛਾ ਭਾਜੀ ਇੱਕ ਨਾ ਕੱਲ ਵੀਡੀਓ ਵੇਖ ਰਿਹਾ ਸੀ ਸੰਤਾਂ ਦੇ ਜਿਹੜਾ ਪਿੰਡਰਾਂ ਵਾਲੇ ਦੇ ਸੰਬੰਧ ਦੇ ਵਿੱਚ ਤੇ ਉਹ ਕਹਿੰਦੇ ਸੀਗੇ ਕਿ ਸੰਤਾਂ ਦੇ ਮਤਲਬ ਭੱਦੀ ਸ਼ਬਦਾਵਲੀ ਕਹਿਣ ਵਾਲੇ ਨੂੰ ਇੱਕ ਸਿਵਸਨ ਵਾਲੇ ਨੂੰ ਮਤਲਬ ਸੋਧਾ ਲਾਇਆ ਗਿਆ ਇੱਕ ਯੂਟਿਊਬ ਚੈਨਲ ਹੈਗਾ ਵਾ ਵਾਈ ਓ ਕੇ ਟੀਵੀ ਯੋਗ ਟੀਵੀ ਸ਼ਾਇਦ ਦਾ ਸਮਥਿੰਗ ਕੁਛ ਤੇ ਉਹਨਾਂ ਨੇ ਹੁਣ ਮਤਲਬ ਉਹ ਵੀਡੀਓ ਚੱਕ ਦਿੱਤੀ ਉੱਥੋਂ ਕੱਲ ਕੱਲ ਪਲੇ ਹੋਈ ਆ ਹਾਂਜੀ ਤੇ ਪਹਿਲਾਂ ਪਹਿਲਾਂ ਜਦੋਂ ਇਹੋ ਜਿਹੀਆਂ ਵੀਡੀਓ ਦੇਖਦੇ ਸੀ ਉਦੋਂ ਲੱਗਦਾ ਸੀਗਾ ਕਿ ਮਤਲਬ ਸਾਡੇ ਸਿੰਘ ਜਿਹੜੇ ਹੈਗੇ ਆ ਬਹੁਤ ਬਹਾਦਰੀ ਵਾਲਾ ਕੰਮ ਕਰਦੇ ਪਏ ਆ ਏਦਾਂ ਜਿਹੜੇ ਆ ਬਾਂਦਰ ਸ਼ਿਵ ਸੈਨਾ ਵਾਲਿਆਂ ਨੂੰ ਸੋਧਾ ਲਾਉਂਦੇ ਆ ਪਰ ਹੁਣ ਵੇਖ ਕੇ ਸਮਝ ਆਉਂਦੀ ਹੈ ਕਿ ਕਿੱਦਾਂ ਮਤਲਬ ਸਾਡੇ ਨਾਲ ਕਿਹੋ ਜਿਹੀਆਂ ਗੇਮਾਂ ਖੇਡੀਆਂ ਜਾ ਰਹੀਆਂ ਹਜੇ ਤੱਕ ਵੀ ਨੀ ਸਾਨੂੰ ਸਮਝ ਆਉਂਦੀ ਪਰ ਸਮਝਣਾ ਚਾਹੁੰਦੇ ਹੀ ਨਹੀਂ ਨਾ ਜਿਨ੍ਹਾਂ ਗੱਲਾਂ ਨੂੰ ਨਾ ਸਮਝਣ ਦੇ ਵਿੱਚ ਤੁਹਾਨੂੰ ਫਾਇਦਾ ਹੁੰਦਾ ਨਾ ਹਾਂਜੀ ਹਾਂਜੀ ਜ਼ਿੰਦਗੀ ਦੇ ਵਿੱਚ ਬਹੁਤ ਤੁਸੀਂ ਬੱਚਿਆਂ ਨੂੰ ਦੇਖਿਓ ਜਦੋਂ ਜਿੱਦਾਂ ਹੋਮਵਰਕ ਦਾ ਟਾਈਮ ਆ ਬਿਲਕੁਲ ਜੀ ਹੁਣ ਘਰ ਦੇ ਕਹਿੰਦੇ ਆ ਵੀ ਬੇਟਾ ਹੋਮਵਰਕ ਕਰ ਲਾ ਹਾਂਜੀ ਹਾਂਜੀ ਹੁਣ ਜੇ ਉਹ ਸੁਣੂਗਾ ਟੀਵੀ ਦੇਖ ਰਿਹਾ ਆ ਜੇ ਸੁਣੂਗਾ ਉਹਨੂੰ ਫਾਇਦਾ ਆ ਫਿਰ ਸੁਣੂਗਾ ਉਹ ਜਿਹਨੂੰ ਨਾ ਸੁਣ ਕੇ ਫਾਇਦਾ ਹੋ ਰਿਹਾ ਉਹਨੂੰ ਉਹ ਗੱਲ ਨੂੰ ਕਾਹਤੇ ਸੁਣੂਗਾ ਉਹ ਹਾਂ ਤੁਸੀਂ ਇਹ ਉਹਨੂੰ ਆਵਾਜ਼ ਮਾਰੋ ਵੀ ਤੇਰਾ ਦੋਸਤ ਆਇਆ ਬਾਹਰ ਅਸੀਂ ਬਾਜ਼ਾਰ ਚੱਲੇ ਆ ਕੋਈ ਟੋਏ ਤਾਂ ਨੀ ਮੰਗਾਉਣਾ ਫੇਰ ਉਹਨੂੰ ਪਤਾ ਵੀ ਟੀਵੀ ਦੇਖਣ ਨੂੰ ਹੁਣ ਉਹ ਵਧੀਆ ਉਹ ਸੁਣੂਗਾ ਬਸ ਸਵਾਰਥ ਜਿਹੜਾ ਹੈ ਨਾ ਵੀਰਾ ਹਰ ਜਗ੍ਹਾ ਤੇ ਹਾਂਜੀ ਹਾਂਜੀ ਤੇ ਇੱਕ ਪਹਿਲਾਂ ਮੇਰਾ 2004-5 ਦੇ ਵਿੱਚ ਟਕਸਾਲ ਦੇ ਨਾਲ ਥੋੜਾ ਬਹੁਤਾ ਸਾਲ ਡੇਢ ਸਾਲ ਵਾਹ ਪਿਆ ਸੀਗਾ ਜੀ ਮਾਝੇ ਦੇ ਵਿੱਚ ਇੱਕ ਗੁਰਦੁਆਰਾ ਵਾ ਉੱਥੇ ਅਸੀਂ ਸੰਥਿਆ ਲੈਣ ਗਏ ਹੋਏ ਸੀਗੇ ਹਾਂਜੀ ਤੇ ਉੱਥੋਂ ਦੇ ਜਿਹੜੇ ਉਹ ਟਕਸਾਲੀ ਮਤਲਬ ਮੇਨ ਜਿਹੜਾ ਉਹਨਾਂ ਦਾ ਉਹ ਟਕਸਾਲ ਨੂੰ ਹੀ ਮੰਨਦੇ ਹੁੰਦੇ ਸੀਗੇ ਜਿਹੜਾ ਉਸ ਦਾ ਗੁਰਦੁਆਰਾ ਸੀਗਾ ਡੇਰਾ ਸੀਗਾ ਤੇ ਉਹ ਕਹਿੰਦੇ ਸੀਗੇ ਕਿ ਸੰਤਾਂ ਵਾਲੇ ਮਤਲਬ ਸੰਤ ਸ਼ਹੀਦ ਨੀ ਗਏ ਹੋਏ ਉਹ ਏਦਾਂ ਪਾਕਿਸਤਾਨ ਗਏ ਹੋਏ ਆ ਤੇ ਕਹਿੰਦੇ ਵੀ ਠਾਕੁਰ ਸਿੰਘ ਉਦੋਂ ਠਾਕੁਰ ਸਿੰਘ ਹੁੰਦਾ ਸੀਗਾ ਤੇ ਕਹਿੰਦੇ ਠਾਕੁਰ ਸਿੰਘ ਨੂੰ ਉਹਨਾਂ ਨੇ ਦਰਸ਼ਨ ਦਿੱਤੇ ਆ ਮਤਲਬ ਉਹਨਾਂ ਦਾ ਚਿੱਟਾ ਦਾੜਾ ਹੋਇਆ ਹੋਇਆ ਵਾ ਉਹ ਕਹਿੰਦੇ ਕਿ ਸੰਤ ਜੀ ਵਾਪਸ ਆਉਣਗੇ ਤੇ ਵਾਪਸ ਆ ਕੇ ਜਿਹੜੇ ਆ ਦੁਸ਼ਮਣਾਂ ਦਾ ਨਾਸ਼ ਕਰਨਗੇ ਸੋਧਾ ਲਾਉਣਗੇ ਇਹਨਾਂ ਨੂੰ ਮਤਲਬ ਉਦੋਂ ਗੱਲਾਂ ਬਹੁਤ ਵਧੀਆ ਲੱਗਦੀਆਂ ਸੀ ਪਰ ਹੁਣ ਪ੍ਰੈਕਟੀਕਲੀ ਸੋਚਦੇ ਆ ਕਿ ਮਤਲਬ ਜਿੰਨੇ ਵੀ ਹੈਗੇ ਸਾਰੀਆਂ ਫੁਕਰ ਪਾਉਣਾ ਸੀਗਾ ਕੁਛ ਨੀ ਕਿਸ ਤੋਂ ਬਿਨਾਂ ਵੀਰਾ ਇਹ ਜਿਹੜੇ ਨਾ ਇਹ ਟਕਸਾਲੀ ਆ ਇਹ ਤਾਂ ਇੰਨੇ ਗੰਦੇ ਆ ਨਾ ਇੰਨੇ ਕ੍ਰਿਤਕਾਣੇ ਆ ਏਡੇ ਵੱਡੇ ਦੁਖੀ ਆ ਏਡੇ ਕਮੀਣੇ ਆ ਇਹਨਾਂ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਕੀਰਤਪੁਰ ਪਹਾੜੀਆਂ ਚ ਬਿਠਾਇਆ ਆ ਹਾਂਜੀ 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 ਤੇ ਉੱਥੇ ਇੱਕ ਮਿੰਨੀ ਸਵਰਗ ਆ ਤਾਂ ਉੱਥੇ ਬੈਠੇ ਆ ਜਦੋਂ ਕੌਮ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਆਉਣਾ ਫਿਰ ਹੀ ਨੀ ਉਹ ਪੰਜਾਬ ਲੁੱਟ ਕੇ ਖਾ ਲਿਆ ਡੇਰੇਦਾਰਾਂ ਨੇ ਤੁਹਾਡੇ ਆਗੂਆਂ ਨੇ ਟਕਸਾਲ ਬਹਿ ਗਏ ਦੀਪ ਸਿੰਘ ਦੀ ਟਕਸਾਲ ਬਾਬਾ ਦੀਪ ਸਿੰਘ ਦੀ ਟਕਸਾਲ ਬਾਦਲਾਂ ਦੇ ਪੈਰਾਂ ਚ ਬਹਿ ਗਈ ਬਾਦਲ ਬਹਿ ਗਿਆ ਮੋਦੀ ਬਾਦਲ ਬਹਿ ਗਿਆ ਮੋਦੀ ਦੀ ਦਿੱਤੀ ਹੋਈ ਕੁਰਸੀ ਤੇ ਬਾਦਲ ਦੀ ਨੂੰਹ ਮੋਦੀ ਦੀ ਮਿਨਿਸਟਰ ਧੁੰਮਾ ਕਰੇ ਬਾਦਲਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਤੇ ਬਾਬਾ ਦੀਪ ਸਿੰਘ ਕੀਰਤਪੁਰ ਬੈਠਾ ਆ ਨਹੀਂ ਮਤਲਬ ਤੁਸੀਂ ਯਾਰ ਭਿੰਡਰਾਂ ਵਾਲਾ ਉੱਥੇ ਬੈਠਾ ਆ ਉਹ ਟਾਈਮ ਉਡੀਕੀ ਜਾਂਦਾ ਬਾਬਾ ਦੀਪ ਸਿੰਘ ਪਹਾੜੀਆਂ ਚ ਬੈਠਾ ਟਾਈਮ ਉਡੀਕੀ ਜਾਂਦਾ ਹਨਾ ਕਿੱਦਾਂ ਤੁਸੀਂ ਲੋਕਾਂ ਦਾ ਉੱਲੂ ਬਣਾਉਣ ਲੱਗੇ ਹੋ ਤੁਸੀਂ ਸਾਰੇ ਲੁਟੇਰੇ ਗਿਆਨੀ ਗੁਰਬਚਨ ਸਿੰਘ ਜਾਣੀ ਬੰਦੇ ਜਿਹੜਾ ਜਥੇਦਾਰ ਸੀਗਾ ਹਾਂਜੀ ਹਾਂਜੀ ਜਿਹੜੇ ਇਹ ਜਥੇਦਾਰਾਂ ਦੀ ਔਕਾਤ ਤਾਂ ਦੇਖੋ ਮੈਂ ਕਹਿੰਦਾ ਇਹ ਜਿੰਨੇ ਜਥੇਦਾਰ ਆ ਨਾ
ਇਹ ਬੰਦੇ ਆਪਣੇ ਜਥੇਦਾਰਾਂ ਵਾਲੇ ਕੱਪੜੇ ਲਾ ਕੇ, ਮੈਂ ਤਾਂ ਕਥਾਕਾਰਾਂ ਨੂੰ ਵੀ ਕਹਿੰਦਾ ਹੁੰਦਾ ਵੀ ਹੱਥ ਚ ਮਾਝੀ ਹੋਣੀ ਕਿਰਪਾਨ ਚੱਕੀ ਫਿਰਦੇ, ਇਹਨਾਂ ਨੂੰ ਪੁੱਛੇ ਵੀ ਲਈਓ ਕਾਹਦੇ ਲਈ ਆ, ਤੁਸੀਂ ਕਿਰਪਾਨ ਦੇ ਹੱਥ ਕੀ ਆ ਤੁਹਾਡੇ ਕੋਲ, ਹਾਂਜੀ ਵਰਤ ਚਲਾ ਸਕਦੇ ਹੋ, ਨਹੀਂ 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 ਨਾ, ਫਿਰ ਕਾਹਦੇ ਲਈ ਚੱਕੀ ਉਹ ਆਏ। ਹੁਣ ਇਹ ਬੰਦੇ ਆਪਣੀ ਕਿਰਪਾਨ ਲਾ ਕੇ ਕੱਪੜੇ ਸਿਰ ਤੇ ਏਦਾਂ ਮਧੇੜ ਮਾਰ ਕੇ ਕਿਤੇ ਕੰਮ ਤੇ ਲੈ ਕੇ ਜਾਓ, ਇਹਨਾਂ ਨੂੰ ਅੱਧਾ ਦਿਨ ਕੰਮ ਕਰਾਓ ਇਹਨਾਂ ਨੂੰ, ਤੁਹਾਨੂੰ ਪਤਾ ਲੱਗ ਜਾਓ ਨਾ ਇਹਨਾਂ ਕੋਲ ਪੰਕਚੁਅਲਿਟੀ ਆ, ਨਾ ਕੋਈ ਕਮਿਟਮੈਂਟ ਆ, ਨਾ ਕੋਈ ਇਹ ਗੱਲ ਸੁਣ ਡੈਲੀਗੇਸ਼ਨ ਹੈ ਇਹਨਾਂ ਦੇ ਕੋਲ, ਨਾ ਗੱਲ ਸੁਣ ਕਮਾਂਡ ਲੈ ਸਕਦੇ ਆ, ਨਾ ਦੇ ਸਕਦੇ ਆ, ਕਿਤੇ ਫਿੱਟ ਨਹੀਂ ਹੁੰਦੇ, ਕਿਤੇ ਫਿੱਟ ਨਹੀਂ ਹੋਣਗੇ, ਜਾਣੀ ਆਲਸੀ ਸਿਰੇ ਦੇ ਆਲਸ ਬੇਲੀਆਂ ਖਾਣ ਗਿੱਜਦੇ ਆ, ਜਾਣੀ ਦਿਹਾੜੀ ਦੇ ਵਿੱਚ ਅੱਧਾ ਪੌਣਾ ਘੰਟਾ ਕੰਮ ਕਰਕੇ ਆਪਣੀ ਪੂਰੀ ਮਹੀਨੇ ਦੀ ਤਨਖਾਹ ਬਣਾਉਂਦੇ ਆ ਤੇ ਆਰਾਮ ਨਾਲ ਘਰਾੜੇ ਮਾਰਦੇ ਆ, ਝੂਠ ਸੱਚ ਸੁਣਾ ਕੇ ਲੋਕਾਂ ਨੂੰ, ਸਭ ਤੋਂ ਵੱਧ ਝੂਠ ਇਹਨਾਂ ਨੇ ਵੇਚਿਆ, ਬਾਹਮਣ ਤੋਂ ਪੁਜਾਰੀ ਤੋਂ ਵੱਧ ਝੂਠ ਇਹਨਾਂ ਨੇ ਵੇਚਿਆ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਅੱਜ, ਠੀਕ ਹੈ, ਤਾਂ ਬਿੱਲੜਾਂ ਦੀ ਕੌਮ ਪੈਦਾ ਕਰ ਦਿੱਤੀ ਨੀ ਸਾਡੇ ਸਿਰ ਤੇ ਵੀਰਾ। ਬਿਲਕੁਲ ਜੀ ਬਿਲਕੁਲ, ਹਾਂਜੀ ਹੁਣ ਤੁਸੀਂ ਇੱਕ, ਚਲੋ ਮੈਂ ਗੱਲ ਕੱਟਦਾ, ਗੱਲ ਕਹਿ ਕੇ ਮਾਝੀ ਦੀ ਗੱਲ ਕੀਤੀ ਕਿ ਇਹ ਕਿਰਪਾਨ ਰੱਖਣੀ ਹੈ ਕਦੇ ਲਈ ਰੱਖੀ ਆ, ਮੈਂ ਕਹਿੰਦਾ ਲਾਲੀ ਤਰਨ ਤਰਨ ਵਾਲੇ ਨੂੰ ਰੱਖੀ ਨੀ, ਔਖੇ ਵੇਲੇ ਕੰਮ ਆਊਗੀ, ਬਸ ਹੋਰ ਕੋਈ ਕੰਮ ਨਹੀਂ। ਥੈਂਕ ਯੂ ਵੀਰੇ, ਠੀਕ ਹੈ ਜੀ, ਠੀਕ ਹੈ ਵੀਰੇ, ਓਕੇ, ਥੈਂਕ ਯੂ ਜੀ, ਥੈਂਕ ਯੂ। ਕਪੂਰ ਕਹਿੰਦਾ ਵੀ ਜਿਹੜਾ ਚਰਿੱਤਰ ਦਾ ਨਿਰਮਾਣ ਆ ਤੁਹਾਡਾ, ਉਹ ਤੁਹਾਡੀ ਹਾਂ ਵਿੱਚ ਨਹੀਂ ਨਾਂ ਵਿੱਚ ਛੁਪਿਆ ਆ। ਬਿਲਕੁਲ ਜੀ, ਇਹ ਲੋਕਾਂ ਨੂੰ ਸਾਰੀ ਉਮਰ ਹਾਂ ਚ ਹਾਂ ਮਿਲਾਉਂਦਿਆਂ ਦੀ ਨੰਗ ਹੀ ਸਾਂਝੀਆਂ ਭਾਬੀਆਂ, ਸਾਂਝੀਆਂ ਭਾਬੀਆਂ ਸੱਚੀ, ਇਹ ਸਾਰੇ ਪਿੰਡ ਦੀਆਂ ਭਾਬੀਆਂ ਜਾਣੀ, ਠੀਕ ਹੈ। ਉੱਥੇ ਇੱਕ ਭੇਜਿਆ ਮੁੰਡੇ ਨੇ ਕਲਿੱਪ, ਬਲਜਿੰਦਰ ਨੇ ਸੋਰੀ ਭੇਜਿਆ, ਪਤਾ ਨੀ ਆਲੇ ਦੁਆਲੇ ਘਰੇ ਸੁਣਾਇਆ ਕਿ ਨਹੀਂ ਸੁਣਾਇਆ ਅਜੇ, ਉਹ ਚ ਝਗੜਾ ਝੁਗੜਾ ਹੋ ਜਾਂਦਾ ਕਿਤੇ ਹਸਬੈਂਡ ਵਾਈਫ ਦਾ, ਕੋਰਟ ਵਿੱਚ ਹੁੰਦੇ ਆ, ਠੀਕ ਹੈ, ਤੇ ਜੱਜ ਪੁੱਛਦਾ ਹਸਬੈਂਡ ਨੂੰ ਵੀ ਕੀ ਗੱਲ ਕੀ ਆ, ਉਹ ਕਹਿੰਦਾ ਮੈਨੂੰ ਡਿਵੋਰਸ ਚਾਹੀਦਾ, ਉਹ ਕਹਿੰਦਾ ਪ੍ਰੋਬਲਮ ਕੀ ਆ, ਹਾਂਜੀ, ਉਹਦੀ ਘਰ ਵਾਲੀ ਕਹਿੰਦੀ ਇਹਨੂੰ ਇਕੱਲੇ ਨੂੰ ਪਤਾ ਨੀ ਕੀ ਪ੍ਰੋਬਲਮ, ਬਾਕੀ ਸਾਰਾ ਮਹੱਲਾ ਤਾਂ ਖੁਸ਼ ਆ, ਠੀਕ ਆ। ਇਹ ਹੁਣ ਮਾਝੀ ਹੁਣੀ ਜਿੰਨੇ ਕਥਾਕਾਰ ਧੁੰਦਾ ਪੰਥਪ੍ਰੀਤ ਸਾਰੇ ਉਹ ਆ ਜਿਹੜੇ ਇੱਦਾਂ ਕਹਿੰਦੇ ਸਾਰਾ ਮਹੱਲਾ ਤਾਂ ਖੁਸ਼ ਆ ਸਾਥੋਂ, ਹੈ ਇਹ ਇਹ ਰੇਡੀਓ ਵਾਲਿਆਂ ਨੂੰ ਪਤਾ ਨੀ ਕੀ ਪ੍ਰੋਬਲਮ, ਬਾਕੀ ਸਾਰਿਆਂ ਨੂੰ ਅਸੀਂ ਟਕਸਾਲੀਆਂ ਨੂੰ ਖੁਸ਼ ਰੱਖੀਦਾ, ਕੋਈ ਆ ਲਿਆ ਕੋਈ ਕਾਮਰੇਡ ਦੁਖੀ ਹੋ ਜਾ ਸਾਥੋਂ, ਕੋਈ ਗੁਰਦੁਆਰੇ ਦੀ ਕੋਈ ਗੁਰਦੁਆਰੇ ਦੀ ਕਮੇਟੀ ਸਾਂਝੇ ਸਾਰਿਆਂ ਦੇ, ਚਾਹੇ ਜਾ ਕੇ ਰਵਿਦਾਸੀਆਂ ਨੂੰ ਗੁਰੂ ਕਹਾ ਲਓ, ਰਵਿਦਾਸ ਨੂੰ ਗੁਰੂ ਕਹਾ ਲਓ, ਕਿਸੇ ਟਕਸਾਲੀਆਂ ਦੀ ਸਟੇਜ ਦੇ ਉੱਤੇ, ਹੈਨਾ, ਜਿੱਥੇ ਟੁੱਕੜ ਇਹਨਾਂ ਨੂੰ ਮਿਲ ਜਾਣ ਜਾਣੀ। ਇੱਕ ਪਾਸੇ ਉਹ ਜਿਹੜੇ ਬੰਦੇ ਜਥੇਦਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ, ਤੇ ਉਹ ਹਿਮਡਰਾਲਾ ਗੁਰਦੁਆਰਾ ਜਥੇਦਾਰਾਂ ਨੇ ਬਣਵਾਇਆ, ਫਿਰ ਉੱਥੇ ਵੀ ਉਸ ਸਟੇਜ ਤੇ ਵੀ ਚੱਲ ਜਾਂਦੇ ਆ, ਆਹ ਸਾਹਿਬ ਹੁਣੀ ਇੱਥੇ ਰੇਡੀਓ ਵਾਲੇ ਜਿਹੜੇ ਆ ਇਹ ਰੌਲਾ ਪਾਈ ਜਾਂਦੇ ਇੱਥੇ, ਇਹਨਾਂ ਦੇ ਵੀ ਇਹਨਾਂ ਦੇ ਵੀ ਇੱਥੇ ਬੋਲੇ ਸੋਨਿਆਲ ਪੰਥਕ ਸਾਰੇ ਇੱਥੇ ਲਾਣਤੀ ਯਾਰ, ਮੈਂ ਤਾਂ ਕਹਿੰਦਾ ਇਹਨਾਂ ਨੂੰ ਤਾਂ ਭੇਡਾਂ ਬੱਕਰੀਆਂ ਚੰਗੀਆਂ ਲੱਗਦੀਆਂ ਜਾਣੀ, ਮਾੜਾ ਮੋਟਾ ਸਟੈਂਡਰਡ ਤਾਂ ਰੱਖ ਲੈਂਦੀਆਂ ਜਾਣੀ। ਉਹ ਬੱਕਰੀ ਦੇ ਬਾਰੇ ਵੀ ਕਹਿੰਦੇ ਵੀ ਮਰਾਸੀ ਨੇ ਨਾ ਉਹਦੇ ਨੱਕ ਤੇ ਮਾਰ ਮਾਰ ਕੇ ਉਹਨੂੰ ਕਰ ਦਿੱਤਾ ਸੀ, ਵੀ ਚਟਾਲੇ ਨੂੰ ਮੂੰਹ ਮਾਰਨੋਂ ਹਟ ਗਈ, ਉਹ ਮਜਾ ਲਿਆ ਇਹਨੂੰ ਸ਼ਰਮ ਆਉਂਦੀ ਹੋਵੇ, ਠੀਕ ਹੈ। ਬਸ ਇੰਨਾ ਹੀ ਆ ਵੀ ਜਗ੍ਹਾ ਬਣਾਉਣੋਂ ਰਹਿ ਗਏ ਵੀ ਜਿੱਥੇ ਰਾਤ ਇੱਦਾਂ ਰੱਖਣ ਲਈ ਇੱਦਾਂ ਰੇਟ ਲਾ ਦੇਣ, ਇਹ ਹੋਰ ਕੱਖ ਨਹੀਂ, ਜ਼ਮੀਰ ਇੱਦਾਂ ਦੀ ਬਣੀ ਪਈ ਆ ਜਾਣੀ, ਇੰਨੇ ਗਿਰੇ ਹੋਏ ਆ। 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ, ਪੈਸੇ ਲਾ ਕੇ ਫੋਨ ਕਰਨਾ, ਤੂੰ ਆਵਾਜ਼ ਆਪਣੀ ਤੂੰ ਇੱਦਾਂ ਪਹਿਲਾਂ ਗੱਲ ਸ਼ੁਰੂ ਤਾਂ ਇੱਥੋਂ ਕਰ ਵੀ ਮੈਂ ਜੀ ਮੈਂ ਮਹਿੰਦਰ ਸਿੰਘ ਬੋਲਦਾ, ਹਾਂਜੀ, ਹੈਨਾ, ਫਲਾਨੀ ਜਗ੍ਹਾ ਤੋਂ, ਹਾਂਜੀ, ਹੈਨਾ, ਮੈਂ ਗੱਲ ਫਿਰ ਤੂੰ ਹਿੰਮਤ ਨਾ ਕਹਿ ਗੱਲ ਇੱਦਾਂ, ਮੈਨੂੰ ਕਹਿੰਦੇ ਤੂੰ 12x12 ਦੇ ਕਮਰੇ ਚ ਬੈਠਾ, ਫਿਰ ਤੁਸੀਂ ਕਿੱਦਾਂ ਕਿੱਦਾਂ ਕਿੱਡੇ ਕੁ ਸ਼ੇਰ ਆ ਭਾਈ, ਤੁਸੀਂ ਅਗਰਾਹੀਆਂ ਕਰੀ ਜਾਂਦੇ ਆ, ਲੋਕਾਂ ਨੂੰ ਲੁੱਟ ਕੇ ਖਾ ਲਿਆ, ਹੈਨਾ, ਜਿੱਥੇ ਤੁਹਾਡਾ ਜੀ ਕੀਤਾ। ਇਹ ਨਾ ਉਹ ਜਿਹੜੇ ਸਟੋਰੀ ਸੁਣਾ ਦਿੰਦੇ ਗਿੱਦੜ, ਵੀ ਉਹਨੂੰ ਕਹਿੰਦੇ ਤੂੰ ਲੰਬੜਦਾਰ, ਜਰਨੈਲ ਸਿੰਘ ਭਿੰਡਰ ਵਾਲੇ ਤੇ ਇੰਦਰਾ ਗਾਂਧੀ ਨੇ ਛੱਜ ਬੰਨਤਾ, ਉਹ ਤਾਂ ਹੁਣ ਚਲਿਆ ਗਿਆ, ਇਹ ਪਤੰਦਰ ਹਜੇ ਛੱਜ ਬੰਨੀ ਫਿਰਦੇ ਆ, ਸਹੀ ਗੱਲ, ਪੱਲੇ ਤਾਂ ਕੁਛ ਰਿਹਾ ਨੀ, ਹੁਣ ਉਹ ਛੱਜ ਨੀ ਛੱਡਦਾ ਇਹਨਾਂ ਨੂੰ, ਨਹੀਂ ਨਹੀਂ ਕੋਈ ਪਤਾ ਨੀ, ਜਾਣੀ ਥੋੜਾ ਬਹੁਤਾ ਤਾਂ ਫੇਰ ਕਰਨਾ ਆਪਣੇ ਆਪ ਦੇ ਨਾਲ, ਆਪਣੇ ਵੱਡੇ ਵਡੇਰਿਆਂ ਦੇ ਨਾਲ, ਵੀ ਤੁਹਾਡੀ ਇਹ ਹਰਕਤ ਤੁਹਾਡੇ ਉਹਨਾਂ ਦੇ ਹੱਕ ਤੇ ਜਾਂਦੀ ਕਿ ਵਿਰੋਧ ਚ ਜਾਂਦੀ, ਇੰਨਾ ਕੁ ਤਾਂ ਸੋਚ ਹੀ ਲੈਂਦਾ ਬੰਦਾ। ਇੱਕ ਕਿਰਪਾਨ ਤੋਂ ਮੇਰੇ ਦਿਮਾਗ 'ਚ ਨਾ ਇੱਕ ਪਿਕਚਰ ਆਈ, ਵੀ ਹੁਣ ਜੇ ਸਵਾਲ ਜੀ ਮਾਝੀ ਦਾ ਚਲੋ ਪੁੱਛ ਲਓ, ਫਿਰ ਅਜੇ ਹੱਟਾ ਕੱਟਾ ਵਾ ਨਾ ਬੰਦੇ ਕੋਲ, ਕਦੇ ਅੜੇ ਤੁੜੇ, ਐਂ ਤਾਂ ਆਪਣਾ ਪੰਥਪ੍ਰੀਤ ਵੀ ਲਈ ਫਿਰਦਾ ਹੁੰਦਾ ਕਿਰਪਾਨ ਤਾਂ, ਨਹੀਂ ਵੀ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਆ, ਉਹਨੇ ਤਾਂ ਖੂੰਡੀ ਦੇ ਕੰਮ ਵੀ ਨੀ ਹੋਣੀ ਕਿਰਪਾਨ, ਉਹ ਬੰਦਾ 3.5 ਫੁੱਟ ਦੀ ਰਾਖੀ ਕਿਰਪਾਨ ਹਰੇਕ ਜਗ੍ਹਾ ਕਿਉਂ ਖੜ ਜਾਂਦੇ। ਇਹ ਬੰਦੇ ਰੌਲਾ ਪਾਉਂਦੇ ਆ ਜਥੇਦਾਰੀ ਦੇ ਵਿਰੁੱਧ, ਬਾਦਲਾਂ ਦੇ ਵਿਰੁੱਧ, ਅੰਦਰ ਸੁਪਨਾ ਇਹਨਾਂ ਦੇ ਸਾਰਾ ਕੁਛ ਉਹੀ ਕਰਨੇ ਦਾ, ਜੋ ਕੁਛ ਬਾਦਲ ਕਰ ਰਹੇ ਆ ਨਾ, ਅੰਦਰ ਟੀਚਾ ਇਹਨਾਂ ਦੇ ਉਹ ਆ, ਅਟਾਕਾਂ ਨੀ ਗਰੁੱਪ ਦੇ ਵਿਰੁੱਧ ਜਿੰਨੇ ਬੋਲਦੇ ਆ ਨਾ, ਜਿੰਨੇ ਉਹਨਾਂ ਨੂੰ ਗਲਤ ਕਹਿੰਦੇ ਆ, ਸਾਰਿਆਂ ਦਾ ਸੁਪਨਾ ਇਹ ਆ ਵੀ ਇੱਦਾਂ ਦੀ ਜਗ੍ਹਾ ਤੇ ਅਸੀਂ ਕਬਜ਼ਾ ਹੋ ਜਾਈਏ।
ਔਕਾਤ ਹੈ ਨੀ ਬਸ ਉਹਨਾਂ ਦੀ ਔਕਾਤ ਆ ਸਾਂਭੀ ਬਾਦਲ ਦੀ ਔਕਾਤ ਆ ਬਾਦਲ ਨੂੰ ਪਤਾ ਕਿੱਦਾਂ ਸਾਂਭਣਾ ਏਡੇ ਬੜੇ ਸਿਸਟਮ ਨੂੰ ਸਾਂਭਣਾ ਖੇਲ ਪਈ ਹੁਣ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਲਜ਼ਾਮ ਇਹਨਾਂ ਨੇ ਮਾਲਵੇ ਦੇ ਪੰਥਪ੍ਰੀਤ ਹੁਣੀ ਕਹਿੰਦੇ ਸੀ ਵੀ ਮਾਲਵਾ ਤਾਂ ਅਸੀਂ ਲੈ ਲਿਆ ਠੀਕ ਹੈ ਹਾਂਜੀ ਜਿੰਨਾ ਇਹਨੇ ਰੌਲਾ ਪਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮ ਬਾਦਲਾਂ ਦੇ ਉੱਤੇ ਲਾਹੀ ਆ ਉਹਦੇ ਨੂੰਹ ਪੁੱਤ ਦੋ ਹੀ ਜਿੱਤ ਗਏ ਦੋ ਹੀ ਜਿੱਤ ਗਏ ਮਰਜ਼ਾ ਚੱਕਣੀ ਕਿਤੇ ਨੱਕ ਨੁੱਕ ਡੁੱਬੋ ਕਿਤੇ ਸ਼ਰਮ ਦੇ ਨਾਲ ਤੁਸੀਂ ਥੋੜਾ ਬਹੁਤਾ ਤਾਂ ਦੁਨੀਆਂ ਨੂੰ ਕਹੋ ਵੀ ਨਹੀਂ ਯਾਰ ਇਹ ਸਾਡੀ ਸਾਡੀ ਮੋਰਲ ਤੌਰ ਤੇ ਹਾਰਿਆ ਨੈਤਿਕਤਾ ਦੇ ਤੌਰ ਤੇ ਸਾਡੀ ਹਾਰਿਆ ਨਹੀਂ ਉਹ ਜਿਹੜੀ ਰਾਤ ਨੂੰ 11:45 ਆਈ ਸੀ ਆਪਣੇ ਧੁੰਦਾ ਸਾਹਿਬ ਦੀ ਵੀਡੀਓ ਖਾਲੜਾ ਮੈਂ ਭੈਣ ਜੀ ਲਈ ਆਹੋ ਅਗਲੇ ਦਿਨ ਆ ਗਈ ਸਟੇਟਮੈਂਟ ਵੀ ਨਹੀਂ ਵੀ ਸਾਡੇ ਪੰਚਾਇਤ ਕਿਤੇ ਕਮੀ ਰਹਿ ਗਈ ਉਹ ਚੈਪਟਰ ਹੀ ਛੱਡ ਜਾਂਦੇ ਸਾਡਾ ਨਾ ਇੰਨੇ ਸਾਲਾਂ ਦਾ ਤਜਰਬਾ ਆਇਆ ਹਾਂਜੀ ਇਹ ਅੜਨਗੇ ਏਦਾਂ ਜੇ ਤਾਂ ਇੱਕ ਵਾਰੀ ਏਕਤਾ ਦਾ ਰੌਲਾ ਪਾਇਆ ਸੀ ਉਹਨਾਂ ਹਾਂਜੀ ਉਹ ਚੁੱਪ ਕੀਤੀ ਉਹਨਾਂ ਨੇ ਹਨਾ ਭਾਈ ਜੀ ਹੋ ਗਈ ਏਕਤਾ ਇੱਦਾਂ ਪੇ ਇਹ ਹੁਣ ਨੀ ਦਿੰਦੇ ਢੱਡਰੀ ਵਾਲੇ ਦੇ ਨਾਲ ਇੱਦਾਂ ਗੱਲ ਹੋਈ ਹਨਾ ਮੁੜ ਕੇ ਉਹ ਕਿੱਥੇ ਗਿਆ ਚੁੱਪ ਕੀਤੀ ਦੂਆ ਉਹ ਗੁਰਪ੍ਰੀਤ ਜਿਹੜਾ ਟੱਲੇਵਾਲ ਹਨਾ ਪ੍ਰਭਦੀਪ ਹੁਣੀ ਮੁੜ ਕੇ ਕੋਈ ਸ਼ਬਦ ਵੀ ਬੋਲਿਆ ਜਾਣੀ ਏਦਾਂ ਗੁਰੂ ਦੇ ਮਾਮਲੇ ਤੇ ਕਹਿੰਦੇ ਸੀ ਵੀ ਖਤਮ ਆ ਇਹ ਬਸ ਹਨਾ ਰਜਨੀਸ਼ ਵਾਲੇ ਰੌਲਾ ਪਾਈ ਜਾਂਦੇ ਆ ਕਹਿੰਦੇ ਵੀ ਜਿਹੜੀ ਗੁਰੂ ਵਾਲੀ ਗੱਲ ਕੀਤੀ ਆ ਹਾਂਜੀ ਹਰਨੇਕ ਨੇ ਰਜਨੀਸ਼ ਦੀ ਕੀਤੀ ਆ ਪੋਸਟ ਪਾਈ ਸੀ ਕਹਿੰਦੇ ਹਰਨੇਕ ਲਾਈਮ ਲਾਈਟ ਵਿੱਚ ਆਇਆ ਸੀ ਅੱਛਾ ਇਹ ਕਹਿ ਕੇ ਕਿ ਗੁਰੂ ਵੀ ਭੁੱਲ ਕਰ ਸਕਦੇ ਹਨ ਜਿਸ ਗੱਲ ਦਾ ਬਹੁਤ ਰੌਲਾ ਪਿਆ ਸੀ ਇਹ ਗੱਲ ਉਹਨੇ ਰਜਨੀਸ਼ ਕੋਲੋਂ ਸੁਣ ਕੇ ਕਹੀ ਸੀ ਹੋਰ ਵੀ ਜਿਹੜੀਆਂ ਵਿਕਾਸ ਦੀਆਂ ਗੱਲਾਂ ਇਹ ਕਰਦੇ ਨੇ ਕਿ ਬੱਚਿਆਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਜਾਂ ਕੁਦਰਤ ਦੀਆਂ ਗੱਲਾਂ ਸਭ ਰਜਨੀਸ਼ ਤੋਂ ਚੋਰੀ ਕੀਤਾ ਤੇ ਹੁਣ ਆਖਦੇ ਸਾਨੂੰ ਰਜਨੀਸ਼ ਦੀ ਲੋੜ ਨਹੀਂ ਠੀਕ ਆ ਹੁਣ ਚਲੋ ਮੈਂ ਇਸ ਗੱਲ ਦਾ ਸਬੂਤ ਨਹੀਂ ਦਿੰਦਾ ਜਾਣੀ ਸਾਨੂੰ ਕੀ ਕਹਿਣ ਦੀ ਲੋੜ ਹੈ ਆਪੇ ਗੱਲ ਕਿੱਥੋਂ ਆਈ ਆ ਪਰ ਮੈਨੂੰ ਖੁਦ ਨੂੰ ਪਤਾ ਜਾਣੀ ਆਪਣੇ ਆਪ ਨੂੰ ਹਾਂਜੀ ਹਨਾ ਇਹਨੇ ਇਹ ਕਹਿ ਕੇ ਇੰਨੀ ਗਰੰਟੀ ਸਾਨੂੰ ਦੇ ਦਿੱਤੀ ਆ ਵੀ ਜਿਹਨੂੰ ਅਸੀਂ ਉਸ ਸਦੀ ਦਾ ਸਭ ਤੋਂ ਇੰਟੈਲੀਜੈਂਟ ਬੰਦਾ ਸਮਝਦੇ ਹਾਂ ਹਾਂਜੀ ਹਨਾ ਉੱਦਾਂ ਦੀਆਂ ਗੱਲਾਂ ਉਹ ਤੋਂ ਵਧੀਆ ਤਰੀਕੇ ਨਾਲ ਸਾਡੇ ਦਿਮਾਗ ਚ ਵੀ ਆ ਰਹੀਆਂ ਅਸੀਂ ਮੈਂ ਇੱਦਾਂ ਮੰਨਦਾ ਸੀ ਵੀ ਇੰਨਾ ਦਿਮਾਗ ਨਹੀਂ ਕਿਸੇ ਦਾ ਹੋ ਸਕਦਾ ਠੀਕ ਹੈ ਜੀ ਜਿੰਨਾ ਜਦੋਂ ਉਹ ਗੱਲ ਕਹਿਣ ਦਾ ਜਿੰਨਾ ਉਹਨੂੰ ਵੱਲ ਸੀ ਨਾ ਹਾਂਜੀ ਠੀਕ ਹੈ ਔਰ ਜਿੱਦਾਂ ਲਪੇਟ ਕੇ ਗੱਲ ਕਹਿ ਦਿੰਦਾ ਸੀ ਨਹੀਂ ਤਾਂ ਇਹ ਇਹ ਦੱਸਣ ਉਹਦੀ ਕਿਤੇ ਵੀਡੀਓ ਇਹ ਕਰਨ ਜਾਰੀ ਜਿੱਥੇ ਉਹਨੇ ਇਹ ਗੱਲ ਇੱਦਾਂ ਗੁਰੂ ਸਾਹਿਬ ਨੂੰ ਇੱਦਾਂ ਕਹੀ ਹੋਵੇ ਜੇ ਕਹੀ ਆ ਤੇ ਉਹਦਾ ਵਿਰੋਧ ਕਿਉਂ ਨਹੀਂ ਹੋਇਆ ਕਿਹੜੇ ਸ਼ਬਦਾਂ ਚ ਕਿਹੜੇ ਤਰੀਕੇ ਨਾਲ ਕਹੀ ਹੋਊਗੀ ਉਹਨੇ ਜਾਣੀ ਦਸਾਂ ਗੁਰੂਆਂ ਦੇ ਬਾਰੇ ਇਹ ਗੱਲ ਕਹਿਤੀ ਹੋਵੇ ਉਹਨੇ ਹਾਂਜੀ ਠੀਕ ਆ ਉਹ ਵੀ ਸਾਡੇ ਵਰਗੇ ਇਨਸਾਨ ਹੋਏ ਆ ਹਾਂਜੀ ਠੀਕ ਆ ਉਹਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ ਠੀਕ ਹੈ ਕਿਤੇ ਕਹੀ ਹੋਵੇ ਤੇ ਉਹਦਾ ਜਾਣੀ ਜੇ ਤੱਕ ਕਹੀ ਨੀ ਹੈਗੀ ਇਹ ਤਾਂ ਪਤਾ ਹੀ ਆ ਜੇ ਕਹੀ ਆ ਫਿਰ ਵਿਰੋਧ ਕਿਉਂ ਨੀ ਹੋਇਆ ਉਹਦੀ ਕੋਈ ਵੀਡੀਓ ਪਾਈ ਜੇ ਕਿਸੇ ਰਜਨੀਸ਼ ਦੇ ਚੇਲੇ ਕੋਲ ਭਗਤ ਕੋਲ ਕੋ ਹੋਵੇ ਠੀਕ ਹੈ ਰਿਕਾਰਡਿੰਗ ਉਹਦੀ ਤੇ ਆਪਾਂ ਉਹ ਸ਼ਬਦ ਸੁਣਨੇ ਚਾਹੁੰਦੇ ਹਾਂ ਠੀਕ ਹੈ ਜੀ ਵੀ ਕਿਹਨਾਂ ਸ਼ਬਦਾਂ ਚ ਉਹਨੇ ਕਹੀ ਸੀ ਜਿਹੜੀ ਇੱਦਾਂ ਰੜਕੀ ਨੀ ਹੈਗੀ ਕਿਸੇ ਗੁਰੂ ਸਾਹਿਬਾਂ ਬਾਰੇ ਠੀਕ ਆ ਬਾਕੀ ਇਹ ਭਾਈ ਭੁਲੇਖਾ ਆ ਤੁਹਾਨੂੰ ਜੇ ਤੁਸੀਂ ਇਹ ਸੋਚਦੇ ਨਾ ਵੀ ਇੱਦਾਂ ਸੁਣ ਸੁਣ ਕੇ ਗੱਲਾਂ ਕਰ ਹੁੰਦੀਆਂ ਠੀਕ ਆ ਉਹਦੇ ਵਿੱਚ ਤੜਨ ਨਹੀਂ ਰਹਿੰਦੀ ਜਿਹੜੀਆਂ ਗੱਲਾਂ ਨਕਲ ਮਾਰ ਕੇ ਹੁੰਦੀਆਂ ਨਾ ਜਿਹੜੀਆਂ ਕਿਸ ਤੋਂ ਸੁਣ ਕੇ ਹੁੰਦੀਆਂ ਉਹਦੇ ਨਾਲ ਤੁਹਾਡੀ ਭਾਵਨਾ ਨਹੀਂ ਜੁੜਦੀ ਨਹੀਂ ਓਰਿਜਨੈਲਿਟੀ ਨਹੀਂ ਨਾ ਹੈਗੀ ਜਿਹੜੀ ਤੁਸੀਂ ਕਿਸੇ ਤੋਂ ਸੁਣ ਕੇ ਕਹਿਣੀ ਆ ਉਹਦੇ ਲਈ ਤੁਸੀਂ ਮਰਨ ਲਈ ਤਿਆਰ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਜੀ ਠੀਕ ਆ ਕਦੇ ਹੋਇਆ ਵੀ ਕੋਈ ਕਿਸੇ ਤੋਂ ਕੋਈ ਰਾਂਝਾ ਕੋਈ 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 ਮਿਰਜ਼ਾ ਸਾਹਿਬਾਂ ਕੋਈ ਸੋਹਣੀ ਮਹੀਵਾਲ ਇੱਦਾਂ ਪੈਦਾ ਵੀ ਕਿਸੇ ਤੋਂ ਕਹਾਣੀ ਸੁਣੀ ਸੁਣ ਕੇ ਉਹਨੂੰ ਇੱਦਾਂ ਲੱਗਿਆ ਵੀ ਅੱਛਾ ਪਿਆਰ ਇੱਦਾਂ ਹੁੰਦਾ ਹੁੰਦਾ ਤੇ ਇੱਦਾਂ ਮਰ ਗਿਆ ਹੋਵੇ ਉਹਦੀ ਖਾਤਰ ਆਏ ਹਾਏ ਠੀਕ ਹੈ ਉਹ ਤਾਂ ਜਦੋਂ ਨਾ ਆਪਣੇ ਅੰਦਰ ਅਹਿਸਾਸ ਹੁੰਦਾ ਤੁਹਾਨੂੰ ਮੌਤ ਪਿਆਰੀ ਕਦੋਂ ਲੱਗਦੀ ਹੈ ਤੁਹਾਨੂੰ ਪਿਆਰ ਹੈ ਜੀ ਠੀਕ ਹੈ ਜਦੋਂ ਆਪਣੇ ਅੰਦਰ ਤੁਹਾਡੇ ਉਹ ਗੱਲ ਹੋਵੇ ਨਹੀਂ ਤਾਂ ਕਿਸੇ ਦੇ ਸੁਣੀ ਹੋਈ ਗੱਲ ਤੇ ਗਰੰਟੀ ਕਿੱਦਾਂ ਦੇ ਸਕਦਾ ਬੰਦਾ ਵੀ ਗੱਲ ਠੀਕ ਹੈ ਨਹੀਂ ਦੇ ਸਕਦਾ ਠੀਕ ਹੈ ਬਸ ਇਹਨਾਂ ਨੂੰ ਇਹ ਲੱਗਦਾ ਵੀ ਜਿੱਦਾਂ ਰਜਨੀਸ਼ ਨੇ ਫਰਾਇਡ ਨੂੰ ਤੇ ਉਹਨਾਂ ਨੂੰ ਪੜ੍ਹ ਕੇ ਇਹਦਾ ਥੋੜਾ ਤੋੜ ਮਰੋੜ ਕੇ ਕਰਕੇ ਪੇਸ਼ ਕਰ ਦਿੱਤਾ ਇੱਕੋ ਹੀ ਕੰਮ ਆ ਜ਼ਿੰਦਗੀ ਚ ਬੰਦੇ ਨੂੰ ਇੱਦਾਂ ਵੀ ਤੁਸੀਂ ਗੱਲ ਵੱਡੀ ਕਰਨੀ ਆ ਮਸ਼ਹੂਰ ਹੋਣਾ ਆ ਗੱਲ ਵਧੀਆ ਕਰਨੀ ਆ ਤੇ ਜਿੱਥੋਂ ਵੀ ਚੱਕ ਹੁੰਦੀ ਚੱਕ ਕੇ ਤੋੜ ਮਰੋੜ ਕੇ ਆਪਣੇ ਨਾਂ ਥੱਲੇ ਚਿਪਕਾਈ ਜਾਓ ਭਾਈ ਜਿਹੜੀ ਗੱਲ ਕਪੂਰ ਦੇ ਬਾਰੇ ਇੱਥੇ ਨਾ ਕਿੰਨੀਆਂ ਗੱਲਾਂ ਹੁੰਦੀਆਂ ਹਾਂਜੀ ਠੀਕ ਹੈ ਜਿਹੜੀਆਂ ਇੱਦਾਂ ਜ਼ਰੂਰੀ ਨਹੀਂ ਵੀ ਕਪੂਰ ਦੀਆਂ ਕਈਆਂ ਹੋਣ ਅਸੀਂ ਫੇਰ ਵੀ ਕਹਿ ਦਈਦਾ ਵੀ ਕਪੂਰ ਨੇ ਗੱਲ ਕਹੀ ਠੀਕ ਹੈ ਆ ਰਾਸ਼ਟਰਵਾਦ ਬਾਰੇ ਸਮਾਜਵਾਦ ਦੇ ਬਾਰੇ ਜਿੰਨੀਆਂ ਗੱਲਾਂ ਆ ਨਾ ਸਮਾਜ ਵਿਗਿਆਨ ਬਾਰੇ ਹਾਂਜੀ ਉਹ ਚੋਂ ਮੋਸਟਲੀ ਗੱਲਾਂ ਅਸੀਂ ਹਮੇਸ਼ਾ ਕਹੀਦਾ ਵੀ ਅਜਮੇਰ ਸਿੰਘ ਨੇ ਲਿਖਿਆ ਹਾਂਜੀ ਠੀਕ ਹੈ ਉਹਦੇ ਚ ਕੋਈ ਪ੍ਰੋਬਲਮ ਨੀ ਕਹਿਣੇ ਵਿੱਚ ਠੀਕ ਹੈ ਨਾ ਹੁਣ ਜੇ ਰਜਨੀਸ਼ ਦੀ ਗੱਲ ਇੱਦਾਂ ਸਾਡੇ ਸਾਹਮਣੇ ਆਈ ਹੁੰਦੀ ਤੇ ਅਸੀਂ ਕਹਿ ਦੇਣੀ ਸੀ ਵੀ ਰਜਨੀਸ਼ ਨੇ ਆਹ ਗੱਲ ਕਹੀ ਆ ਵੀ ਬੜੀ ਕ੍ਰਾਂਤੀਕਾਰੀ ਗੱਲ ਸੀ ਠੀਕ ਹੈ ਸਾਨੂੰ ਕੀ ਪ੍ਰੋਬਲਮ ਹੈ ਉਹਦੀ ਇਸ ਕਰਕੇ ਭਾਈ ਇਹ ਭੁਲੇਖਾ ਆਇਆ ਤੁਹਾਨੂੰ ਠੀਕ ਹੈ ਜੇ ਵੈਸੇ ਜੇ ਤੁਸੀਂ ਮੰਨਣਾ ਆਇਆ ਇੱਦਾਂ ਇੱਦਾਂ ਹੋਈ ਠੀਕ ਹੈ ਕੋਈ ਗੱਲ ਨੀ ਸਾਨੂੰ ਨੀ ਕੋਈ ਪ੍ਰੋਬਲਮ ਉਹਦੇ ਵਿੱਚ ਵੀ
ਤੇ ਮੈਂ ਜਾਂਦੇ ਜਾਂਦੇ ਉਹ ਜਿਹੜਾ ਸੰਡੇ ਫੋਨ ਆਇਆ ਸੀ ਵੀਰ ਦਾ ਆਪਣਾ ਨਿਊਜ਼ੀਲੈਂਡ ਵਾਲੇ ਦਾ ਨਿਊ ਪਲਮਥ ਤੋਂ ਜਿਹੜਾ ਕਹਿੰਦਾ ਸੀ ਬਈ ਓਸ਼ੋ ਨੇ ਡਿਪਰੈਸ਼ਨ ਖਤਮ ਕਰਤਾ। ਮੈਂ ਉਹ ਵੀਰ ਨੂੰ ਜੇ ਸੁਣਦਾ ਹੋਵੇ ਦੱਸਣਾ ਚਾਹੁੰਦਾ, ਹੁਣ ਤੂੰ ਨਿਊਜ਼ੀਲੈਂਡ 'ਚ ਰਹਿੰਦਾ, ਪਿਛਲੇ ਹਫ਼ਤੇ ਆਪਣਾ ਬਜਟ ਆਇਆ ਵਾ, ਸਾਡੀ ਜਸਿੰਦਾ ਵਾ ਜਿੰਨਾ ਸਾਡੀ ਹੈਗੀ ਆ ਪ੍ਰਧਾਨ ਮੰਤਰੀ ਆ, ਅਸੀਂ ਨਾ ਤਾ ਲੈਂਦੇ ਵੀ ਉਹ ਸਾਡੀ ਆ, ਜਿਵੇਂ ਸਾਡਾ ਰੇਡੀਓ ਬੰਦ ਕਰਨਾ। ਉਹਨੇ $1.9 billion ਰੱਖਿਆ ਵੈਲਬੀਇੰਗ ਲਈ, ਮੈਂਟੋ ਸਟੇਟਸ ਵਾਸਤੇ ਵੀ ਆਪਾਂ ਇਨਵੈਸਟ ਕਰਨਾ, ਤਾਂ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਦਾ ਕੋਈ ਵੀ ਬਿਮਾਰੀ ਕਿਸੇ ਵੀ ਹੱਦ ਤੇ ਹੋਵੇ, ਸਾਰੀ ਦੁਨੀਆ ਨੇ ਉਹਨੂੰ ਸਰਾਇਆ ਵਾ। 1,000 million ਦਾ ਹਾਂਜੀ ਇੱਕ ਬਿਲੀਅਨ ਹੁੰਦਾ, 2 billion ਮੋਟੇ ਲਾ ਲਓ, 2 billion ਰੱਖਿਆ ਵਿਚਾਰ ਸੀ ਇਨਵੈਸਟ ਕਰਨਾ, ਯਾਨੀ 2,000 million ਹਾਂਜੀ ਇਨਵੈਸਟ ਕਰਨਾ, 1,900 million ਨਿਊਜ਼ੀਲੈਂਡ ਡਾਲਰ। ਤੇ ਜੇ ਭਾਈ ਰਜਨੀਸ਼ ਦੀਆਂ ਇੱਦਾਂ ਕਿਤਾਬਾਂ ਨਾ ਉਹਦੀਆਂ ਸੀਡੀਆਂ ਨਾਲ ਇੱਦਾਂ ਡਿਪਰੈਸ਼ਨ ਦੂਰ ਹੁੰਦਾ ਆ, ਤੇ ਤੁਸੀਂ ਕਰੋ ਭਾਈ ਮਾੜਾ ਮੋਟਾ, ਦੱਸੋ ਤਾਂ ਅੱਗੇ ਜਾ ਕੇ। ਮੈਂ ਉਹੀ ਕਹਿੰਦਾ ਵੀ ਹੁਣ ਤੁਸੀਂ ਦੇਖੋ ਤੇ ਆਪਣੀ ਪਾਪੂਲੇਸ਼ਨ ਹੈਗੀ 5 million, ਉਹਦੇ ਜੋ ਬੱਚੇ ਦੂਜੇ ਕੱਢ ਜੇ 3 million ਐਕਟਿਵ ਨੇ ਜਿਹਨਾਂ ਜਿਹੜੀ ਇਸ ਸਟੇਟ ਚ, 3 million ਬੰਦੇ ਦੀ ਪਾਪੂਲੇਸ਼ਨ ਲਈ 1,900 million ਦਾ ਬਜਟ ਰੱਖਿਆ ਗਿਆ। ਤੇ ਵੀਰ ਸਾਹਿਬ ਫੋਨ ਕਰਕੇ ਕਹਿੰਦੇ ਉਹ ਡਿਪਰੈਸ਼ਨ ਚੋਂ ਕੱਢ ਦਿੰਦੇ, ਵੀ ਜਸਿੰਦਰ ਨੂੰ ਫੋਨ ਕਰਕੇ ਕਹਿ ਵੀ ਕਿਤਾਬਾਂ ਵਿੱਚ ਨਹੀਂ ਨਹੀਂ ਇੰਨੇ ਜੋਗੇ, ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਤੇ ਐਵੇਂ ਉਧਾਰਾ ਲਿਆ ਆ, ਗਿਆਨ ਆ, ਤਾਂ ਹੀ ਤਾਂ ਇਹ ਸਾਨੂੰ ਕਹੀ ਜਾਂਦੇ ਆ ਵੀ ਗੱਲਾਂ ਸੁਣ ਕੇ ਕੀਤੇ, ਇਹਨੂੰ ਲੱਗਦਾ ਵੀ ਜ਼ਿੰਦਗੀ ਜਿਹੜੀ ਆ ਨਾ ਉਹ ਕਾਪੀ ਪੇਸਟ ਦੇ ਉੱਤੇ ਖੜੀ ਆ, ਠੀਕ ਆ। ਉਹ ਜਦੋਂ ਭਗਤ ਰਵਿਦਾਸ ਜੀ ਦੀ ਗੱਲ ਆਉਂਦੀ ਤਾਂ ਹੀ ਤਾਂ ਰਵਿਦਾਸ ਜਿਹੜੇ ਗੁਰੂ ਕਹਿਣੇ ਵਾਲੇ ਜਿਹੜਾ ਉਹ ਤਬਕਾ ਆ, ਤਾਂ ਹੀ ਕਹੀ ਜਾਂਦਾ ਨਾ ਵੀ ਇਹ ਗੱਲਾਂ ਜੀ ਭਗਤ ਰਵਿਦਾਸ ਜੀ ਨੇ ਕਹਿ ਦਿੱਤੀਆਂ ਸੀ, ਠੀਕ ਹੈ। ਹੁਣ ਜਿਹੜੇ ਮਿਸ਼ਨਰੀ ਆ ਉਹ ਕਹਿੰਦੇ ਗੱਲਾਂ ਅੱਗੇ ਹੋਣੀ ਪਹਿਲਾਂ ਕਹਿ ਦਿੱਤੀਆਂ, ਇਹਨਾਂ ਨੂੰ ਇਹ ਨੀ ਲੱਗਦਾ ਵੀ ਦੋ ਦੋਣੀ ਚਾਰ ਹੀ ਰਹਿਣੇ ਆ ਯਾਰ, ਉਹ ਨੀ ਬਦਲ ਸਕਦਾ, ਉਹ ਥੋੜੀ ਬਦਲ ਸਕਦੇ, ਨਿਯਮ ਨੀ ਬਦਲ ਸਕਦਾ, ਠੀਕ ਹੈ। ਤੁਸੀਂ ਕਿਹੜੀ ਖੋਜ ਕਰ ਦਿੱਤੀ, ਤੁਸੀਂ ਵੀ ਕਿਤੇ ਉਹ ਪੜ੍ਹ ਕੇ ਕਹੀ ਆ, ਘੱਗਾ ਕਿੱਥੋਂ ਦਾ ਸਕੋਲਰ ਆ, ਘੱਗਾ ਜਾਣੀ ਆਪ ਕਹੀ ਜਾਂਦਾ 8-7 ਕਲਾਸਾਂ ਪੜ੍ਹਿਆ ਆਇਆ, ਚੱਕ ਕੇ ਕਿਤਾਬ ਉਹਦੀ ਪੜ੍ਹੀ ਉਹਦੀ ਪੜ੍ਹੀ, ਇੱਧਰੋਂ ਗੱਲਾਂ ਦੇਖੀਆਂ, ਇੱਦਾਂ ਦੇਖ ਕੇ ਜੋ ਤਜਰਬਾ ਸੀ ਕਰਕੇ ਲਿਖ ਦਿੱਤਾ ਉਹਨੇ, ਠੀਕ ਆ ਭਾਈ। ਹੁਣ ਨਹੀਂ ਅਸੀਂ 9 ਵੱਜ ਗਏ, ਪੂਰੇ ਇੱਕ ਵਟਸਐਪ ਤੇ ਸਰੋਤੇ ਹੈਗੇ ਆ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਲੈਂਦੇ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ, ਲੁਧਿਆਣੇ ਤੋਂ ਬੋਲਦੇ ਆ ਜੀ। ਹਾਂਜੀ ਭਾਈ ਸਾਹਿਬ, ਬਸ ਐਪਰੀਸ਼ੀਏਟ ਹੀ ਕਰਨਾ ਸੀ, ਬਹੁਤ ਵਧੀਆ ਪ੍ਰੋਗਰਾਮ ਲੱਗਦਾ ਜੀ, ਕਾਫੀ ਦਿਨ 2-4 ਮਹੀਨੇ ਤੋਂ ਸੁਣ ਰਹੇ ਜੀ ਤੁਹਾਨੂੰ। ਕਬੂਲ ਆ ਜੀ, ਕਬੂਲ ਆ, ਚੰਗਾ ਲੱਗਦਾ ਜੀ ਪ੍ਰੋਗਰਾਮ ਤੁਹਾਡਾ ਜੀ, ਕੋਈ ਮੈਟਰ ਤਾਂ ਹੈ ਨੀ ਜੀ ਗੱਲ ਕਰਨ ਨੂੰ, ਪਰ ਫਿਰ ਵੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਗੱਲਾਂ ਕੁਛ ਸਿੱਖਣ ਨੂੰ ਬਹੁਤ ਮਿਲਦੀਆਂ ਜੀ, ਦੁਨਿਆਵੀ ਗੱਲਾਂ ਵੀ ਤੇ ਧਾਰਮਿਕ ਗੱਲਾਂ ਵੀ ਜੀ। ਥੈਂਕ ਯੂ ਵੈਰੀ ਮਚ ਜੀ ਤੁਹਾਡੇ ਕੰਪਲੀਮੈਂਟ ਦੇ ਲਈ, ਯਾਦ ਰਹੂਗਾ ਸਾਨੂੰ। ਧੰਨਵਾਦ ਜੀ, ਬਹੁਤ ਬਹੁਤ ਸਾਡਾ ਟਾਈਮ ਹੋ ਗਿਆ ਤੇ ਤੁਸੀਂ ਛੋਟੀ ਗੱਲ ਕੀਤੀ ਆ ਔਰ ਸਿੱਧੇ ਸ਼ਬਦਾਂ ਵਿੱਚ ਕੀਤੀ ਆ, ਹਾਂਜੀ ਠੀਕ ਹੈ, ਬੜਾ ਵਧੀਆ ਲੱਗਾ। ਤੇ ਵੈਸੇ ਵੀ ਸਾਨੂੰ ਇੱਦਾਂ ਆਪਣੀਆਂ ਸਿਫਤਾਂ ਸੁਣਨਾ ਜਿਹੜਾ ਆ ਬਹੁਤ ਚੰਗਾ ਲੱਗਦਾ, ਸੌਂ ਲੱਗੇ ਠੀਕ ਆ ਸਾਨੂੰ ਵਧੀਆ, ਕਿਉਂਕਿ ਉਦਾਂ ਉਦਾਂ ਤਾਂ ਕੋਈ ਕਰਦਾ ਨੀ ਹਨਾ, ਭੁੱਲ ਭੁਲੇਖੇ ਕਰ ਜਾਂਦਾ ਕੋਈ, ਪਰ ਉਦਾਂ ਕੋਸ਼ਿਸ਼ ਕਰਿਆ ਕਰੋ, ਨਾ ਕਰਿਆ ਕਰੋ ਭਾਈ, ਕੰਪਲੀਮੈਂਟ ਜਿਹੜੇ ਆ ਇਹ ਇਹ ਚੰਗੇ ਨਹੀਂ, ਦਿਮਾਗ ਤੇ ਬਹੁਤ ਭੈੜਾ ਅਸਰ ਪਾਉਂਦੇ ਆ ਜੀ, ਠੀਕ ਆ। ਸਾਡਾ ਦਿਮਾਗ ਇੱਦਾਂ, ਅਸੀਂ ਬਣਦੇ ਤਾਂ ਹੈਗੇ ਸਟਰੋਂਗ ਆਪਣੇ ਆਪ ਦੇ ਵਿੱਚ, ਠੀਕ ਹੈ ਜੀ, ਹੈ ਨਾ, ਪਰ ਅਸੀਂ ਵੀ ਤੁਹਾਡੇ ਵਰਗੇ ਹਾਂ, ਤੁਸੀਂ ਨਾ ਕੋਈ ਇੱਦਾਂ ਦਾ ਕੰਪਲੀਮੈਂਟ ਕਰੋ, ਨਾ ਕਰੋ, ਖਾਸ ਕਰਕੇ ਇੱਦਾਂ, ਪਤਾ ਨਹੀਂ ਮੈਨੂੰ ਜਾਣੀ, ਮੈਂ ਕਹਿਣਾ ਤਾਂ ਹੋਰ ਕੁਛ ਚਾਹੁੰਦਾ ਸੀ ਇੱਦਾਂ, ਚਲੋ ਨਹੀਂ ਕਹਿੰਦਾ, ਠੀਕ ਹੈ, ਕਿਉਂਕਿ ਬਹੁਤ ਭੈੜਾ ਲੱਗਦਾ, ਭੈੜਾ ਇਸ ਕਰਕੇ ਲੱਗਦਾ ਵੀ ਕਈ ਵਾਰ ਸਾਨੂੰ ਆਪਣੇ ਆਪ ਨੂੰ ਲੱਗਦਾ ਵੀ ਇੱਦਾਂ ਅਸੀਂ ਕਿੱਦਾਂ ਕੰਟਰੋਲ ਰੱਖਾਂਗੇ। ਨਹੀਂ ਠੀਕ ਹੈ ਜੀ, ਠੀਕ ਆ, ਚੰਗਾ ਆ, ਤੁਹਾਨੂੰ ਲੱਗਦੀਆਂ ਚੰਗਾ ਚੰਗੀਆਂ ਗੱਲਾਂ ਤੇ ਤੁਸੀਂ ਉਹਨੂੰ ਸੁਣ ਲਿਆ ਆ, ਬਸ ਤੁਸੀਂ ਆਪਣਾ ਕਰੋ, ਠੀਕ ਆ, ਅਸੀਂ ਆਪਣਾ ਕਰੀਏ, ਸਾਨੂੰ ਪਤਾ ਨਾ ਹੋਵੇ, ਜਾਣੀ ਗੱਲ ਇਹ ਆ, ਸਾਨੂੰ ਸਭ ਤੋਂ ਗੱਲ ਉਦੋਂ ਕਰ ਹੁੰਦੀ ਆ, ਇੱਥੇ ਬੋਲਣ ਦਾ ਕੌਨਫੀਡੈਂਸ ਜਿਹੜਾ ਹੈ ਨਾ ਉਦੋਂ ਬਣਦਾ ਜਦੋਂ ਸਾਨੂੰ ਪਤਾ ਨਾ ਹੋਵੇ, ਠੀਕ ਆ ਜੀ, ਠੀਕ ਆ, ਜਦੋਂ ਸਾਡੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਨਾ ਵੀ ਅੱਛਾ ਗੱਲਾਂ ਚੰਗੀਆਂ ਲੱਗਦੀਆਂ ਸਾਡੀਆਂ, ਹਾਂ ਠੀਕ ਆ, ਫਿਰ ਨਹੀਂ, ਫਿਰ ਆਪਣਾ ਫਿਰ ਜਿਹੜਾ ਅੰਦਰੋਂ ਸੋਮਾ ਹੈ ਨਾ ਤੁਹਾਡਾ ਜਿਹਦੇ ਨਾਲ ਜੁੜੇ ਹੋਏ ਆ ਤੁਸੀਂ, ਹਾਂਜੀ, ਉਹਦੇ ਨਾਲ ਉਹ ਡਿਸਕਨੈਕਟ ਹੋ ਜਾਂਦੇ ਤੁਸੀਂ, ਠੀਕ ਆ, ਵਿਚਾਲੇ ਉਹ ਜਿਹੜਾ ਕੰਪਲੀਮੈਂਟ ਆ ਉਹ ਖੜ ਜਾਂਦਾ, ਠੀਕ ਆ ਜੀ, ਠੀਕ ਆ, ਕੋਸ਼ਿਸ਼ ਕਰੀਏ ਆਪਾਂ ਪ੍ਰਸ਼ੰਸਾ ਜਿਹੜੀ ਆ ਉਹ ਨਾ ਹੋਵੇ ਤੇ ਚੰਗਾ, ਵੈਸੇ ਬਹੁਤ ਵਧੀਆ, ਸਾਨੂੰ ਇੱਦਾਂ ਤੁਹਾਡੇ ਸੁਣ ਤੇ ਹੀ ਮਾਣ ਆ ਸਾਨੂੰ, ਠੀਕ ਆ ਜੀ, ਠੀਕ ਆ, ਸਾਨੂੰ ਪਤਾ ਲੱਗ ਜਾਂਦਾ ਹੈ ਜਿਹੜਾ ਜਦੋਂ ਉਹ ਲੱਖ ਸਾਈਂ ਕਰਾਉਣਾ ਚਾਹੁੰਦੇ ਸੀ ਸਾਡੇ ਵਿਰੁੱਧ, ਹਾਂਜੀ, ਹਨਾ, ਸਾਨੂੰ ਅਸੀਂ ਕੀ ਖੱਟ ਰਹੇ ਹਾਂ, ਕੀ ਲਾਹਾ ਲੈ ਰਹੇ ਹਾਂ, ਇੱਕ ਦਿਨ ਆਊਗਾ ਸਾਬਤ ਕਰਾਂਗੇ ਤੁਹਾਨੂੰ, ਠੀਕ
ਰੱਖਿਆ ਉਹ ਸਾਬਤ ਭਾਵਾਂ ਸਾਡੀ ਜਾਨ ਜਾ ਕੇ ਆਵੇ ਕਿਸੇ ਵੀ ਕੀਮਤ ਕੋਈ ਵੀ ਕੀਮਤ ਦੇਣੀ ਪਵੇ ਉਹਦਾ ਸਬੂਤ ਮਰਨ ਤੋਂ ਪਹਿਲਾਂ ਤੁਹਾਨੂੰ ਸਬੂਤ ਦੇ ਕੇ ਜਾਵਾਂਗੇ ਵੀ ਸਾਡੇ ਅੰਦਰ ਕੋਈ ਗਰਜ ਨਹੀਂ ਸੀ ਅਸੀਂ ਕਿਸੇ ਫਾਇਦੇ ਲਈ ਨਹੀਂ ਬੈਠੇ ਇੱਥੇ ਉਹਦਾ ਸਬੂਤ ਦੇ ਕੇ ਜਾਵਾਂਗੇ ਜਿੱਦਾਂ ਵੀ ਦੇ ਕੇ ਜਾਈਏ ਜਾਣੀ ਠੀਕ ਹੈ ਧੰਨਵਾਦ ਤੁਹਾਡਾ ਆਪਾਂ ਚੱਲਦੇ ਹਾਂ ਜੀ ਹੁਣ ਅਤੇ ਕੱਲ੍ਹ ਨੂੰ ਪ੍ਰੋਗਰਾਮ ਚਿੱਟੀ ਸਿਉਂਕ ਉਹ ਤੋਂ ਬਾਅਦ ਵੀਕਐਂਡ 'ਤੇ ਫਿਰ ਮਿਲਾਂਗੇ